ਹਰ ਨਕ ਦੁਸ਼ਟਰ ਮਾਰੀਆ ਪਹਿਲਾ ਤਰਾਇਆ ਅਹੰਕਾਰੀਆਂ ਨਿੰਦਕਾਂ ਪੀਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਸਾਰ ਸੇਵਿਆ ਅੰਤ ਲੈ ਛਡਾਇਆ ਰਰਾ ਸਹੀਬ ਸਲੋਕ ਮੇਲਾ ਪਹਿਲਾ ਏਕ ਓਮਕਾਰ ਸਤਿਗੁਰੂ ਪ੍ਰਸਾਦ ਦੁੱਖ ਦਾਰੂ ਸੁਖ ਰੋਗ ਬਿਆ ਜਾਂ ਸੁਖ ਧਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਈ ਜਾਂ ਉਹ ਕਰੀ ਨਾ ਹੋਈ ਬਲਿਆਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਕਿਆਰਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਉ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਿਹਾ ਸੋਦਾ ਰਾਗ ਸਾਮਿਲਾ ਪਹਿਲਾ ਏਕ ਓਮਕਾਰ ਸਤਿਗੁਰੂ ਪ੍ਰਸਾਦ ਸੋ ਦਰ ਤੇਰਾ ਕਿਆ ਸੋ ਗਰ ਕਿਆ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਕਾ ਕੀਤੇ ਤੇਰੇ ਵਾਹਨ ਆਰੇ ਕੇਤੇ ਤੇਰੇ ਰਾਗ ਭਰੀ ਸੋ ਕਹੀਏ ਕੇਤੇ ਤੇਰੇ ਗਾਵਨ ਹਾਰੇ ਗਾਵਿੰ ਤਦਨੋ ਪਾਨ ਪਾਣੀ ਬੈ ਸੁੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਿੰ ਤਦਨੋ ਚਿਤ ਗਪੇ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਿੰ ਤੁਦਨੋ ਈਸਰ ਬਮਾ ਦੇਵੀ ਸੋਨ ਤੇਰੇ ਸਦਾ ਸਵਾਰੇ ਗਾਵਿੰ ਤੁਦਨੋ ਇੰਦੀ ਦਾਸਨ ਬੈਠੇ ਦੇਵਤੀਆਂ ਦਰ ਨਾਲੇ ਗਾਵਿੰ ਤੁਦਨੋ ਸਿੱਧ ਸਮਾਧੀ ਅੰਦਰ ਗਾਵਿੰ ਤੁਦਨੋ ਸਾਧ ਵਿਚਾਰੇ ਗਾਵਿੰ ਤੁਦਨੋ ਜਤੀ ਸਤੀ ਸੰਤੋਖੀ ਗਾਵਿੰ ਤੁਦਨੋ ਵੀਰ ਕਰਾਰੇ ਗਾਵਿੰ ਤੁਦਨੋ ਪੰਡਿਤ ਪੜਨ ਰਕੀਸਰ ਜੁਗ ਜੁਗ ਵੇਦਾ ਨਾਲ ਗਾਵਿੰ ਤੁਦਨੋ ਮੋਨਿਆ ਮਨ ਮੋਨ ਸੁਰਗ ਮਚ ਪਿਆਲੇ ਗਾਵਿੰ ਤੁਦਨ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲ ਗਾਵਿੰ ਤੁਦਨੋ ਜੋਧ ਮਾਂ ਬਲਸੂਰਾ ਗਾਵਿੰ ਤੁਦਨੋ ਖਾਨੀ ਚਾਰੇ ਗਾਵਿੰ ਤੁਦਨੋ ਕੰਡ ਮੰਡਲ ਵਰ ਮੰਡਾ ਕਰ ਕਰ ਰੱਖੇ ਤੇਰੇ ਦਾਰੇ ਸਹੀ ਤੁਦਨੋ ਗਾਵਨ ਜੋ ਤੁਦ ਬਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸਿਵੇਂ ਚੀਤ ਨਾਮਿਨ ਨਾਨਕ ਕਿਆ ਵਿਚਾਰੇ ਸੋਈ ਸੋਈ
ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਉਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਾ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇ ਕੇ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਬਾਏ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸਾਉ ਸਾ ਪਤ ਸਾਹਿਬ ਨਾਨਕ ਰਹਿਣ ਰਜਾਈ ਅਸਾਂ ਮਿਲਾ ਪਹਿਲਾਂ ਸੁਨ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਟਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾਂ ਗੁੰਨੀ ਗਈਰਾਂ ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾਂ ਰਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਦਿਆਨੀ ਗੁਰ ਗੁਰਾਈ ਕਹਿ ਨ ਜਾਈ ਤਰੀ ਤਲਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿਧਾ ਪੁਰਖਾ ਕੀਆ ਵਡਿਆਈ ਤੁਧ ਬਿਨ ਸਿੱਧੀ ਕਿਨੇ ਨਾ ਪਾਇਆ ਕਰਮ ਮਿਲੇ ਨਾਈ ਟਾਕਰਾਈ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਵੰਡਾਰ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰ ਆਸਾਂ ਮਿਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਂ ਆਖਣ ਔਖਾ ਸੱਚ ਨਾਮ ਸੱਚ ਨਾਮ ਕੀ ਲਾਗੇ ਭੂਗੁਤ ਭੁਕੇ ਖਾਏ ਚਲੀਏ ਦੂ ਸੋ ਕਿਉਂ ਵਿਸਰੇ ਮੇਰੀ ਮਾਏ ਸੱਚਾ ਸਹੀਬ ਸੱਚੇ ਨਾਇਰਾ ਸਾਚੇ ਨਾਮ ਕੀ ਤਿਲ ਵਡਿਆਈ ਆਖ ਤੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਗਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੇਦਾ ਰਹੇ ਨਾ ਚੁੱਕੇ ਬੋਗ ਗੁਨੇ ਔਰ ਨਾਈ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵਡਾਪ ਤੇ ਵਤਰੀ ਦਾਤ ਜਿੰਦਿਨ ਕਰਕੇ ਕੀਤੀ ਰਾਤ ਕਸਮ ਵਿਸਾਰੇ ਤੇ ਕੰਮ ਜਾਤੇ ਨਾਨਕ ਨਾਵੇ ਬਾਜ ਸਨਾਤ ਰਾਤ ਗੁਜਰੀ ਮਹਿਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰ ਕਾ ਬਿਨੂ ਕਰੋ ਗੁਰ ਪਾਸ ਹਾਮ ਕੀਰੇ ਕਿਰਮ ਸਤਗੁਰੂ ਸ਼ਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਹੋ ਕਿਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਕਾਈ ਹਰ ਕੀਰਤ ਅੰਮ੍ਰਿਤ ਰਹਿ ਰਾਸਰਾ ਅਰਜਨ ਕੇਵਡ ਬਾਗ ਵਡੇਰੇ ਜਿਨ ਹਰਿ ਸਦਾ ਹਰਿ ਪਿਆਸ
ਹਾਰਾ ਨਾਮ ਮਿਲੇ ਤਿਪਤਾ ਸੇ ਮਿਸ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਅਰਸ ਨਾਮ ਨਾ ਪਾਇਆ ਤੇ ਬਾਗਹੀਨ ਜਮ ਪਾਸ ਜੋ ਸਤਿਗੁਰੂ ਸਰਨ ਸੰਗਤ ਨਹੀਂ ਆਏ ਦ੍ਰਿਗ ਜੀਵੇ ਦ੍ਰਿਗ ਜਿਵਾਸ ਜਿਨ ਅਰਜਨ ਸਤਿਗੁਰੂ ਸੰਗਤ ਪਾਈ ਤਿਨ ਦੁਰਮਸਤਕ ਲਿਖਿਆ ਲਿਖਾਸ ਦਾਨ ਦਾਨ ਸਤ ਸੰਗਤ ਜਿਤ ਰਸ ਪਾਇਆ ਮਿਲਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮੇਲਾ ਪੰਜਵਾਂ ਕਾਏ ਰੇ ਵੰਚਿਤਵੈ ਉਦਮ ਜਾਰਾ ਜੋ ਪਰਿਆ ਸੈਲ ਪੱਤਰ ਮੈਂ ਜੰਤੂ ਪਾਏ ਤਾਂ ਕਾਰਜ ਕਾਗੇ ਕਰ ਦਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰੀ ਗੁਰ ਪ੍ਰਸਾਦ ਪਰਮ ਪਰ ਪਾਇਆ ਸੁਕੇ ਕਾਰ ਟਰੀਆ ਰਾਓ ਜਨ ਪਿਤਾ ਲੋਕ ਸੁਤਵੰਤਾ ਕੋਈ ਨ ਕਿਸ ਕੀ ਦਰੀਆ ਸਿਰ ਸਿਰ ਜਗ ਸੰਭਾਏ ਠਾਕੁਰ ਕਾਏ ਮਨ ਵੋ ਕਰੀਆ ਉਡੇ ਉਡਾਵੇ ਸੈਕੋ ਸਾ ਤਿਸ ਪਾਛੇ ਬਚਰੇ ਛਰੀਆ ਦਿਨ ਕਵਨ ਕਲਾਵੇ ਕਵਨ ਚੁਗਾਵੇ ਮਨ ਮੇ ਸਿਮਰਨ ਕਰੀਆ ਸਭ ਨਿਦਾਨ ਦਸ ਅਠ ਸਿਦਾਨ ਟਾਕੂ ਕਾ ਤਲ ਦਰੀਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾ ਵਰੀਆ ਰਾਗ ਸਾ ਮੇਲਾ ਚੌਥਾ ਸੋ ਪੁਰਖ ਕਿਮਕਾਰ ਸਤਿਗੁਰੂ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾਗਮ ਅਪਾਰਾ ਸਭ ਆਓ ਤੁਜੀ ਅਸੱਚੇ ਸਿਰ ਜਾਨਾਰ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਦਿਆਉ ਸੰਤੋ ਜੀ ਸਾਧੂ ਕੋ ਸਾਰਨਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਗਟ ਗਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ ਇੱਕ ਦਾਤੇ ਇੱਕ ਬੈਕਾਰੀ ਜੀ ਸਭ ਤੇਰੀ ਚੋਜ ਵਿਡਨ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਓ ਤੁਦਮਿਨ ਅਵਰ ਨ ਜਾਨ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਨ ਜੋ ਸੇ ਤੁਜੀ ਜਨ ਨਾਨਕ ਤਿਨ ਕੁਰਬਾਨ ਹਰ ਦਿਆਉ ਤੁਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਬਹਿ ਜਿਨ ਅਰ ਦਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਦਿਆਇਆ ਜੀ ਤਿਨ ਕਾ ਬਹੁ ਸਭ ਗਵਾਸ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਰੂਪ ਸਮਾਸੀ ਸੇ ਦਨ ਦਿਆਇਆ ਜੀ ਜਨ ਨਾਨਕ ਤਿਨ ਬਲ ਜਾਸ ਤੇਰੀ ਭਗਤ ਭੰਡਾਰ ਜੀ ਬਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਮ ਤੁਜੀ ਹਰ ਨਿਕਨੇ ਕੰਤਾ
ਤੇਰੀ ਅਨੇਕ ਕਰੇ ਹਰ ਪੂਜਾ ਜੀ ਤਬ ਤਾਪੋ ਜਪੇ ਬੇਅੰਤਾ ਤੇਰੇ ਅਨੇਕ ਪੜੇ ਬੋ ਸਿਮਰ ਸਾਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਏ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਝੇ ਵਡਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਚਲ ਕਰਤਾ ਸੋਈ ਤੂੰ ਦਾਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੀ ਸੋਈ ਤੂੰ ਦਾਪੇ ਸਿਸ਼ਟ ਸਭ ਉਪਾਈ ਜੀ ਤੂੰ ਦਾਪੇ ਸਿਰ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭਸੇ ਕਾ ਜਨੋਈ ਆਸਾ ਮਿਲਾ ਚੌਥਾ ਤੂੰ ਕਰਤਾ ਸੱਚਿਆਰ ਮੈਡਾ ਸਾਈ ਜੋ ਤੂੰ ਬਾਏ ਸੋਈ ਤੀਸੀ ਜੋ ਤੂੰ ਦੇ ਸੋਈ ਓ ਪਾਈ ਰਾਓ ਸਭ ਤੇਰੀ ਤੂੰ ਸਭ ਨੇ ਦਿਆਇਆ ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਉਗਵਾਇਆ ਤੂੰ ਦਾ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝੀ ਮਾਏ ਤੁਝ ਬਿੰਦੂ ਜਾ ਕੋਏ ਨਾਏ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇ ਜਿਸਨੂੰ ਤੂੰ ਜਨਾਏ ਸੋਈ ਜਨ ਜਾਨੇ ਹਰ ਗੁਣ ਸਦਿਆ ਕੋ ਕਾਨੇ ਜਿਨ੍ਹਾਂ ਸੇਵਿਆ ਤਿਨ ਸੁਖ ਪਾਇਆ ਸਹਿਜੇ ਯਾਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭੋਏ ਤੁਧ ਬਿੰਦੂ ਜਾਵਰ ਨਾ ਕੋਈ ਤੂੰ ਕਰ ਕਰ ਵੇਖੇ ਜਾਣੇ ਸੋਏ ਜਨਨ ਗੁਰਮੁਖ ਪ੍ਰਗਟ ਹੋਏ ਅਸਾਂ ਮਿਲਾ ਪਹਿਲਾ ਤਿਤ ਸਗੇ ਬੈਲੇ ਨਿਵਾਸਾ ਪਾਣੀ ਪਾਵਕ ਤਿਨੀ ਕਿਆ ਪੰਕਜ ਮੋਹ ਪਗ ਨਿਸ਼ਾਲੇ ਅਮ ਦੇਖਾ ਤੈਂ ਡੂਬੀਅਲੇ ਮਨ ਏਕ ਨ ਚੇਤਿਸ ਮੂੜ ਮਨਾਰ ਵਿਸ ਤੇਰੇ ਗੁਣ ਗਲਿਆਰਾ ਨਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੂੰਗ ਦਾ ਜਨਮ ਬਿਆ ਪਨਵਤ ਨਾਨਕ ਤਿਨਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਸਾ ਮਿਲਾ ਪੰਜਵਾਂ ਭਈ ਪਰਾਪਤ ਮਾਨਕ ਦੇਵਰੀਆ ਗੋਬਿੰਦ ਮਿਲਨ ਕੀ ਏ ਤੇਰੀ ਵਰਿਆ ਵਰਕਾਜ ਤੇਰੇ ਕਿਤੇ ਨਾ ਕਾਮ ਮਿਲ ਸਾ ਸੰਗਤ ਬਜ ਕੇਵਲ ਨਾ ਸਰਮ ਜਾਮ ਲਾ ਬਹੁ ਜਾ ਤਰਨ ਕੇ ਜਨਮ ਬਿਰਤਾ ਜਾਤ ਰੰਗ ਮਾਇਆ ਕੇਰਾ ਜਪ ਤਪ ਸੰਜਮ ਦਰਨ ਕਮਾਇਆ ਸੇਵਾ ਸਾਧਨ ਜਾਣਿਆ ਰਾਇ ਕਉ ਨਾਨਕ ਅਮ ਨੀਚ ਕਰਮ ਸ਼ਰਨ ਪੜੇ ਕੀ ਰਾਖੋ ਸਰਮਾ ਏ ਕਿਉਂਕਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਉਂਡਾ ਚਸਕਾ ਕਾਟਾ ਸੀਸਾ ਸ੍ਰੀ ਅਸ ਕੇ ਜਗਤ ਕੇ ਈਸਾ ਪੋਪਨ ਬਿਸ਼ਟ ਗਗਨ ਤੇ ਬਈ ਸਾ ਬਿਨਾਨ ਵਧਾਈ ਦਈ
धने धने लोगन के राजा दुष्टन दाए गरीब निवाजा खलवान के सही जनारे दा जान में लो बारे कबो बाय बेनती चौपाई अमरी करो आदे रचा पूरन होए चित के इच्छा ताव चनन मन रहे हमारा अपना जान करो प्रतिपार हमरे दुष्ट सवे तुम गाओ अपादे मोए बचाओ सुखी बसे मोरो परिवारा सेवक सिख सबे करतार मोर चाने कर दे करिए सब रन को आय संगरिए पूरा नोए मारी आस तोर भजन की रे प्यास तुम्हें छाड़ कोई अवर न दियाऊं जो बचाऊं सो तुम ते पाऊं सेवक सिख मारे तारिए चुन चुन सत्र मारे मारी आप दे मुझे वरिए मरण काल का त्रास निवरी ओ जो सदा मारे बच्चा शैया दूजो करियो रच्छा राख लियो मोरा कनारे सैब संत साए प्यारी दीन बंदुष्टन के अंता तुम पूरी चत दस कंता काल पाए ब्रह्मा बपदरा काल पाए शिवजु अवतरा काल पाए कर विषन प्रकाशा सकल काल का किया तमास जमन काल जोगी शिव कियो वेद राज ब्रह्मा ज्योतियो जवन काल सब लोक सवारा नमस्कार है ताई हमारा जवन काल सब जगत बनायो देव दय जचन पुजायो आद्यंत के अवतारा सोई गुरु समझो हमार नमस्कार तिसी कुमारी सकल प्रजा जिनाव सवारी शिवकन को सगुण सुख दियो सतरन को पल मोह बद कियो घट घट के अंतर की जानत भले बुरे की पीर पछानत चीटी ते कुंचर स्तूला सपा कृपा दृष्ट कर फूला संतन दुख पाए ते दुखी सुख पाए साधन के सुखी एक एक की पीर पचाने गट गट के पट पट की जान जबुद करा करा करतारा बजा दर तब दे अपार जावा कर कर तो कबू तुम्हें मिला दे दर सब जेते बदन शिष्ट सावधारे आप अपनी बूझ उचार तुम सभी तेरे निरालम जानत भेद भेद आर आलम निरंकार निवकार निलंब आद नील अनाद संभ ताका मूड़ो चार्त बेदा जाको भेव न पावत बेद ताको कर पहान अनुमानत मां मूड़ कबे न जान मां देव को कह सदाशिव निरंकार का चिन्हित नैब
ਆਪ ਆਪਣੀ ਬੁਧਿਐ ਜੇਤੀ ਵਰਨਤ ਬਿਨ ਬਿਨ ਤੋਏ ਤੇ ਤੁਮਰਾ ਲਖਾ ਨਾ ਜਾਏ ਪਸਾਰਾ ਕੀ ਬੇ ਸਜਾ ਪ੍ਰਥਮ ਸੰਸਾਰ ਏਕੇ ਰੂਪ ਅਨੂਪ ਸਰੂਪਾ ਰੰਕ ਬਯੋ ਰਾਵ ਕੈ ਬੂਪਾ ਅੰਡਾ ਜੇ ਰੈ ਸੇ ਤੈ ਕੀਨੀ ਉਤਬਜ ਕਾਨ ਬਉ ਰਚ ਦੀਨ ਕਉ ਫੂਲ ਰਾਜਾ ਐ ਬੈਠਾ ਕਉ ਸਿਮਟ ਬਯੋ ਸ਼ੰਕਰ ਕਿਟਾ ਸਗਰੀ ਸ਼ੀ ਦਿਖਾਇ ਅਚੰਭਵ ਆ ਜੁਗਾ ਸਰੂਪ ਸਿਅੰਬ ਅਵਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੂਜਿਤੇ ਉਠਵਾਤ ਉਤਵਾਤ ਸਕਲ ਮਲੇ ਕਰੋ ਰੰਗਾਤ ਜੀ ਅਧੀ ਤਉ ਸ਼ਰਣੀ ਪੜੇ ਤਿਨਕੇ ਦੁਸ਼ਟ ਦੁਖ ਤੈ ਮਰੇ ਪੂਰਕ ਜਾਨ ਪਗ ਪਰੇ ਤਿਆਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਈ ਕੁਬਾਰ ਦੇ ਤਾਂ ਕੇ ਕਾਲ ਨਿਕਟ ਨਹੀਂ ਹੈ ਰੱਚਾ ਹੋਏ ਤਾਂ ਸਭ ਕਾਲਾ ਦੁਸ਼ਟਰੇ ਟਰੇ ਤਤਕਾਲ ਕਿਰਪਾ ਦਿਸ਼ਤਾਂ ਜਾਏ ਨੇਰੀਓ ਤਾਂ ਕੇ ਤਾਪ ਤਨ ਕਮਾਰੀ ਨਿਸ਼ਚਿਤ ਗਰਮੋ ਸਭ ਹੋਈ ਦੂਚਾ ਚ ਸਕੇ ਨਾ ਕੋਈ ਇੱਕ ਵਾਰ ਜਿਨ ਤੁਮੇ ਸੰਵਾਰਾ ਕਾਲ ਫਾਸਤੇ ਤਾਂ ਵਾਰ ਜਿਨ੍ਹਾਂ ਨਾਮ ਤਿਆਰੋ ਕਾਂ ਦਾਰੀ ਦੁਸ਼ਟ ਦੋਖ ਤੇਰਾ ਕੜਕੇ ਤੁਮੇ ਸ਼ਨ ਤਿਆਰੀ ਆਪਾ ਦੇ ਲਿਓ ਬਾਰੀ ਸਰਵ ਟੋਰ ਮੈਂ ਹੋਏ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਅੰਪ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤ ਕੇਲ ਵੇਖ ਸਕਲ ਦੇ ਕੋ ਵਰਤਾ ਦੁਸ਼ਟ ਦੋਕੀਅਨ ਕੋ ਛੈ ਕਰਤਾ ਚਿਰਿਆ ਦੂਜਾ ਬੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਚਤ ਫਲ ਪਾਵੇ ਸੋਈ ਦੁਖ ਨ ਤਿਸੇ ਵਿਆਪਤ ਕੋਈ ਅੜਿ ਸੁਨੇ ਗੁੰਗ ਜੋ ਜਾਏ ਸੁਰਸ ਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾਵੇ ਦੁਖ ਦਰਦ ਬੋ ਨਿਕਣ ਤਿੰਨਰ ਕੋਰੇ ਓ ਜੋ ਆਕੀ ਇੱਕ ਬਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰ ਸੈਸ ਬਨੀ ਜੇ ਅਰਧ ਸੈਸ ਪੁਨ ਤੀਨ ਕਈ ਜੇ ਭਾਦਰਵ ਸਦੀ ਅਸ਼ਟਮੀ ਰਵਾਰਾ ਤੀਰ ਸਤ ਦਰਾ ਗ੍ਰੰਥ ਸੁਧਾਰਾ ਇਤੀ ਸ੍ਰੀ ਚੈਤਿਓਪਕਿਆਨੇ ਤ੍ਰਿਆ ਚਿਤੇ ਮੰਤਰੀ ਭੂਪ ਸਮਾਨ 405 ਚਿਤ ਸਮਾਪਤ ਮਸਤ ਸੁਮਸਤ ਪੁਜੂ ਦੋਰਾ ਦਾਸ ਜਾਨ ਕਰ ਦਾਸ ਪਰ ਕੀਜੇ ਕਿਰਪਾ ਪਾਰੀ ਆਪ ਦੇ ਰਾਖ ਮੋ ਮਨ ਕ੍ਰਮ ਬਚਨ ਵਿਚਾਰ ਚੌਪਈ ਮੈਂ ਨਗਨ ਹਿੱਸੇ ਪਿਥਮ ਮਨਾਓ ਕਿਸ਼ਨ ਵਿਸ਼ਨ ਕਬੂ ਨਹੀਂ ਦਿਆਓ ਕਾਨ ਸੁਨੇ ਪਹਿਚਾਨ ਤਿੰਨ ਸੋ ਲਿਵ ਲਾਗੀ ਮੋਰੀ ਪਾਗਿਨ ਸੋ ਮਾਂ ਕਾਲ ਰਖਵਾਰ ਮਾਰੋ ਮਾਂ ਲੋ ਮੈਂ ਕਿੰਕਰ ਤਾਰੋ ਆਪਣਾ ਜਾਨ ਕਰੋ ਰਖਵਾਰ ਬਹਿ ਗਏ ਕੀ ਲਾਜ ਵਿਚਾਰ ਆਪਣਾ ਜਾਨ ਮੁਝੇ ਪਤ ਪਰਿਏ ਚੁਨ ਚੁਨ ਸਤਰ ਮਾਰੇ ਮਰੀ
ਦੇਗ ਤੇਗ ਜਗ ਮੇਂ ਦੋ ਚੱਲੇ, ਰੱਖ ਆਪ ਮੋਇ ਅਵਰ ਨਾਂਦਲ। ਤੁਮ ਮਮ ਕਰੋ ਸਦਾ ਪ੍ਰਤਿਪਾਰਾ, ਤੁਮ ਸਾਈ ਮੈਂ ਦਾਸ ਦਿਆਰਾ, ਜਾਨ ਆਪਣਾ ਮੁਝੇ ਨਿਵਾ, ਜਪ ਕਰੋ ਅਮਰੇ ਸਭ ਕਾਜ। ਤੁਮੋ ਸਭ ਰਾਜਨ ਕੇ ਰਾਜਾ, ਪੇ ਆਪ ਗਰੀਬ ਨਿਵਾਜਾ, ਦਾਸ ਜਾਨ ਕਰ ਕਿਰਪਾ ਕਰ ਮੋ ਹਾਰ ਪਰਾ ਮੈਂ ਆਨ ਦੁਆਰ ਤੋ। ਆਪਣਾ ਜਾਨ ਕਰੋ ਪ੍ਰਤਿਪਾਰਾ, ਤੁਮ ਸਾਈ ਮੈਂ ਕਿੰ ਕਰ ਤਾਰ, ਦਾਸ ਜਾਨ ਦੇ ਹਾਥ ਉਬਾਰੋ ਅਮਰੇ ਸਾਬੈਰੀਅਨ ਸੰਗਾਰ। ਪਿਤਮ ਦਰੋ ਭਗਵਤ ਕੋ ਧਿਆਨ, ਬੋਰ ਕਰੋ ਕਵਿਤਾ ਵਿਦਨਾਨ, ਕ੍ਰਿਸ਼ਨ ਜਤਾ ਮਚਿਤ ਉਚਾਰੋ, ਚੁਕੋਏ ਕਬ ਲਿਓ ਸੁਧਾਰੋ, ਕਬ ਬਾਚ ਦੁਰਾ, ਜੋ ਨਿਜ ਪ੍ਰਮੋ ਸੋ ਕਾ ਸੋ ਕਈਓ ਜਗ ਮਾਇ, ਜੋ ਤੈ ਪ੍ਰਭ ਕੋ ਧਿਆਏ ਅੰਤ ਸੁਰਗ ਕੋ ਜਾਏ ਦੁਰਾ। ਹਰੀ ਅਰਜਨ ਦੋਈ ਕੈ ਬਿਬ ਵਿਚਾਰ ਕਛ ਨਾਏ, ਜਲਤੇ ਪੈ ਤਰੰਗ ਜਉ ਜਲੀ ਬਿਕੇ ਸਮਾਏ ਦੋਰਾ। ਜਾ ਵਾਈ ਸੁਪ੍ਰਭ ਕੋ ਬਯੋ ਜਨਮ ਦਰਾ ਜਗ ਆਏ, ਅਮੈ ਕਥਾ ਸੰਖੇਪ ਤੇ ਸਭੁ ਕਹਿਤ ਸੁਨਾਏ, ਕਬ ਬਾਚ ਦੋਰਾ। ਠਾਡ ਬਯੋ ਮੈਂ ਜੋਰ ਕਰ ਬਚਨ ਕਾ ਸਿਰ ਨਿਆਏ, ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਾਏ ਦੋਰਾ। ਜੇ ਜੇ ਤੁਮਰੇ ਧਿਆਨ ਕੋ ਨਿਤ ਉਠਦੇ ਸੰਤ, ਅੰਤ ਲੈਂਗੇ ਮੁਕਤ ਪਲ ਪਾਵੇਂਗੇ ਭਗਵੰਤ ਦੋਰਾ। ਕਾਲ ਪੁਰਖ ਕੀ ਦੇ ਮੋ ਕੋਟਕ ਵਿਸ਼ਨ ਮਹੇਸ਼, ਕੋਟਿੰਦਰ ਬ੍ਰਹਮਾ ਕਿਤੇ ਰਸਸ ਕੋਰ ਜਲੇਸ ਦੋਰਾ। ਰਾਮ ਕਥਾ ਜੁਗ ਜੁਗ ਅਟਲ, ਸਭ ਕੋਈ ਬਾਕਤ ਨੇਤ, ਸੁਰਗ ਬਾਰ ਅਗਬਾਰ ਕਰਾ ਸਗਰੀ ਪੁਰੀ ਸਮੇਤ ਚੌਪਈ। ਜੋ ਇਹ ਕਥਾ ਸੁਨੇ ਅਰ ਗਾਵੇ, ਦੁੱਖ ਪਾਪ ਤੈ ਨਿਕਟ ਨਾਵੇ, ਵਿਸ਼ਨ ਭਗਤ ਕੀ ਏ ਪਲੋਈ, ਆਦ ਵਿਆਹ ਛੈ ਸਕੇ ਨਾ ਕੋਈ, ਸੰਮਤ ਸਤਰੈ ਸਹਿਸ ਪਚਾਵਨ, ਆੜ ਵਧੀ ਪਤਮ ਸੁਖ ਦਾਵਨ, ਤਾ ਪ੍ਰਸਾਦ ਕਾ ਗ੍ਰੰਥ ਸੁਧਾਰਾ, ਭੂਲ ਪਰੀ ਲੈ ਲਿਓ ਸੁਧਾਰਾ ਦੋਰਾ। ਨੋਤ ਤੁਮ ਕੇ ਚਰਨ ਤਰ ਸਦਾ ਤੀਰ ਤਰੰ, ਸ਼੍ਰੀ ਭਗਵਤ ਪੂਰਨ ਕਿਓ ਰਘੁਬਰ ਕਥਾ ਪ੍ਰਸੰਗ ਦੋਰਾ। ਸਾਧ ਸਾ ਜਾਨੋ ਨਹੀਂ ਵਾਦ ਸੁਵਾਦ ਵਿਵਾਦ, ਗ੍ਰੰਥ ਸਕਲ ਪੂਰਨ ਕਿਓ ਭਗਵਤ ਕਿਰਪਾ ਪਰ ਸਾਧ ਸਵਿਆ। ਆਏ ਗਏ ਜਬ ਤੇ ਤੁਮਰੇ, ਤਬ ਤੇ ਕੋਈ ਆਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਮਤ ਏਕ ਨਮਨ, ਸਿਮਰ ਸ਼ਾਵੇ ਸਵੇ ਬਹੁ ਭੇਦ ਕੈ ਆਮ ਏਕ ਨ ਜਾਨਿਓ, ਸ੍ਰੀ ਅਸੀ ਪਾਨ ਕਿਰਪਾ ਤੁਮਰੀ ਕਰ,
ਮੈਂ ਨਾ ਕਹਿਉ ਸਭ ਤੋਏ ਬਕਿਆ ਨਿਉ ਦੋਰਾ ਸਗਲ ਦੁਆਰ ਕਿਉਂ ਛੱਡ ਕੇ ਗਿਉ ਤੁਆਰੋ ਦੁਆਰ ਬਾਏ ਗਏ ਕੀ ਲਾਜ ਅਸ ਗੋਬਿੰਦਾਸ ਤੁਆ ਰਾਮ ਕਲੀ ਮਹਿਲਾ ਤੀਜਾ ਆਨੰਦੇ ਕਿਉਂਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸੇ ਸੇ ਤੀ ਮਨ ਵਜੀਆਂ ਵਾਦਾਈ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਈਆਂ ਸ਼ਬਦ ਉਤ ਗਾਓ ਹਰੀ ਕੇਰਾ ਮੰਜਨੀ ਵਸਾਇਆ ਕਹਿ ਨਾਨਕ ਆਨੰਦ ਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੀਆ ਤੂੰ ਸਦਾ ਰਹੁ ਹਰ ਨਾਲ ਹਰ ਨਾਰਾਉ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ ਸਭਨਾ ਗਲਾਂ ਸਮਰੱਥ ਸੁਆਮੀ ਸੁਖ ਮਨ ਵਿਸਾਰੇ ਕਈ ਨਾਨਕ ਮਨ ਮੀਰ ਸਦਾ ਰਹੁ ਹਰ ਨਾਲ ਸਾਚੇ ਸਹਿਬਾ ਕਿਆ ਨਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਾਰਾ ਤੇਰੀ ਨਾਮ ਮਨ ਵਸਾਏ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਗਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਈ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਸਾਂ ਸੁਖ ਮਨਾਏ ਵਸਿਆ ਜਿਨ ਇੱਛਾ ਸਾਫੂ ਜਾਈ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਈ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸਵਾਗੇ ਘਰ ਸਵਾਗੇ ਸ਼ਬਦ ਵਾਜ ਕੱਲਾ ਜਿਤ ਗਾਰੀਆ ਪੰਜੂ ਤੁਦ ਵਸ ਕੀਤੇ ਕਾਲ ਕੰਟਕ ਮਾਰੀ ਦੁਰਕਰਮ ਪਾਇਆ ਤੁਜਨ ਕਿਉਂ ਸੇ ਨਾਮ ਹਰ ਕੇ ਲਾਗੇ ਕਈ ਨਾਨਕ ਤੈ ਸੁਖੋਆ ਤਿਤ ਗਰ ਅਨਦ ਵਾਜ ਆਨੰਦ ਸੁਨੋ ਵੜ ਵਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰ ਦੁਖ ਰੋਗ ਸੰਤਾਪ ਉਤਰੇ ਸੁਨੀ ਸੱਚੀ ਬਾਣੀ ਸੰਸਾਜਨ ਵੇ ਸਸੇ ਪੂਰੇ ਗੁਰ ਤੇ ਜਾਨ ਸੁਨਤੇ ਪੁਨੀ ਕਹਿਤੇ ਪੁਤ ਸਤਿਗੁਰ ਆਵਰ ਪੂਰੇ ਬਿਨਵੰਨਾ ਨਗੋ ਚਣ ਲਾਗੇ ਵਾਜੇ ਅਨਦ ਤੂਰੇ ਮੁਦਾਉਣੀ ਮਹਿਲਾ ਪੰਜਵਾਂ ਥਾਲ ਵੇ ਤਿੰਨ ਵਸਤੂ ਪਇਓ ਸਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਭ ਸਦਾਰ ਜੇ ਕੋ ਖਾਵੇ ਜੇ ਕੋ ਬੁੰਚੇ ਤਿਸਕਾ ਹੋਏ ਉਦਾਰੋ ਹੇ ਵਸਤ ਜੀ ਨਹੀਂ ਜਾਈ ਨਿਤ ਨਿਤ ਰਾਖੋਰਦਾਰ ਤਮ ਸੰਸਾਰ ਚਣ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹਿਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ
तरस पयोई तरस भया मैं राम त्योई सतगुरु सज्जन मिलिया नानक नाम मिले ता जीवान तन मन तिवे हरिया पौड़ी ਜਿੱਤੇ ਤੂੰ ਸਮਰੱਥ ਜਿੱਤੇ ਕੋਈ ਨਾਏ ਉੱਤੇ ਤੇਰੀ ਰਾਖਾ ਨਿਉ ਦਰਮਾਏ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਉ ਬਹੁ ਜਲ ਵਿਕਮਸਕਾ ਗੁਰ ਸ਼ਬਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਲਮਿਓ ਪੁਨ ਗੁਣ ਗੋਬਿੰਦ ਗਾਏ ਸਭ ਸੇ ਨੋ ਕਿਰਪਾਲ ਸੰਭਾਲੇ ਸਾਏ ਸਾਏ ਬਿਰਤਾ ਕੋਈ ਨਾ ਜਾਏ ਜੀ ਆਵੇ ਤੂ ਦਾਇ ਸਲੋਕ ਮਹਿਲਾ ਪੰਜ ਅੰਤਰ ਗੁਰੂ ਆਰਾਧਨਾ ਜੇਵਾ ਜਪ ਗੁਰੂ ਨਾਉ ਨੇਤਰੀ ਸਤਿਗੁਰੂ ਪੇਕਨਾ ਸਵਨੇ ਸੁਨਾ ਗੁਰੂ ਨਾਉ ਸਤਿਗੁਰੂ ਸੇ ਤੀਰਤਿਆ ਦਰਗੇ ਪਾਈਏ ਟਾਉ ਕੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤ ਦੇ ਜਗ ਮੈਂ ਉੱਤਮ ਕਾਢੀਏ ਵਿਰਲੇ ਕਈ ਕੇ ਮਹਿਲਾ ਪੰਜਵਾਂ ਰੱਖੇ ਰੱਖਣ ਆਰਾ ਪੁਬਾਰੀ ਗੁਰ ਕੀ ਪੈਰੀ ਪਾਏ ਕਾਇ ਸਵਾਰੀਅਨ ਹੋਆਪ ਦਿਆਲ ਮਨੂ ਨਾ ਵਿਸਾਰੀਅਨ ਸਾਜਨਾ ਕੇ ਸੰਗ ਬਹੁ ਜਲ ਤਾਰੀਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਏ ਬਿਦਾਰੀਅਨ ਤਿਸੈ ਕੀ ਟੇਕ ਨਾਨਕ ਮਨੀ ਮਾਏ ਜਿਸ ਅੰਮ੍ਰਿਤ ਕੋਏ ਸਗਲੇ ਦੁੱਖ ਜਾਏ ਤਿਸੈ ਕੀ ਟੇਕ ਨਾਨਕ ਮਨੀ ਮਾਏ ਜਿਸ ਅੰਮ੍ਰਿਤ ਸੁਖੋਏ ਸਗਲੇ ਦੁੱਖ ਜਾਏ ਸਗਲੇ ਦੁੱਖਾਂ ਪਾਪਾਂ ਕਾ ਨਾਸ਼ ਤੇਰੇ ਭਜਨ ਦਾ ਪਰਗਾਸ ਪੌੜੀ ਕੀਤਾ ਲੋੜੀਏ ਕੰਮ ਸਵਾਰ ਪਏ ਆਖੀ ਕਾਰਜ ਦਿਓ ਸਵਾਰ ਸਤਿਗੁਰ ਸਹਿ ਸਾਖੀਏ ਸੰਤਾਂ ਸੰਵਿਧਾਨ ਅੰਮ੍ਰਿਤ ਚਾਖੀ ਮੈਂ ਬੰਜਨ ਮਿਹਰਬਾਨ ਦਾਸ ਕੀ ਰਾਖੀਏ ਨਾਨਕ ਹਰ ਗੁਣ ਗਾਏ ਅਲਕ ਪ੍ਰਭ ਲਾਖੀਏ ਵੈ ਬੰਜਨ ਮਿਹਰਬਾਨ ਦਾਸ ਕੀ ਰਾਖੀਏ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇ ਉਚੇ ਤੇ ਉਚਾ ਸਗਲ ਸਮਗਰੀ ਤੁਮਰੇ ਸੁਤਰ ਤਾਰੀ ਤੁਮ ਤੇ ਹੋਏ ਸੋ ਤੁਮਰੇ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ
ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਸਹਾਈ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉਣ ਦਾਵੇ ਤਾਏ ਸਭ ਥਾਈ ਸਹਿਤ ਸਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾ ਪਾਤਸ਼ਾਹੀਆਂ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਿਦਾਰ ਜੀ ਕਾ ਧਿਆਨ ਦਰਗੇ ਬੱਲੋ ਜੀ ਪੰਜਾਬ ਪਿਆਰਿਆਂ ਚੋਂ ਸਾਹਿਬਜ਼ਾਦੇ ਚਾਲੀ ਮੁਕਤਿਆਂ ਹਠੀਆਂ ਜਪਿਆਂ ਤਪਿਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਹਾਈ ਦੇਖ ਕੇ ਅੰਡਟ ਕੀਤਾ ਤਿਨਾਂ ਪਿਆਰੀਆਂ ਸੱਚਿਆਰੀਆਂ ਦੀ ਕਮਾਈ ਦਾ ਧਿਆਨ ਦਰਕੇ ਬੱਲੋ ਜੀ ਜਿਨ੍ਹਾਂ ਸਿੰਘਾਂ ਸਿੰਘਣ ਤਰੰਬੀ ਸ਼ੀਸ਼ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰੀਆਂ ਨਾਲ ਚਿਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮੀ ਹਾਰਿਆ ਸਿੱਖੀ ਕੇਸਾ ਸੁਆਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਦਰਗੇ ਬੱਲੋ ਜੀ ਪੰਜਾਬ ਤਖਤਾਂ ਸਰਬਤ ਗੁਰਦੁਆਰਿਓ ਕਾ ਧਿਆਨ ਦਰਗੇ ਬੱਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜਿਨੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਛਿਆ ਰਿਹਾ ਤੇ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੁੱਲ ਬਾਲੇ ਬੱਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੀਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਟਲ ਤ੍ਰਮ ਕਾ ਜੈਕਾਰ ਬੱਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਿਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਗੁਰੂ ਨਿਤਾਣਿਆਂ ਦੀ ਤਾਣ ਨਿਓਟੀਆਂ ਦੀ ਓਟ ਨਿਆਸਰਿਆਂ ਦੇ ਆਸਰੇ ਜੁਗੋ ਜੁਗ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਗਰੀਬ ਨਿਵਾਜ ਸਤਿਗੁਰੂ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਆਪ ਜੀ ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਬਖਸ਼ ਰਹੇ ਹੋ ਹਜ਼ੂਰ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰ ਜੀ ਸਾਹਮਣੇ ਦੇ ਦੀਵਾਨਾਂ ਵਿੱਚ ਦਾਤਾਰ ਪਿਤਾ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾਤਾਰ ਜੀਓ
ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਛੋਹ ਪ੍ਰਾਪਤ ਦਾਤਾਰ ਜੀ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਯਾਤਰਾ ਆਪ ਜੀ ਦੀ ਅਪਾਰ ਰਹਿਮਤ ਸਦਕਾ ਸੰਪੂਰਨ ਹੋਈ। ਸ਼ੁਕਰਾਨਾ ਕਰਦੀਆਂ ਦੀਵਾਨ ਸਜਾਏ ਨੇ ਸਤਿਗੁਰ ਜੀ ਸਾਹਮਣੇ ਦੇ ਦੀਵਾਨਾਂ ਵਿੱਚ ਸੋਦਰ ਰਹਿਰਾ ਸਾਹਿਬ ਜੀ ਦੇ ਜਾਪ ਹੋਏ ਗੁਰਬਾਣੀ ਪੜ੍ਹਦਿਆਂ ਹੋਈਆਂ ਸਮੁੱਚੀ ਸੇਵਾ ਨਿਭਾਉਂਦੀਆਂ ਬੇਅੰਤ ਗਲਤੀਆਂ ਦੀ ਖਿਮਾ ਕਰਨਾ ਜੀ ਅਗਾਂਹ ਵਾਸਤੇ ਆਪ ਜੀ ਦੀ ਬਾਣੀ ਨੂੰ ਸ਼ੁੱਧ ਉਚਾਰਨ ਦੀ ਸੋਝੀ ਬਖਸ਼ਣਾ ਗਰੀਬ ਨਿਵਾਜ ਸਤਿਗੁਰ ਦਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਅਰਦਾਸਾਂ ਪ੍ਰਵਾਨ ਕਰਨਾ ਜੀ ਆਪ ਜੀ ਦੇ ਚਰਨਾਂ ਵਿੱਚ ਕਾਕਾ ਕੁਣਾਲ ਦੇ ਲਈ ਪਰਿਵਾਰ ਦੀ ਅਰਦਾਸ ਹੈ ਜੀ ਬੱਚੇ ਦੇ ਸਿਰ 'ਤੇ ਮਿਹਰ ਬਰੇ ਹਾਥ ਰੱਖਣਾ ਪਰਿਵਾਰ ਦੀਆਂ ਬੇਨਤੀਆਂ ਅਰਦਾਸਾਂ ਪ੍ਰਵਾਨ ਕਰਨਾ ਰਹਿਮਤ ਕਰੋ ਸਤਿਗੁਰ ਪਾਵਨ ਹੁਕਮ ਦੀ ਦਾਤ ਬਖਸ਼ੋ ਜੀ ਸਰਬੱਤ ਨੂੰ ਨਿਹਾਲ ਕਰੋ ਅਤੇ ਉਪਰੰਤ ਕੀਰਤਨ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ ਸਹੀ ਪਿਆਰੇ ਮਿਲੋ ਜਿਨਾ ਮਿਲੇ ਆਪ ਜੀ ਦਾ ਹੀ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਡੰਡੋਤ ਬਨਾਨਕ ਬਾਰੀ ਸਰਬ ਕਲਾ ਸਮਰਤ ਡੋਲਨ ਤੇਰਾ ਕੋ ਪ੍ਰਭੂ ਨਾਨਕ ਤੇ ਕਰ ਹੱਥ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਨ ਨਿਰਮਲ ਕਰਨੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਔਗੁਣ ਹਮਾਰੇ ਦਇਆ ਕਰੋ ਕਿਛ ਮੇਰੂ ਪਾਓ ਡੁੱਬਦੇ ਪੱਥਰ ਤਾਰ ਸੋ ਕੋਟਾਲ ਗੁਰੂ ਸੇਵੀਏ ਸਹਿਜ ਸੁਭਾਏ ਦਰਸ਼ਨ ਪਰਸੀਏ ਸਤਿਗੁਰੂ ਕੇ ਜਨਮ ਮਰਨ ਦੁੱਖ ਜਾਇ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਧੰਨਾ ਸ੍ਰੀ ਮਹਿਲਾ ਪਹਿਲਾ ਜਿਉ ਤਪਤੈ ਬਾਰੋ ਬਾਰ ਤਪ ਤਪ ਖਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਜਕਨ ਹੋਏ ਬਿਨ ਬੋਲੇ ਜਾਣੇ ਸਭ ਸੋਏ ਰਾ
ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੀਵਾ ਦਿੱਤੀ ਬੋਲੇ ਤਾ ਜਿਨ ਮਨ ਰਾਖਿਆ ਅਗਨੀ ਪਾਏ ਵਾਜੇ ਪੌਣ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸਵਾਦ ਸੱਬਾ ਕਾਲਕ ਦਾਗਾ ਦਾਗ ਦੋਸ ਮੈਂ ਲਿਆ ਜਾਏ ਦਰਗੈ ਬੈਸਨ ਨਾਈ ਜਾਏ ਕਰਮ ਮਿਲੇ ਆਖਣ ਤੇਰਾ ਨਾਂ ਜਿਤ ਲਗ ਤਰਨਾ ਹੋਰ ਨਹੀਂ ਥਾਂ ਜੇ ਕੋ ਡੂਬੇ ਫਿਰ ਹੋਵੇ ਸਾਰੇ ਨਾਨਕ ਸਾਚਾ ਸਰਬ ਦਤਾਰ ਕਰਮ ਮਿਲੇ ਆਖਣ ਤੇਰਾ ਨਾਂ ਜਿਤ ਲਗ ਤਰਨਾ ਹੋਰ ਨਹੀਂ ਥਾਂ ਜੇ ਕੋ ਡੂਬੇ ਫਿਰ ਹੋਵੇ ਸਾਰੇ ਨਾਨਕ ਸਾਚਾ ਸਰਬ ਦਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋ ਪੌਣ ਗੁਰੂ ਪਾਣੀ ਪਿਤਾ ਮਾਤਾ ਦਤ ਮਤ ਦੁਸਾਤੋ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾ ਨਾਨਕ ਤੇ ਮੁਖਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾ ਨਾਨਕ ਤੇ ਮੁਖਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ ਗੁਰੂ ਪਿਆਰੀ ਸਾਧ ਸੰਗਤ ਜੀਓ ਫਤਿਹ ਵਿੱਚ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਸ਼ਾਮ ਦਾ ਵਿਸ਼ੇਸ਼ ਦੀਵਾਨ ਸ਼੍ਰੀ ਗੁਰਦੁਆਰਾ ਸਾਹਿਬ ਹਰਿਮਨਗਰ ਸੋਨੀਪਤ ਵਿਖੇ ਜੋ ਸੰਗਤਾਂ ਸਾਧ ਸੰਗਤ ਜੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਇਸ ਦੇ ਨਾਲ ਨਾਲ ਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੋ ਕਿ ਪਾਕਿਸਤਾਨ ਵਿੱਚ ਹੈ ਉੱਥੇ ਸੰਗਤਾਂ ਯਾਤਰਾ ਵਾਸਤੇ ਗਈਆਂ 27 ਮਾਰਚ ਤੋਂ ਲੈ ਕੇ 30 ਮਾਰਚ ਤੱਕ ਦਾ ਇਹ ਪ੍ਰੋਗਰਾਮ ਸੰਗਤਾਂ ਖੁੱਲ੍ਹੇ ਦਰਸ਼ਨ ਦੇ ਦਾਅਰੇ ਕਰਕੇ
ਇਹ ਵਾਪਸ ਗੁਰਦੁਆਰਾ ਸਾਹਿਬ ਪੁੱਜੀ ਹਾਂ ਅਤੇ ਸਾਧ ਸਿੰਘ ਜੀ ਅੱਜ ਜੋ ਵੀ ਸਾਡੇ ਵੀਰ ਪ੍ਰਬੰਧਕ ਸੱਜਣ ਜੋ ਇਹ ਸੰਗਤਾਂ ਲੈ ਕੇ ਗਏ ਸੀ ਉਹ ਸ਼ੁਕਰਾਣਾ ਕਰਦੇ ਹੋਏ ਅਕਾਲ ਪੁਰਖ ਦਾ ਸ਼ੁਕਰਾਣਾ ਕਰਦੇ ਹੋਏ ਕਿ ਆਪ ਜੀ ਦੀ ਕਿਰਪਾ ਨਾਲ ਸਾਰਾ ਹੀ ਸਮਾਗਮ ਸਕੁਸ਼ਲ ਇਹ ਸੰਗਤਾਂ ਪੁੱਜੀਆਂ ਹਨ ਇਹ ਸ਼ੁਕਰਾਣੇ ਵਜੋਂ ਇਹ ਪ੍ਰੋਗਰਾਮ ਰੱਖੇ ਗਏ ਹਨ ਸ਼ਾਮ ਦੇ ਦੀਵਾਨ ਹੁਣੇ ਹੀ ਸਾਡੇ ਵੀਰ ਹਰਨਾਮ ਜੀ ਅਰੋੜਾ ਸ਼੍ਰੀ ਰਾਜ ਸਾਹਿਬ ਜੀ ਦਾ ਪਾਠ ਕਰ ਰਹੇ ਸੀ ਹੁਣ ਆਓ ਆਰਤੀ ਸਾਹਿਬ ਦੇ ਕੀਰਤਨ ਭਾਈ ਸਮੋਦ ਸਿੰਘ ਜੀ ਕੁਲਦੀਪ ਸਿੰਘ ਜੀ ਜੋ ਨਿਤਨੇਮੀ ਜੱਥਾ ਹੈ ਗੁਰਦੁਆਰਾ ਹਿਮਨਗਰ ਸਾਹਿਬ ਜੀ ਦਾ ਉਹ ਆਪ ਜੀ ਨੂੰ ਗੁਰਦੇ ਕੀਰਤਨ ਨਾਲ ਜੋੜਨਗੇ ਜਿੱਥੇ ਤੱਕ ਦਾਸ ਦੀ ਆਵਾਜ਼ ਪੁੱਜ ਰਹੀ ਹੈ ਸੰਗਤਾਂ ਦੇ ਚਰਨਾਂ ਵਿਚਕਾਰ ਬੇਨਤੀ ਪ੍ਰੋਗਰਾਮ ਦੀ ਪ੍ਰਾਰੰਭਤਾ ਹੋ ਚੁੱਕੀ ਹੈ ਅਤੇ ਇਸਦੇ ਨਾਲ ਨਾਲ ਹੀ ਸਾਰੀ ਇਸ ਪ੍ਰੋਗਰਾਮ ਦੀ ਲਾਈਵ ਰਿਕਾਰਡਿੰਗ ਲਾਈਵ ਕਾਸਟਿੰਗ ਇਹ ਸਾਡੇ ਵੀਰ ਬਾਣੀ .net ਵਾਲੇ ਇਹ ਲਾਈਵ ਪ੍ਰਸਾਰਿਤ ਕਰ ਰਹੇ ਹਨ ਉਹਨਾਂ ਦਾ ਵੀ ਧੰਨਵਾਦ ਆਪ ਜੀ ਆਪਣੇ ਘਰ ਬੈਠੇ ਵੀ ਇਸ ਕੀਰਤਨ ਦਾ ਆਨੰਦ ਮਾਣ ਸਕਦੇ ਹੋ ਆਓ ਭਾਈ ਸਾਹਿਬ ਭਾਈ ਸਮੋਦ ਸਿੰਘ ਜੀ ਕੁਲਦੀਪ ਸਿੰਘ ਜੀ ਪਾਸੋਂ ਕੀਰਤਨ ਸ਼੍ਰਵਣ ਕਰੋ ਅਤੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਜੀ ਵਾਹਿਗੁਰੂ ਵਾਹਿਗੁਰੂ ਜੀ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਸ੍ਰੀ ਵਾਹਿਗੁਰੂ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗਣਿਤ ਗੁਣ ਠਾਕੁਰ ਪ੍ਰਭ ਤੇਰੇ ਮੋਹਿ ਅਨਾਥ ਤੁਮਰੀ ਸਰਣਾਈ ਕਰ ਕਿਰਪਾ ਹਰ ਚਰਣ ਦਇਆ ਕਰੋ ਦਇਆ ਕਰੋ ਬਸੂ ਮਨ ਆਏ ਮੋਹ ਨਿਰਗੁਣ ਲਿਜੈ ਲੜ ਲਾਏ ਦਇਆ ਕਰੋ ਬਸੂ ਮਨ ਆਏ ਮੋਹਿ ਨਿਰਗੁਣ ਲਿਜੈ ਲੜ ਲਾਏ ਆਨੰਦ ਗੁਣੀ ਨਿਧਾਨ ਗੁਰੂ ਗਰੀਬ ਨਿਵਾਜ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਅਨਾਸਰੀ ਮਹਿਲਾ ਪਹਿਲਾ
ਆਰਤੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਗਗਨ ਮਥਾਲ ਰਵ ਚੰਦ ਦੀਪਕ ਬਨੇ ਤਾਰ ਕਮੰਡਲ ਜਨਕ ਮੋਤੀ ਰੂਪ ਮਨ ਆਲ ਮੋਹਨ ਚਲ ਸਗਲ ਬਨ ਰਾਏ ਜੋਤੀ ਕੈਸਿਆ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋ ਪ੍ਰਗਟ ਹੋਏ ਜੋ ਇਸ ਪਾਵ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਹਿਤ ਮਨੋ ਅਨਦਿਨ ਮੋਹੇ ਸਾਰੇ
मंगला हरि मंगल राजा उत्तम दिय निर्मल तू ही निरंजन कमला भय तार गोविंदे शरण पड़े भज परमानंदे सुन संध्या तिर देव देवा कर अद्भुत आज समान सीत समा तिरु अंत नहीं पाया नाच रहे ले हो आरती पुरख निरंजन सतगुर पूजो पाए ठांडा ब्रह्मा निगम अलख न लगिया जाए तत तेल और नाम किया बाती दीपक दे उजियारा जोत लाए जगदीश जगाया पूजे आरा पंचे समद नाना संगे सारंग पानी कबीर दास तेरी आरती की निरंकार निर्वाणी गोपाल तेरा दयाल तेरा जो जो तुम्हारी भगत कर पनिया छादन निका अनाज मंगो सत सीता गौ भैंस मंगो लावेरी ताजन पुरी वाहगुरु गण की जी हर चंगे जन धन्ना देव गोपाल तेरा कैसे बने तुम संगे आप न जे हो तने हो दूसर मांगो चूना पाओ क्यों संग लूना हद सिर मांगो ताले मांगो दोनों भक्त जीवाले हाथ मंगो जो पाही सिर हाड़ा लाए ऊपर को मांगो किता तेरी भक्त करे जन किता मैं ना ही किता लाको तेरा मैं पागो है कबीर मन मानिया तो हर जानिया कैसी बने दयाल कैसी बने तुम संगे संगे आप न देव हो तले हो मंगे मंगे सवैया याति प्रसन्न भई है महामुन जीवन की तप में सुख पाए
पक्षर नृत दिखावे शंखन की गुण घंटन की कर फूलन की कर और दीपोट करे सुर सुंदर एक पुरंदर के दानक दक्षण देके पर दक्षण पाल में कुंतम कोलाहल देवपुरी में देवान के कुल मंगल गावे हे राम हे सस हे करुणानी मेरी आबेन की सुन लीजे और न मांगत हो तुम ते कछ चाह है चित मैं सोई शास्त्रान शोआत हिरण भीतर जुजे मरो तो साज वादी जे सत सहाय सदा जग माहे कृपा कर श्याम इहे वर दीजे पाए गए जब ते तुम रे तब ते को आग करे नहीं अन्यो राम रहीम पुराने एक नमनियो सुमरत शास्त्र वेद सब बहुतेर कहे हम एक न जाने सिरियस पाल कृपा तुम्हारी कर मैं ना कहो सब तो हे बखानियो दोहरा सगल द्वार को छाड़ के जयो तुहार आहे गए के लाज अस गोविंद दास तुहार ऐसे जन पर ताप ते जीवन बढ़ियो पर ताप तीन लोक जय जय कर रहे नाम सतजाप चतर चक्कर बरती चतर चक्कर भुगते स्वंभव सुभंग सर्वदा सर्व परनासी दयाल स्वरूपे सदा अंग संगे अभंगं विभूते वाहे गुरु। आओ गुरु प्यारे साध संग जी वड़ भागी हाँ धन धन साहिब श्री गुरु ग्रंथ साहिब महाराज जी की पावन पवित्र हजूरी के अंदर जुड़ बैठ के महान गुरमत दीवान का आनंद माण रहा हूँ। देश विदेश विच बैठिया संगतां भी ये बाणी सुन पा रही ने ते सत्संग जी सच जाणियो गुरु की कृपा तो बिना नहीं मिलता ते जिहदी कृपा दे नाल मिलिया है फिर उहदा शुकराना ते बनता है ते सत्संग जी ਗੁਰਸਿੱਖੀ ਦੇ ਗੁਣ ਵੀ ਨੇ ਨਾ ਨਿਵਣ ਸੋਖਰ ਖਵਣ ਗੁਣ ਜਿਹਾ ਮਣੀਆ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸਾ ਵੀ ਕੰਤ ਪਰਮਾਤਮਾ ਤਾਂ ਹੀ ਵਸਾਉਂਦਾ ਹੋਵੇ ਨਾ
ਜੇ ਸਾਡੇ ਪੱਲੇ ਤਿੰਨ ਗੁਣ ਹੋਣ, ਸਭ ਤੋਂ ਪਹਿਲਾਂ ਨਿਵਣਾ ਆਉਣਾ ਹੋਵੇ। ਜੇ ਸਾਨੂੰ ਨਿਵਣਾ ਆਉਂਦਾ ਹੈ ਤਾਂ ਅਸੀਂ ਭਾਣੇ ਦੇ ਵਿੱਚ ਰਵਾਂਗੇ, ਅਤੇ ਜੇ ਭਾਣੇ ਦੇ ਵਿੱਚ ਰਹਿਣਾ ਆ ਗਿਆ ਤਾਂ ਸੱਚ ਜਾਣਿਓ ਜੇਬਾਂ ਦੇ ਨਾਲ ਮਿੱਠਾ ਬੋਲਣਾ ਵੀ ਆ ਜਾਂਦਾ ਹੈ। ਅਤੇ ਭਗਤ ਫਰੀਦ ਦਾਸ ਜੀ ਕਹਿੰਦੇ ਨੇ, ਜੇ ਤਿੰਨ ਗੁਣ ਤੇਰੇ ਕੋਲ ਹੋਣ ਨਾ ਤਾਂ ਸੱਚ ਜਾਣਿਓ ਪਰਮਾਤਮਾ ਵੀ ਤੇਰੇ ਵੱਸ ਹੈ। ਜੇ ਤਿੰਨ ਗੁਣ ਤੇਰੇ ਕੋਲ ਹੋਣ ਤਾਂ ਅਸੀਂ ਅੱਜ ਸਾਰੇ ਉਸ ਸ਼ੁਕਰਾਨੇ ਸਮਾਗਮ ਦੇ ਵਿੱਚ ਜੁੜੇ ਹਾਂ। ਆਓ ਸਾਰੇ ਕਿਰਪਾ ਕਰੋ, ਸਭ ਦੇ ਨਾਲ ਜੁੜੀਏ ਸਤਿਗੁਰ ਦਾ ਸ਼ੁਕਰਾਨਾ। ਤੂੰ ਹੀ ਰਸ, ਤੂੰ ਹੀ ਜਸ, ਤੂੰ ਹੀ ਰੂਪ, ਤੂੰ ਹੀ ਰੰਗ, ਹੇ ਪਰਮਾਤਮਾ ਸਾਡੇ ਵਾਸਤੇ ਤਾਂ ਸਾਰਾ ਕੁਝ ਤੂੰ ਹੀ ਹੈ। ਤੂੰ ਹੀ ਸਾਡਾ ਰੂਪ ਹੈ, ਤੂੰ ਹੀ ਰੰਗ ਹੈ, ਜਿਹੜਾ ਜਿਹਾ ਦੇ ਨਾਲ ਬੋਲ ਰਿਹਾ ਉਹ ਰਸ ਵੀ ਤੂੰ ਹੀ ਹੈ ਪਰਮਾਤਮਾ। ਫਿਰ ਆਸ ਸੋਟ ਵੀ ਤੇਰੀ ਹੀ ਹੈ, ਸਾਨੂੰ ਆਸ ਸੋਟ ਪ੍ਰਭ ਤੇਰੀ। ਆਓ ਕਿਰਪਾ ਕਰੋ ਸਾਰੇ, ਆਸ ਓਟ ਪ੍ਰਭ ਤੇਰੀ, ਆਸ ਓਟ ਪ੍ਰਭ ਤੇਰੀ, ਤੂੰ ਹੀ ਰਸ, ਤੂੰ ਹੀ ਜਸ, ਤੂੰ ਹੀ ਰੂਪ, ਤੂੰ ਹੀ ਕਿਰਪਾ ਕਰੋ, ਰਸ ਤੂੰ ਹੀ ਜਸ, ਤੂੰ ਹੀ ਰੂਪ, ਤੂੰ ਹੀ ਤੂੰ ਹੀ ਰਸ, ਤੂੰ ਹੀ ਜਸ, ਤੂੰ ਹੀ ਰੂਪ, ਤੂੰ ਰੰਗ, ਵਾਹਿਗੁਰੂ, 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 ਤੂੰ ਹੀ ਰੂਪ, ਤੂੰ ਹੀ ਰੰਗ, ਤੂੰ ਹੀ ਰਸ,
ਦਾਸ ਓਟ ਪ੍ਰਾਪਤ ਤੋਰੀ ਗ੍ਰਹਿ ਹੈ ਤੂੰ ਹੀ ਬਨ, ਤੂੰ ਹੀ ਗ੍ਰਹਿ
सुन ठाकुर प्रभ तेरी टेक और छुटी सब आस अचिंत ठाकुर पेटे गुणतास जिसका तन मन तन सब तिसका सोई सुगल सुजान तिन ही सुनया दुख सुख मेरा तो विदिन की खटानी तू ही ग्रह ਸ਼ਬਦ ਹੋਰ ਦਾ ਹੁਕਮ ਹੋਇਆ ਹੈ ਆਓ ਸਾਰੇ ਨਾਲ ਰਲ ਕੇ ਸ਼ਬਦ ਗਾਇਨ ਕਰੀਏ ਸਤਿਗੁਰ ਪਿਤਾ ਦੀ ਪਾਵਨ ਬਾਣੀ ਗੁਰੂ ਸਾਹਿਬ ਜੀ ਦੀ ਅੱਗੇ ਬੇਨਤੀ ਕਰੀਏ ਕਿ ਸਤਿਗੁਰ ਜੀ
ਕਿ ਜਿਹੜਾ ਸੰਸਾਰ ਸਮੁੰਦਰ ਹੈ ਨਾ, ਨੱਕੋ ਨੱਕ ਭਰਿਆ ਪਿਆ ਵਿਕਾਰਾਂ ਦੇ ਨਾਲ, ਅਤੇ ਸਤਿਗੁਰੂ ਜੀ ਆਪ ਜੀ ਸਾਗਰ ਵਰਗੇ ਹੋ ਅਤੇ ਮੈਂ ਉਹਦੇ ਵਿੱਚ ਰਹਿਣ ਵਾਲੀ ਇੱਕ ਛੋਟੀ ਜਿਹੀ ਮੱਛਲੀ, ਕਿ ਸਤਿਗੁਰੂ ਉਹ ਮੱਛਲੀ ਤੇਰਾ ਅੰਤ ਕਿਵੇਂ ਪਾ ਸਕਦੀ ਹੈ? ਇੰਨੇ ਵੱਡੇ ਸਾਗਰ ਦਾ ਅੰਤ ਇੱਕ ਮੱਛਲੀ ਦਾ ਪਾਣਾ ਇਹ ਮੱਛਲੀ ਦੇ ਵਸ ਦੀ ਗੱਲ ਥੋੜ੍ਹੀ ਹੈ। ਆਓ ਸਤਸੰਗ ਜੀ, ਪਾਵਨ ਸ਼ਬਦ ਹੈ, ਤੂੰ ਦਰਿਆਓ ਦਾਨਾ ਬਿਨਾ ਮੈਂ ਮੱਛਲੀ ਕੈਸੇ ਅੰਤ ਲਹਾਂ। ਸਾਰੀ ਕਿਰਪਾ ਕਰੋ। ਤੂੰ ਦਰਿਆ ਜਿਦਾ ਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾਂ। ਮੈਂ ਮਛਲੀ ਕੈਸੇ ਅੰਤ ਲਹਾਂ, ਤੂੰ ਦਰਿਆ ਮੱਛਲੀ ਕੈਸੇ ਅੰਤ ਲਹਾਂ।
Hey!
ਆਪੇ ਹੀ ਮੰਜ ਮਿਆਨੋ ਆਪੇ ਵੇਖੇ ਸੁਣੇ ਆਪੇ ਆਪੇ ਹੀ ਕੁਦਰਤ ਕਰੇ ਜਹਾਨੋ ਆਪੇ ਵੇਖੇ ਸੁਣੇ ਆਪੇ ਹੁਕਮ ਸੋਈ ਪਰਿਵਾਰ ਜੋ ਕਿਸ ਪਾਵੇ ਹੁਕਮ ਸੋਈ ਪਰਿਵਾਰ ਜੋ ਪ੍ਰਮਾਤਮਾ ਨੂੰ ਭਾਉਂਦਾ ਹੈ ਨਾ ਤੇ ਸਾਧ ਸੰਗਤ ਜੀ ਉਹ ਹੁਕਮ ਪ੍ਰਵਾਨ ਹੁੰਦਾ ਹੈ ਜਿੱਥੇ ਪ੍ਰਮਾਤਮਾ ਦੀ ਪਰਮੇਸ਼ਰ ਦੀ ਨਦਰ ਹੋ ਜਾਵੇ ਨਾ ਅਤੇ ਸਤਿਗੁਰ ਦੀ ਬਾਣੀ ਕਹਿੰਦੀ ਹੈ ਜੇ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ ਕਹਿੰਦੇ ਨੇ ਕਾਗ ਬਿਰਤੀ ਵਾਲਾ ਬੰਦਾ ਹੋਵੇ ਨਾ ਸੰਗਤ ਦੇ ਵਿੱਚ ਆਵੇ ਅਤੇ ਸਤਿਗੁਰ ਦੀ ਬਾਣੀ ਕਹਿੰਦੀ ਉਹ ਵੀ ਹੰਸ ਬਣ ਕੇ ਚਲਾ ਜਾਂਦਾ ਹੈ ਅਤੇ ਸਾਧ ਸੰਗਤ ਜੀ ਅੱਜ ਕਲਗੀਧਰ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ ਲੱਗਿਆ ਹੋਇਆ ਕਿਉਂਕਿ ਆਪ ਜੀ ਨੇ ਵਿਸਾਖੀ ਦਾ ਪਾਵਨ ਦਿਹਾੜਾ ਕੱਲ੍ਹ ਮਨਾਇਆ ਹੈ ਅਤੇ ਸਾਧ ਸੰਗਤ ਜੀ ਖਾਲਸੇ ਦਾ ਪ੍ਰਗਟ ਦਿਹਾੜਾ ਹੋਇਆ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੱਲ ਨਾ ਹੋਵੇ ਹੋ ਨਹੀਂ ਸਕਦਾ ਕਹਿੰਦੇ ਕਲਗੀਧਰ ਪਾਤਸ਼ਾਹ ਜੀ ਦਾ ਦਰਬਾਰ ਲੱਗਿਆ ਹੋਇਆ ਅਤੇ ਅੱਜ ਦਰਬਾਰ ਦੇ ਵਿੱਚ ਇੱਕ ਨਿਮਾਣਾ ਜਿਹਾ ਸਿੱਖ ਆਇਆ ਹੈ ਅਤੇ ਸਾਧ ਸੰਗਤ ਜੀ ਮੈਲੇ ਜਿਹੇ ਕੱਪੜੇ ਪਾਏ ਹੋਏ ਨੇ ਗੁਰੂ ਪਾਤਸ਼ਾਹ ਜੀ ਨੂੰ ਆ ਕੇ ਨਮਸਤਕ ਹੁੰਦਾ ਹੈ ਅਤੇ ਸਾਧ ਸੰਗਤ ਗੁਰੂ ਸਾਹਿਬ ਜੀ ਪੁੱਛਦੇ ਨੇ ਭਾਈ ਕਿੱਥੋਂ ਆਇਆ ਹੈ ਕਹਿੰਦਾ ਸਤਿਗੁਰ ਜੀ ਪਹਾੜੀਆਂ ਤੋਂ ਆਇਆ ਹਾਂ ਆਪ ਜੀ ਦਾ ਗੁਰਸਿੱਖ ਪਿਆਰਾ ਸਤਿਗੁਰੂ ਜੀ ਕਹਿੰਦੇ ਨੇ ਭਾਈ ਤੇਰਾ ਨਾਂ ਕੀ ਹੈ ਅਤੇ ਬੜਾ ਪਿਆਰਾ ਜਵਾਬ ਦਿੰਦੇ ਨੇ ਕਹਿੰਦੇ ਨੇ ਸਤਿਗੁਰੂ ਜੀ ਨਾਂ ਤਾਂ ਅਮੀਰਾਂ ਦਾ ਹੁੰਦਾ ਹੈ ਗਰੀਬਾਂ ਦਾ ਕਾਹਦਾ ਨਾਂ ਕਹਿੰਦੇ ਨੇ ਸਤਿਗੁਰੂ ਜੀ ਗਰੀਬਾਂ ਦੇ ਨਾਂ ਥੋੜ੍ਹਾ ਹੀ ਹੁੰਦੇ ਨੇ ਅਮੀਰਾਂ ਦਾ ਨਾਂ ਹੁੰਦੇ ਨੇ ਅਤੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਮਾਂ ਪਿਓ ਨੇ ਕੁਛ ਤੇ ਨਾਂ ਰੱਖਿਆ ਹੋਣਾ ਨਾ ਉਹੀ ਦੱਸਦੇ ਕਹਿੰਦਾ ਸਤਿਗੁਰੂ ਜੀ ਮਾਂ ਪਿਓ ਨੇ ਨਾਂ ਰੱਖਿਆ ਸੀ ਹੰਸ ਰਾਮ ਪਰ ਕਹਿੰਦੇ ਨੇ ਕਦੇ ਸੁਣਿਆ ਨਹੀਂ ਸਾਰੇ ਹੰਸੋ ਹੰਸੂ ਕਰਦੇ ਨੇ ਅਤੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਤੁਸੀਂ ਕੰਮ ਕੀ ਕਰਦੇ ਹੋ ਅਤੇ ਸਾਧ ਸੰਗਤ ਜੀ ਕਹਿੰਦਾ ਸਤਿਗੁਰੂ ਜੀ ਕਹਿੰਦਾ ਥੋੜ੍ਹੀ ਬਹੁਤ ਕਵਿਤਾਵਾਂ ਲਿਖ ਲੈਂਦਾ ਸਤਿਗੁਰੂ ਜੀ ਕਹਿੰਦੇ ਨੇ ਕਵੀ ਹੰਸ ਰਾਮ ਜੀ ਕਵਿਤਾ ਸੁਣਾਓ ਅਤੇ ਜਦੋਂ ਸਤਿਗੁਰ ਦੇ ਮੂੰਹੋਂ ਨਾਮ ਸੁਣਿਆ ਨਾ ਕਵੀ ਹੰਸ ਰਾਮ ਜੀ ਅਤੇ ਕਹਿੰਦੇ ਅੱਖਾਂ ਦੇ ਵਿੱਚ ਹੰਝੂ ਆ ਗਏ ਕਿ ਸਤਿਗੁਰੂ ਜੀ ਆਪ ਜੀ ਨੇ ਤਾਂ ਪਹਿਲਾਂ ਹੀ ਮਾਣ ਬਖਸ਼ ਦਿੱਤਾ ਹੈ ਨਾਲ ਕਵੀ ਵੀ ਲਾ ਦਿੱਤਾ ਅਤੇ ਪਿੱਛੇ ਜੀ ਵੀ ਲਾ ਦਿੱਤਾ ਜਿਹਨੂੰ ਸਾਰਾ ਜਗਤ ਕਹਿੰਦੇ ਹੰਸੂ ਕਹਿੰਦਾ ਸੀ ਅੱਜ ਤੁਸੀਂ ਉਹਦੇ ਪਿੱਛੇ ਜੀ ਲਾਤਾ ਸਤਿਗੁਰੂ ਜੀ ਸਤਿਗੁਰੂ ਜੀ ਕਹਿੰਦੇ ਨੇ ਭਾਈ ਹੁਣ ਕਵਿਤਾਵਾਂ ਸੁਣਾਓ ਅਤੇ ਇਤਿਹਾਸਕਾਰ ਲਿਖਦੇ ਨੇ ਕਿ ਭਾਈ ਕਵੀ ਹੰਸ ਰਾਮ ਜੀ ਨੇ ਕਹਿੰਦੇ ਇੰਨੀ ਸੋਹਣੀ ਕਵਿਤਾਵਾਂ ਸੁਣਾਈਆਂ ਨਾ
ਕਹਿੰਦੇ ਨੇ ਸਤਿਗੁਰੂ ਜੀ ਨੇ ਡੇਢ ਘੰਟੇ ਤੱਕ ਕਵਿਤਾਵਾਂ ਸੁਣੀਆਂ, ਇੱਕ ਤੋਂ ਬਾਅਦ ਫਿਰ ਕਹਿ ਦਿੰਦੇ ਨੇ ਭਾਈ ਹੋਰ ਸੁਣਾਓ ਹੋਰ ਸੁਣਾਓ। ਕਹਿੰਦੇ ਨੇ ਜਦੋਂ ਭਾਈ ਕਵੀ ਹੰਸ ਰਾਮ ਜੀ ਨੇ ਕਿਹਾ ਨਾ ਕਿ ਸਤਿਗੁਰੂ ਜੀ ਹੁਣ ਲਿਖਤਾਵਾਂ ਪੂਰੀਆਂ ਹੋ ਗਈਆਂ ਨੇ, ਇੰਨੀ ਲਿਖਿਆ ਸੀ, ਅਤੇ ਸਤਿਗੁਰੂ ਜੀ ਖਜ਼ਾਨਚੀ ਨੂੰ ਬੁਲਾਉਂਦੇ ਨੇ, ਕਹਿੰਦੇ ਨੇ ਭਾਈ ਖਜ਼ਾਨੇ ਦੇ ਵਿੱਚ ਜਿੰਨਾ ਖਜ਼ਾਨਾ ਹੈ ਨਾ ਅੱਜ ਹੰਸ ਰਾਮ ਜੀ ਨੂੰ ਦੇ ਦਿਓ। ਅਤੇ ਸਾਧ ਸੰਗਤ ਜੀ, ਕਵੀ ਹੰਸ ਰਾਮ ਜੀ ਨੂੰ ਸਤਿਗੁਰੂ ਜੀ ਬਾਹਰ ਤੱਕ ਛੱਡਣ ਵਾਸਤੇ ਆਏ, ਜਿਹੜਾ ਖਜ਼ਾਨਾ ਸੀ ਘੋੜੀਆਂ ਦੇ ਉੱਪਰ ਲਾ ਦਿਆ ਗਿਆ, ਅਤੇ ਗੁਰਸਿੱਖਾਂ ਨੂੰ ਹੁਕਮ ਕੀਤਾ ਭਾਈ ਇੱਕ ਹਾਥੀ ਲੈ ਕੇ ਆਓ, ਅਤੇ ਹਾਥੀ ਦੇ ਉੱਪਰ ਬਿਠਾ ਕੇ ਕਵੀ ਹੰਸ ਰਾਮ ਜੀ ਨੂੰ ਇਹਦੇ ਘਰ ਤੱਕ ਛੱਡ ਕੇ ਆਓ। ਅਤੇ ਸਾਧ ਸੰਗਤ ਜੀ, ਕਵੀ ਹੰਸ ਰਾਮ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਢਹਿ ਪਏ, ਕਹਿੰਦੇ ਨੇ ਸਤਿਗੁਰੂ ਜੀ ਆਪ ਜੀ ਹੀ ਕਰ ਸਕਦੇ ਹੋ ਮੇਰਾ ਗੋਬਿੰਦ ਨੀਚੋ ਊਚ ਕਰੇ, ਭਿਖਾਰੀ 'ਤੇ ਰਾਜ ਕਰਾਵੇ ਰਾਜਾ 'ਤੇ ਭਿਖਾਰੀ। ਕਹਿੰਦੇ ਨੇ ਸਤਿਗੁਰੂ ਜੀ ਤੁਸੀਂ ਤਾਂ ਮੈਨੂੰ ਰਾਜਾ ਬਣਾ ਛੱਡਿਆ ਹਾਥੀ ਦੇ ਉੱਪਰ ਬੈਠ ਕੇ, ਕਿਉਂਕਿ ਰਾਜਾ ਜਾਂਦੇ ਸੀ। ਅਤੇ ਸਾਧ ਸੰਗਤ ਜੀ ਕਹਿੰਦੇ ਨੇ ਜਿਸ ਟਾਈਮ ਜਾਣ ਲੱਗੇ ਨਾ ਆਪਣੇ ਇਲਾਕੇ ਦੇ ਵਿੱਚ ਗਏ, ਅਤੇ ਇਲਾਕੇ ਦਾ ਰਾਜਾ ਸੀ ਕਿਰਪਾਲ ਸਿੰਘ ਵੜੈਚ। ਅਤੇ ਸਾਧ ਸੰਗਤ ਜੀ ਉਹ ਸ਼ਿਕਾਰ ਖੇਡਣ ਵਾਸਤੇ ਜੰਗਲ ਦੇ ਵਿੱਚ ਗਿਆ, ਅਤੇ ਉਹਨੇ ਵੇਖਿਆ ਨਾ ਅੱਗੇ ਨਗਾਰੇ ਵੱਜਦੇ ਜਾਂਦੇ ਨੇ, ਅਤੇ ਪਿੱਛੇ ਹਾਥੀ 'ਤੇ ਕੋਈ ਬੈਠਿਆ ਹੈ, ਅਤੇ ਕੋਲ ਜਾ ਕੇ ਪੁੱਛਿਆ ਕਿ ਭਾਈ ਤੁਸੀਂ ਕਿਹੜੇ ਇਲਾਕੇ ਦੇ ਰਾਜਾ ਹੋ? ਅਤੇ ਭਾਈ ਕਵੀ ਹੰਸ ਰਾਮ ਜੀ ਕਹਿੰਦੇ ਹਾਥੀ ਤੋਂ ਥੱਲੇ ਉਤਰੇ ਅਤੇ ਧਾੜਾ ਮਾਰ ਕੇ ਰੋਣ ਲੱਗੇ। ਕਹਿੰਦਾ ਭਾਈ ਰੋਂਦਾ ਕਿਉਂ? ਮੈਂ ਤਾਂ ਇਹ ਪੁੱਛਿਆ ਕਿ ਤੂੰ ਰਾਜਾ ਕਿਸ ਇਲਾਕੇ ਦਾ ਹੈ। ਕਹਿੰਦਾ ਨਾ ਮੈਂ ਰਾਜਾ ਨਹੀਂ ਹਾਂ, ਗੁਰੂ ਕਲਗੀਧਰ ਪਾਤਸ਼ਾਹ ਦਾ ਸੇਵਾਦਾਰ ਕਵੀ ਹਾਂ। ਅਤੇ ਸਾਧ ਸੰਗਤ ਜੀ ਜਿਸ ਟਾਈਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਵਿਦਾਈ ਨੇ ਲਈ ਨਾ, ਅਤੇ ਵਿਦਾ ਲੈਂਦੇ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿਹਾ ਕਿ ਸਤਿਗੁਰੂ ਜੀ ਮੈਨੂੰ ਆਪਣੇ ਘਰ ਦਾ ਨੌਕਰ ਬਣਾ ਲਿਓ, ਇੱਥੇ ਰੱਖ ਲਿਓ ਮੈਨੂੰ, ਮੈਨੂੰ ਧੰਨ ਦੌਲਤ ਨਹੀਂ ਚਾਹੀਦੀ। ਅਤੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਹੰਸ ਰਾਮ ਜੀ ਇਸ ਵਾਰੀ ਤੁਸੀਂ ਦੌਲਤ ਲੈਣ ਆਏ ਸੀ, ਤੁਹਾਨੂੰ ਦੌਲਤ ਮਿਲ ਗਈ, ਅਗਲੀ ਵਾਰ ਜਦੋਂ ਚਾਕਰੀ ਲੈਣ ਆਓਗੇ ਨਾ ਤਾਂ ਚਾਕਰੀ ਵੀ ਮਿਲੇਗੀ। ਅਤੇ ਸਾਧ ਸੰਗਤ ਜੀ, ਅਤੇ ਉਹੀ ਗੱਲ ਹੋਈ, ਹੁਣ ਜਿਹੜਾ ਰਾਜਾ ਸੀ ਨਾ, ਅਤੇ ਰਾਜਾ ਕਹਿੰਦਾ ਭਾਈ ਤੂੰ ਕੌਣ ਹੈ? ਕਹਿੰਦਾ ਜੀ ਤੁਹਾਡੇ ਇਲਾਕੇ ਦਾ ਗਰੀਬ ਜਿਹਾ ਸਿੱਖ ਸੀ ਜਿਹਨੂੰ ਲੋਕ ਹੰਸੂ ਕਹਿੰਦੇ ਸੀ, ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਜ ਹੰਸਰਾਂ ਬਣਾ ਛੱਡਿਆ। ਅਤੇ ਸਾਧ ਸੰਗਤ ਜੀ, ਰਾਜਾ ਕਹਿੰਦਾ ਭਾਈ ਮੈਨੂੰ ਉਸ ਗੁਰੂ ਦੇ ਨਾਲ ਮਿਲਾਓ। ਅਤੇ ਇਤਿਹਾਸਕਾਰ ਲਿਖਦੇ ਨੇ 52 ਕਵੀਆਂ ਦੇ ਵਿੱਚੋਂ ਇੱਕ ਕਵੀ ਭਾਈ ਹੰਸ ਰਾਮ ਜੀ ਵੀ ਹੋਏ ਨੇ, ਬਾਅਦ ਦੇ ਵਿੱਚ ਆ ਕੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਿਵੇ, ਅਤੇ ਗੁਰੂ ਪਾਤਸ਼ਾਹ ਜੀ ਨੇ ਆਪਣੇ ਚਰਨਾਂ ਦਾ ਆਸਰਾ ਇਹਨੂੰ ਬਖਸ਼ਿਆ ਹੈ। ਆਓ ਅਸੀਂ ਵੀ ਕਿਰਪਾ ਕਰੀਏ, ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਸਾਨੂੰ ਵੀ ਪਰਮਾਤਮਾ ਦੀ ਗੋਦ ਪ੍ਰਾਪਤ ਹੋਵੇ ਜੀ। ਕਿਰਪਾ ਕਰੋ ਸਾਰੇ। ਮੈਂ ਮਛਲੀ ਕੈਸੇ ਅੰਤ ਲਹਾ, ਮੈਂ ਮਛਲੀ ਕੈਸੇ ਅੰਤ ਲਹਾ, ਦਾ
ਜੁਗੋ ਜੁਗ ਅਟਲ ਚਵਾਂ ਤਖਤ ਦੇ ਮਾਲਕ ਧੰਨ ਧੰਨ ਪਿਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਮਿੱਟੀ ਅਤੇ ਸ਼ੀਤਲ ਕੌਰ ਦੀ ਜੁੜ ਬੈਠੀ ਪਿਆਰੀ ਸਾਧਸੰਗ ਜੀਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧਸੰਗ ਜੀ, ਅੱਜ ਦਾ ਜੋ ਵਿਸ਼ੇਸ਼ ਪ੍ਰੋਗਰਾਮ ਹੈ, ਆਪ ਸਭ ਸੰਗਤਾਂ ਜਾਣਦੇ ਹੋ, 27 ਮਾਰਚ ਤੋਂ ਲੈ ਕੇ 30 ਮਾਰਚ ਤੱਕ ਇੱਕ ਯਾਤਰਾ ਗੁਰਦੁਆਰਾ ਹਿਮਨਗਰ ਸਾਹਿਬ ਤੋਂ ਇਹ ਗਈ, ਜੋ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅਤੇ ਨਾਲ ਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ। ਇਹ ਯਾਤਰਾ ਸਕੁਸ਼ਲ ਵਾਪਸ ਆਈ, ਸਾਰੀਆਂ ਸੰਗਤਾਂ ਖੁੱਲ੍ਹੇ ਦਰਸ਼ਨ ਦੇ ਦਾਅਰੇ ਕਰਕੇ ਆਈਆਂ, ਅਤੇ ਅੱਜ ਜੋ ਵੀ ਇਹਦੇ ਮੁੱਖ ਪ੍ਰਬੰਧਕ ਸਨ, ਸਾਡੇ ਵੀਰ ਰਮੇਸ਼ ਅਰੋੜਾ ਜੀ, ਸ਼੍ਰੀ ਸ਼ਾਮ ਸੁੰਦਰ ਜੀ ਮੈਦਾਨ, ਸ਼੍ਰੀ ਹਰਨਾਮ ਜੀ ਅਰੋੜਾ, ਜਿਨ੍ਹਾਂ ਨੇ ਉਪਰਾਲਾ ਕੀਤਾ, ਉਹ ਸਾਰੇ ਵਧਾਈ ਦੇ ਪਾਤਰ ਹਨ। ਅਤੇ ਸਤਿਸੰਗ ਜੀ ਜੋ ਸੰਗਤਾਂ ਨੂੰ ਦਰਸ਼ਨ ਦੇ ਦਾਅਰੇ ਕਰਾਏ ਹਨ, ਉਹਨਾਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ। ਉਸ ਖੁਸ਼ੀ ਦੇ ਅੰਦਰ ਹੀ ਅੱਜ ਇਹ ਪ੍ਰੋਗਰਾਮ ਮਨਾਏ ਜਾ ਰਹੇ ਹਨ। ਹੁਣੇ ਆਪ ਸਭ ਜੀ ਨੂੰ ਸਾਡੇ ਸਤਿਕਾਰਯੋਗ ਭਾਈ ਸਮੋਦ ਸਿੰਘ ਜੀ, ਕੁਲਦੀਪ ਸਿੰਘ ਜੀ, ਜੋ ਸਾਡੇ ਹਜ਼ੂਰੀ ਰਾਗੀ ਹੈ, ਅਤੇ ਉਹਨਾਂ ਦੇ ਨਾਲ ਹੀ ਜੋ ਬੀਬੀਆਂ ਦਾ ਗੁਰਦੁਆਰਾ ਸਾਹਿਬ ਹੇਮਨਗਰ ਸਾਹਿਬ ਬੀਬੀਆਂ ਦਾ ਜੋ ਕੀਰਤਨੀ ਜੱਥਾ ਹੈ, ਉਹ ਵੀ ਨਾਲ ਉਹਨਾਂ ਦੇ ਨਾਲ ਸਟੇਜ 'ਤੇ ਉਹਨਾਂ ਦਾ ਸਹਿਯੋਗ ਕਰ ਰਹੇ ਸਨ। ਆਓ ਸਤਿਸੰਗ ਜੀ ਸਾਡੇ ਵਿਚਕਾਰ। ਹੁਣ ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਸਿਮਰਪ੍ਰੀਤ ਸਿੰਘ ਜੀ, ਉਹ ਦਿੱਲੀ ਤੋਂ ਪੁੱਜੇ ਹਨ। ਦਾਸ ਉਹਨਾਂ ਦੇ ਚਰਨਾਂ ਦੇ ਵਿਚਕਾਰ ਬੇਨਤੀ ਕਰ ਰਹੇ ਸਟੇਜ 'ਤੇ ਪੁੱਜਣ, ਅਤੇ ਸਤਿਸੰਗ ਜੀ 9:30 ਵਜੇ ਤੱਕ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਨ ਦੇ ਕੇ ਪਾਲਤਾ ਕਰਨ, ਨਾਲ ਹੀ ਫਿਰ ਆਨੰਦ ਸਾਹਿਬ ਜੀ ਦਾ ਪਾਠ ਕਰਨ ਦੇ ਕੇ ਪਾਲਤਾ ਕਰਨ। ਸਭ ਸੰਗਤਾਂ ਦੇ ਚਰਨਾਂ ਦੇ ਵਿਚਕਾਰ ਬੇਨਤੀ ਹੈ, ਸਭ ਨੇ ਅਰਦਾਸ ਵਿੱਚ ਸ਼ਾਮਿਲ ਹੋ ਕੇ, ਅਤੇ ਗੁਰ ਦੇ ਲੰਗਰ ਟੂਟ ਤਿਆਰ ਹਨ, ਸਾਰੀਆਂ ਸੰਗਤਾਂ ਨੇ ਗੁਰੂ ਦੇ ਲੰਗਰ ਚੱਕ ਕੇ ਜਾਣ ਦੇ ਕੇ ਪਾਲਤਾ ਕਰਨੀ ਹੈ। ਇਹ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਵਾਹਿਗੁਰੂ ਵਾਹਿ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੇ ਜਾਂ ਕੀ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਟਰੇ ਕਰੇ ਮੇਰਾ ਗੋਬਿੰਦ ਕਾਹੋਂ ਤੇ ਨਾ ਡਰੇ ਗਰੀਬ ਨਿਵਾਜ ਗੁਸਈਆ ਮੇਰਾ ਬੋਲੋ ਗਰੀਬ ਨਿਵਾਜ ਗੁਸਈਆ ਮੇਰਾ ਸਾਰੇ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੇ ਪਿਤਾ ਜੀ ਮਾਥੇ ਛਤਰ ਤਰੇ ਕੌਣ ਹੈ ਜੀ ਉਹ ਜਿਹੜਾ ਮੱਥਿਆਂ ਦੇ ਛਤਰ ਧਰ ਦਿੰਦਾ ਤਨ ਤਨ ਗੁਰੂ ਨਾਨਕ ਤਨ ਤਨ ਗੁਰੂ ਨਾਨਕ ਤਨ ਤਨ ਗੁਰੂ ਨਾਨਕ ਤਨ ਤਨ ਗੁਰੂ ਨਾਨਕ ਬੋਲੋ ਜੀ ਤਨ ਤਨ ਗੁਰੂ ਨਾਨਕ 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 ਜਨ ਕੇਰਾ ਜਿਤ ਮਿਲੀਏ ਚੁੱਕੇ ਸਭ ਸੋਗ ਸੰਤਾਪੇ ਜਿਤ ਮਿਲੀਏ ਚੁੱਕੇ ਸਭ ਸੋਗ ਸੰਤਾਪੇ ਤਨ ਤਨ ਗੁਰ ਨਾਨਕ ਜਨ ਕੇਰਾ ਜਿਤ ਮਿਲੀਏ ਚੁੱਕੇ ਸਭ ਸੋਗ ਸੰਤਾਪੇ ਤਨ ਤਨ ਗੁਰੂ ਨਾਨਕ ਤਨ ਤਨ ਗੁਰੂ ਨਾਨਕ ਸਾਰੀ ਸੰਗਤ ਤਨ ਤਨ ਗੁਰੂ
ਸਾਰੀ ਧੰਨ ਧੰਨ ਫਿਰ ਬੋਲੋ ਧੰਨ ਧੰਨ ਜੋ ਹਮਰੀ ਵਿਦ ਹੋਤੀ ਮੇਰੇ ਸਤ ਬੁਰਾ ਸਾਬਿਦ ਤੁਮ ਹਰ ਜਾਣੋ ਆਪੇ ਸਾਬਿਦ ਤੁਮ ਹਰ ਜਾਣੋ ਆਪੇ ਹਮ ਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤ ਗੁਰ ਸੰਗ ਕੀ ਰੇ ਹਮ ਥਾਪੇ ਗੁਰ ਸਤ ਗੁਰ ਸੰਗ ਕੀ ਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਮਿਲੀਏ ਚੁਕੇ ਸਭ ਸੋਗ ਸੰਤਪ ਜਿਤ ਮਿਲੀਏ ਚੁਕੇ ਸਭ ਸੋਗ ਸੰਤਪ ਜਿਤ ਮਿਲੀਏ ਚੁਕੇ ਸਭ ਸੋਗ ਸੰਤਪ ਜਿਤ ਮਿਲੀਏ ਚੁਕੇ ਸਭ ਸੋਗ ਕਰੋ ਵਡਿਆਈ ਧੰਨ ਧੰਨ ਗੁਰੂ ਨਾਨਕ ਧੰਨ ਧੰਨ ਗੁਰੂ ਨਾਨਕ ਧੰਨ ਧੰਨ ਸੰਗਤ ਬੋਲੋ ਧੰਨ ਧੰਨ ਅੱਜ ਕੇ ਧੰਨ ਧੰਨ ਸਾਰਾ ਜਥਾ ਧੰਨ ਧੰਨ ਗੁਰੂ ਨਾਨਕ ਸਾਰੇ ਅੱਜ ਸ਼ੁਕਰਾਨੇ ਵਿੱਚ ਜਪਿਓ ਕੋਈ ਵਾਂਝਾ ਨਾ ਰਵੇ ਵਾਹਿਗੁਰੂ
ਸਾਰੇ ਕਾਜ ਹਮਾਰਾ ਹੋਇਆ ਸਭ ਕਾਜ ਹਮਾਰਾ ਹੋਇਆ ਸਭ ਕਾਜ ਹਮਾਰਾ ਹੋਇਆ ਸਭ ਕਾਜ ਹਮਾਰਾ ਹੋਇਆ ਹਰੀਆਂ ਭੈਣਾਂ ਬੋਲੋ ਸਭ ਕਾਜ ਹਮਾਰਾ ਹਾਂ ਸਭ ਕਾਜ ਹਮਾਰਾ ਫਿਰ ਬੋਲੋ ਜੀ ਸਭ ਕਾਜ ਹਮਾਰਾ ਹੋਇਆ ਜਥਾ ਸਭ ਕਾਜ ਹਮਾਰਾ ਹੋਇਆ ਸਭ ਕਾਜ ਹਮਾਰਾ ਹੋਇਆ ਸਭ ਕਾਜ ਹਮਾਰਾ ਹੋਇਆ ਸਭ ਕਾਜ ਹਮਾਰਾ ਹੋਇਆ ਪੜੋ ਸਭ ਕਾਜ ਹਮਾਰਾ ਸਭ ਕਾਜ ਹਮਾਰਾ ਕਿਹਨੂੰ ਕਹਿਣਾ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਭ ਕਾਜ ਮਾਰਾ ਹੋਇਆ ਸਭ ਕਾਜ ਮਾਰਾ ਹੋਇਆ ਸਭ ਕਾਜ ਮਾਰਾ ਹੋਇਆ ਸਭ ਕਾਜ ਮਾਰਾ ਹੋਇਆ ਹਰੀ ਸੰਗਤ ਬੋਲੇ ਸਭ ਕਾਜ ਹਮਾਰਾ ਕਾਜ ਹਮਾਰਾ ਜਦੋਂ ਐ ਪੜ੍ਹਨਾ ਹੈ ਨਾ ਸਭ ਕਾਜ ਹਮਾਰਾ ਹੋਇਆ ਸਭ ਕਾਜ ਹਮਾਰਾ ਹੋਇਆ ਸਭ ਕਾਜ ਹਮਾਰਾ ਹੋਇਆ ਸਭ ਕਾਜ ਹਮਾਰਾ ਹੋਇਆ ਮਨ ਇੱਥੇ ਪਰ ਰੱਖਣਾ ਜਦੋਂ ਇਹ ਪੜ੍ਹਨਾ ਸਭ ਕਾਜ ਹਮਾਰਾ ਹੋਇਆ ਮਨ ਨੂੰ ਇੱਥੇ ਖੜਾਉਣਾ ਹੈ ਸੱਚਿਆ ਪਾਤਸ਼ਾਹ ਦੁਨੀਆ ਤਰਸਦੀ ਹੈ ਤਰਸਦੀ ਹੈ ਬਾਬਾ ਨਾਨਕ ਤੂੰ ਦੋ ਮਿੰਟ ਕਿੱਥੇ ਚਰਨ ਟਿਕਾ ਦੇ ਉਸ ਜਗ੍ਹਾ ਦਾ ਮਹੱਤਵ ਕਿਹਾ ਨਹੀਂ ਜਾ ਸਕਦਾ ਜਿੱਥੇ ਸਰੀਰ ਕਰਕੇ ਬਾਬਾ ਨਾਨਕ ਜੀ ਆਪ ਜੀ ਨੇ 18 ਸਾਲ ਆਪਣੀ ਹਯਾਤੀ ਦੇ ਗੁਜ਼ਾਰੇ ਉਹ ਜਗ੍ਹਾ ਕਿੰਨੀ ਪਵਿੱਤਰ ਹੋਏਗੀ ਆਖੋ ਸਤਨਾਮ ਵਾਹਿਗੁਰੂ ਜਦੋਂ ਆਹ ਪੜ੍ਹਨਾ ਨਾ ਸਭ ਕਾਜ ਹਮਾਰਾ ਹੋਇਆ ਸੂਈ ਦੇ ਨੱਕੇ ਜਿੰਨਾ ਵੀ ਮਨ 'ਚ ਐ ਨਾ ਹੋਵੇ ਇਹ
ਪੈਸੇ ਦਿੱਤੇ ਸੀ, ਪਾਸਪੋਰਟ ਹੈਗਾ ਸੀ, ਉਹ ਤੇ ਮੰਗਣਾ ਹੀ ਸੀ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਈਆਂ ਦੇ ਹੁੰਦਾ ਨਾ ਸੰਗਤ ਕੀਤੀ ਹੋਵੇ ਆ ਹੀ ਜਾਂਦਾ ਜੀ ਮਨ, ਪਾਸਪੋਰਟ ਬਣਿਆ ਹੋਇਆ ਬਸ ਜਦੋਂ ਦਿਲ ਕਰੇਗਾ ਚੱਲ ਜਾਵਾਂਗੇ ਕਰਤਾਰਪੁਰ ਸਾਹਿਬ। ਸ਼ਬਦ ਅੰਦਰ ਆਈ ਆ ਗਿਆ ਫਿਰ ਉਹ ਬੁਲਾਇਆ, ਆਮ ਤੌਰ 'ਤੇ ਉਦੋਂ ਪੜਿਆ ਜਾਂਦਾ ਜਦੋਂ ਕੋਈ ਚੜ੍ਹਾਈ ਕਰ ਜੇ, ਨਾ ਧਨ ਪੁੱਛੀ ਨਾ ਮਤਾ ਪਕਾਇਆ, ਬਿਨਾਂ ਆ ਗਿਆ ਦੇ ਨਾ ਬੰਦਾ ਉੱਥੇ ਸੱਚਖੰਡ 'ਚ ਜਾ ਸਕਦਾ ਜੇ ਨਾ ਇੱਥੇ ਸੱਚਖੰਡ 'ਚ ਜਾ ਸਕਦਾ ਜੇ। ਆਖੋ ਸਤਿਨਾਮ ਵਾਹਿਗੁਰੂ। ਇੱਕ ਸੂਈ ਦੇ ਨੱਕੇ ਜਿੰਨਾ ਵੀ ਆ ਹੰਕਾਰ ਨਾ ਲੈ ਕੇ ਆਉਣਾ, ਮੇਰੇ ਕੋਲ ਮਾਇਆ ਵੀ ਹੈ ਪਾਸਪੋਰਟ ਵੀ ਹੈ ਮੈਂ ਤਾਂ ਆਇਆ, ਉਹ ਤਾਂ ਨਹੀਂ ਆਇਆ, ਤੇਰੇ ਉੱਤੇ ਗੁਰੂ ਨਾਨਕ ਨੇ ਕੋਈ ਤਰਸ ਕੀਤਾ, ਕੋਈ ਰਹਿਮਤ ਵਰਤਾਈ, ਤੈਨੂੰ ਆਪਣੇ ਦਰਸ਼ਨ ਕਰਨ ਲਈ ਬੁਲਾ ਲਿਆ, ਨਹੀਂ ਤੇ ਤੇਰੇ ਵਰਗੇ ਮਾਇਆਧਾਰੀ ਹੋਰ ਬੜੇ ਹੈ। ਪਰ ਅਫਸੋਸ ਤੂੰ ਇੱਥੇ ਸੰਗਤ 'ਚ ਬਹਿ ਕੇ ਲਾਹੇ ਲੁੱਟ ਰਿਹਾ, ਉਹ ਹਸਪਤਾਲਾਂ 'ਚ ਬੈੱਡ 'ਤੇ ਲੇਟੇ ਹੋਏ ਮੌਤ ਉਡੀਕ ਰਹੇ। ਆਖੋ ਸਤਿਨਾਮ ਵਾਹਿਗੁਰੂ। ਹੁਣ ਜੇ ਤੂੰ ਆਪਣਾ ਉਹਨਾਂ ਦੇ ਨਾਲ ਕਰੇ ਕੰਪੈਰੀਜ਼ਨ ਮਾਇਆ ਦੇ ਪੱਖ ਤੋਂ ਤਾਂ ਹੋ ਸਕਦਾ ਤੇਰੇ ਤੋਂ ਕਈ ਗੁਣਾ ਵੱਧ ਹੋਣ, ਪਰ ਜਿੱਥੇ ਗੱਲ ਆਏਗੀ ਗੁਰੂ ਨਾਨਕ ਦੇ ਤਰਸ ਦੀ ਉਹ ਤੇਰੇ 'ਤੇ ਜ਼ਿਆਦਾ ਹੈ, ਕਿਉਂਕਿ ਤੈਨੂੰ ਗੁਰੂ ਨਾਨਕ ਸਾਹਿਬ ਨੇ ਉੱਥੇ ਬੁਲਾਇਆ ਜਿੱਥੇ ਮਹਾਰਾਜ ਨੇ ਆਪਣਾ ਸਰੀਰ ਰੂਪੀ ਠੀਕਰਾ ਬੰਨਿਆ। ਉਹ ਭਾਵਨਾ ਅੰਦਰ ਰੱਖਣੀ ਗਰੀਬੀ ਵੱਲੀ, ਫਿਰ ਯਾਤਰਾ ਦੇ ਉੱਤੇ ਗੁਰੂ ਨਾਨਕ ਦੀ ਬਖਸ਼ੀਸ਼ ਦੀ ਮੋਹਰ ਲੱਗ ਜਾਏਗੀ। ਉਸ ਭਾਵਨਾ ਨਾਲ ਪੜਿਓ, ਸਭ ਕਾਜ ਹਮਾਰਾ ਹੋਇਆ, ਸਭ ਕਾਜ ਹਮਾਰਾ ਕਰਾਨਾ ਕਹਿੰਦੇ ਆ। ਅੰਦਰੋਂ ਮੈਂ ਮੁੱਕ ਜਾਏ ਸਭ ਕਾਜ ਹਮਾਰਾ, ਹੁਣ ਕਈ ਇਹੋ ਜਿਹੇ ਬੈਠੇ ਹੋਣਗੇ ਮੇਰੇ ਵਰਗੇ ਜਿਹੜੇ ਇਸ ਸ਼ੁਕਰਾਨਾ ਸਮਾਗਮ ਤੇ ਆਏ ਨੇ, ਮਨ 'ਚ ਇਹ ਆ ਜਾਏ ਬਾਬਾ ਮੈਂ ਕਿਉਂ ਪੜਾ ਸਭ ਕਾਜ ਹਮਾਰਾ ਹੋਇਆ, ਮੈਨੂੰ ਥੋੜੀ ਤੂੰ ਕਰਤਾਰਪੁਰ ਸਾਹਿਬ ਖੜੇ। ਆਖੋ ਸਤਨਾਮ ਵਾਹਿਗੁਰੂ। ਮੈਨੂੰ ਥੋੜੀ ਗੁਰੂ ਰਾਮਦਾਸ ਜੀ ਹਰਿਮੰਦਰ ਸਾਹਿਬ ਬੁਲਾਇਆ, ਮੈਂ ਕਿਉਂ ਪੜਾ ਸਭ ਕਾਜ ਹਮਾਰਾ ਹੋਇਆ। ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਲੇ ਇੱਕ ਬਚਨ ਕਰਿਆ ਕਰਦੇ ਸੀ, ਕਹਿੰਦੇ ਜਿਹੜਾ ਸਿੱਖ ਸਤਿਗੁਰਾਂ ਦੇ ਦਰਬਾਰ 'ਚ ਜਾ ਕੇ, ਸਤਿਗੁਰਾਂ ਦੇ ਪਾਵਨ ਸਥਾਨਾਂ 'ਤੇ ਜਾ ਕੇ, ਉੱਥੇ ਦੀ ਚਰਨ ਧੂੜੀ ਮੱਥੇ ਲਾ ਕੇ ਜਦੋਂ ਵਾਪਸ ਆਉਂਦਾ ਹੈ ਨਾ, ਉਸ ਸਿੱਖ ਨੂੰ ਕਹਿੰਦੇ ਨੇ ਦਰਸ਼ਨੀ ਸਿੱਖ। ਤੁਹਾਡੇ 'ਚੋਂ ਕੋਈ ਹਰਿਮੰਦਰ ਸਾਹਿਬ ਗਿਆ, ਤੁਹਾਡੇ 'ਚੋਂ ਬੇਅੰਤ ਸੰਗਤਾਂ ਹੁਣ ਕਰਤਾਰਪੁਰ ਸਾਹਿਬ ਹੋ ਕੇ ਆਈਆਂ, ਗੁਰਮੁਖ ਪਿਆਰੇ ਨਾਲ ਲੈ ਰਹੇ ਸਨ, ਰਮੇਸ਼ ਅਰੋੜਾ ਜੀ ਦੇ ਸਹਿਯੋਗ ਨਾਲ ਜਿਹੜੀ ਯਾਤਰਾ ਗਈ ਤਕਰੀਬਨ 125 ਸ਼ਰੀਰ,
ਕੰਨਾਂ ਨੂੰ ਹੱਥ ਲੱਗ ਜਾਂਦੇ ਆ ਜੀ। ਇਹ ਕਮੀਆਂ ਕੱਢਣ ਵਾਲੇ ਕਮੀਆਂ ਕੱਢ ਜਾਂਦੇ ਨੇ। ਜਿਹੜਾ ਯਾਤਰਾ ਖੜਦਾ ਨਾ, ਉਹਦੀ ਰਹਿਮਤ ਦੇ ਬਿਨਾਂ ਯਾਤਰਾ ਸਫਲੀਆਂ ਨਹੀਂ ਹੋ ਸਕਦੀਆਂ। ਬੰਦਾ ਕੀ ਕਰ ਲਏਗਾ, ਪੈਸੇ ਦੇ ਕੇ ਟ੍ਰੇਨ ਦੀਆਂ ਟਿਕਟਾਂ ਬੁੱਕ ਕਰਾ ਲਏਗਾ, ਪੈਸੇ ਦੇ ਕੇ ਅਗਾਂਹ ਦੀ ਯਾਤਰਾ ਵਾਸਤੇ ਏਸੀ ਬੱਸ ਬੁੱਕ ਕਰਾ ਲਏਗਾ, ਪੈਸੇ ਦੇ ਕੇ ਵਧੀਆ ਹੋਟਲ ਬੁੱਕ ਕਰਾ ਲਏਗਾ, ਸਾਰੇ ਇੰਤਜ਼ਾਮ ਟਿਕਾਣੇ ਲੱਗ ਜਾਣ, ਇਹ ਉਹਦੀ ਰਹਿਮਤ ਤੋਂ ਬਿਨਾਂ ਹੋ ਹੀ ਨਹੀਂ ਸਕਦਾ। ਆਖੋ ਸਤਨਾਮ। ਆਹ ਭਾਜੀ ਬੈਠੇ ਪਿੱਛੇ, ਇਹਨਾਂ ਦਾ ਨਾਂ ਗਗਨਦੀਪ ਸਿੰਘ ਹੈ, ਇਹ ਵੀ ਕੀਰਤਨ ਕਰਦੇ ਨੇ। ਪਿਛਲੇ ਮਹੀਨੇ ਇਹਨਾਂ ਦੇ ਇਲਾਕੇ 'ਚੋਂ ਵੀ ਇੱਕ ਜੱਥਾ ਕਰਤਾਰਪੁਰ ਸਾਹਿਬ ਗਿਆ, ਸ਼ੁਕਰਾਨਾ ਅੰਦਰੋਂ ਨਿਕਲੇ ਤੁਹਾਡੇ। ਇਹ ਛੋਟੀ ਮੋਟੀ ਚੀਜ਼ਾਂ ਨਾ ਗਿਣਿਆ ਕਰੋ। ਇਹਨਾਂ ਦੇ ਇਲਾਕੇ 'ਚੋਂ ਸੰਗਤਾਂ ਗਈਆਂ 70-80 ਕਰਤਾਰਪੁਰ ਸਾਹਿਬ। ਉੱਥੇ ਐਡੀ ਕੁ ਸ਼ਕਤੀ ਹੈ ਸੰਗਤ ਜੀ ਹੈ, ਹੁਣ ਤੁਸੀਂ ਜਿਹੜੇ ਹੋ ਕੇ ਆਏ ਹੋ ਤੁਹਾਨੂੰ ਪਤਾ, ਤੁਸੀਂ ਜਦੋਂ ਇੰਡੀਆ ਤੋਂ ਪਾਕਿਸਤਾਨ ਐਂਟਰ ਕਰਨਾ ਹੈ, ਪਾਕਿਸਤਾਨ 'ਚ ਸ਼ੋਪਿੰਗ ਕਰਨੀ ਹੈ, ਅਤੇ ਉਹ ਲਿਮਿਟ ਹੈ ਕਿ ਬਈ ਇੰਨੀ ਕਰੰਸੀ ਤੁਸੀਂ ਲੈ, ਇੱਕ ਬੰਦਾ ਮੇਰੇ ਖਿਆਲ ਅੱਠ ਹਜ਼ਾਰ ਰੁਪਏ ਇੱਕ ਬੰਦਾ ਲੈ ਕੇ ਜਾ ਸਕਦਾ ਪਾਕਿਸਤਾਨੀ। ਪਰ ਜਿਹੜਾ ਪਾਕਿਸਤਾਨ ਦਾ ਰੁਪਈਆ, ਜਿਹੜਾ ਪਾਕਿਸਤਾਨ ਦਾ ਨੋਟ ਹੈ ਨਾ, ਤੁਸੀਂ ਵਾਪਸ ਇੰਡੀਆ ਨਹੀਂ ਲਿਆ ਸਕਦੇ। ਜੇ ਲੈ ਆਓਗੇ ਤੇ ਈਡੀ ਦੀ ਰੇਟ ਜੋ ਹੈ ਜੋ ਸਤਨਾਮ। ਵਾਹਿਗੁਰੂ। ਇਹਨਾਂ ਦੇ ਉੱਤੋਂ ਕੋਈ ਭਲਾ ਮਾਣਸ ਚਲਾ ਗਿਆ, 40,000 ਰੁਪਏ ਉਹਦੀ ਜੇਬ 'ਚ ਪਾਕਿਸਤਾਨੀ ਲੈ ਕੇ ਗਿਆ ਕਿ ਬਈ ਪੁੱਤਰ ਪੋਤਰੇ ਦੋਤਰੇ ਵਾਸਤੇ ਉੱਤੋਂ ਕੁਝ ਲੈ ਕੇ ਆਵਾਂਗਾ, ਬਾਬੇ ਨਾਨਕ ਦੀ ਨਗਰੀ 'ਚੋਂ ਕੋਈ ਯਾਦਗਾਰੀ ਚੀਜ਼। ਪਰ ਉੱਥੇ ਜਾ ਕੇ ਕੀਰਤਨ ਵਿੱਚ ਇਹੋ ਜਿਹਾ ਮਨ ਜੁੜਿਆ, ਸਿਮਰਨ 'ਚ ਇਹੋ ਜਿਹਾ ਮਨ ਜੁੜਿਆ, ਪੈਸੇ ਜੇਬ 'ਚ ਹੀ ਰਹਿ ਗਏ, ਵਾਪਸੀ ਆਉਣ ਦਾ ਟਾਈਮ ਹੋ ਗਿਆ। ਉੱਥੇ ਸਲੋਟ ਹੁੰਦਾ ਵੀ ਇੰਨੇ ਵਜੇ ਐਂਟਰ ਕਰਨਾ, ਇੰਨੇ ਵਜੇ ਵਾਪਸ ਆਉਣਾ, ਉਹ ਘੜੀ ਦੇ ਅੰਦਰ ਅੰਦਰ ਤੁਹਾਨੂੰ ਵਾਪਸ ਆਉਣਾ ਹੀ ਪੈਣਾ। ਉਹ ਜਿਹੜਾ ਉਹਦਾ ਸਲੋਟ ਸੀ, ਸਲੋਟ ਹੋ ਗਿਆ ਖਤਮ, 40,000 ਜੇਬ 'ਚ। ਹੁਣ ਉਹਦੇ ਭਾਣੇ 'ਚ ਕੋਈ ਵੱਡੀ ਗੱਲ ਨਹੀਂ, ਇੰਡੀਆ ਜਾ ਕੇ ਦੁਬਾਰਾ ਚੇਂਜ ਕਰਾ ਲਵਾਂਗਾ। ਪਰ ਜਦੋਂ ਪਾਕਿਸਤਾਨ ਤੋਂ ਵਾਪਸ ਇੰਡੀਆ ਐਂਟਰ ਹੋਇਆ, ਪਹਿਲੇ ਤਾਂ ਫੌਜ ਨੇ ਫੜ ਲਿਆ ਕਿ ਇੰਨਾ ਬੜਾ ਪਾਕਿਸਤਾਨੀ ਰੁਪਈਆ ਕਿੱਥੇ ਲੈ ਕੇ ਜਾ ਰਿਹਾ। ਆਖੋ ਸਤਨਾਮ। ਉਹਨੇ ਬੜਾ ਸਮਝਾਇਆ ਵੀ ਮੈਂ ਸ਼ੋਪਿੰਗ ਵਾਸਤੇ ਲੈ ਗਿਆ ਸੀ, ਨਹੀਂ ਖਰਚ ਹੋਏ, ਵਾਪਸ ਜਾ ਰਿਹਾ, ਹੁਣੇ ਚੇਂਜ ਕਰ ਲਵਾਂਗਾ। ਕਹਿੰਦੇ ਨਾ, 75 ਬੰਦੇ ਗਏ ਸੀ, 73 ਬੰਦਿਆਂ ਨੂੰ ਕਰਤਾਰਪੁਰ ਸਾਹਿਬ ਤੋਂ ਇੱਧਰ ਲੰਘੇ ਲੰਘਾ ਕੇ ਵਾਪਸ ਅੰਮ੍ਰਿਤਸਰ ਆਪਣੇ ਹੋਟਲਾਂ 'ਚ ਭੇਜਤਾ। 2 ਬੰਦਿਆਂ ਨੂੰ 2 ਰਾਤਾਂ ਕਰਤਾਰਪੁਰ ਸਾਹਿਬ ਬਾਰਡਰ ਦੇ ਥਾਣੇ 'ਚ ਖੱਜਲ ਹੋਣਾ ਪਿਆ। ਮਨ 'ਚ ਆ ਗਿਆ ਹੋਣਾ ਕਿਤੇ ਮਾੜਾ ਜਿਹਾ, ਮੈਂ ਹੈਗਾ ਪਾਸਪੋਰਟ ਹੈਗਾ ਤਾਂ ਚੱਲਾਂ ਵਾਂ, ਐਵੇਂ ਥੋੜ੍ਹੀ ਕੋਈ ਜਾ ਸਕਦਾ। ਆਖੋ ਸਤਨਾਮ। ਵਾਹਿਗੁਰੂ। ਇਹਨਾਂ ਮੈਨੂੰ ਕੱਲ੍ਹ ਦੱਸਿਆ, ਕਹਿੰਦੇ CBI ਦਾ ਕੇਸ, ਫੌਜ ਦਾ ਕੇਸ, ਹੋਰ ਕਿਹੜਾ ਜੀ, ਰੋ ਦਾ, ਰੋ ਹੁੰਦਾ ਕਿ ਵੀ ਜਿਹੜਾ ਆਤੰਕਵਾਦੀਆਂ ਦੇ ਹੁੰਦਾ ਨਾ, ਸਾਨੂੰ ਦੇਖਦੇ ਹੀ ਬੜੀ ਭੈੜੀ ਨਿਗਾਹ ਨਾਲ ਨੇ ਇੱਥੇ ਦੀ ਸਰਕਾਰ ਵੱਲੋਂ। 12 ਵੱਖ ਵੱਖ ਏਜੰਸੀਆਂ ਨੇ ਪ੍ਰੀਤਮ ਸਿੰਘ ਜੀ ਉਸ ਬੰਦੇ ਦੇ ਕੇਸ ਪਾਤੇ, ਸਿਰਫ ਇਸ ਕਰਕੇ ਕਿ ਇਹਦੀ ਜੇਬ ਪਾਕਿਸਤਾਨ ਦੀ ਕਰੰਸੀ ਹੈਗੀ। 12 ਏਜੰਸੀਆਂ ਨੇ ਕੇਸ ਪਾਏ, ਅਤੇ ਜਦੋਂ ਸਾਰੀ ਰਾਤ ਨਾ ਹਰ ਅਲੱਗ ਅਲੱਗ 12 ਡਿਪਾਰਟਮੈਂਟ ਦੇ ਵੱਖਰੇ ਵੱਖਰੇ ਬੰਦੇ ਆਉਣ ਅਤੇ ਵਾਰ ਵਾਰ ਉਹਦੇ ਕੋਲ ਬਿਆਨ ਲੈਣ, ਤੂੰ ਕੀ ਕਰਨ ਗਿਆ ਸੀ, ਤੂੰ ਕਰਦਾ ਕੀ ਹੈ, ਤੇਰਾ ਬਿਜ਼ਨਸ ਕੀ ਹੈ, ਤੇਰੇ ਬੱਚੇ ਕੀ ਹੈ, ਤੇਰੀ ਬੈਕਗਰਾਉਂਡ ਕੀ ਹੈ। ਉਹ ਬਕਾਇਦਾ ਲਿਖਵਾਉਂਦੇ ਸੀ, ਫਿਰ ਉਹਨੂੰ ਮੈਚ ਕਰਦੇ ਸੀ,
ਜੇ ਇੱਕ ਅੱਖਰ ਦਾ ਵੀ ਬਿਆਨ 'ਚ ਫਰਕ ਆਉਂਦਾ ਸੀ ਨਾ, ਫਿਰ ਉਹਦੇ ਨਾਲ ਬਦਤਮੀਜੀ ਸ਼ੁਰੂ ਹੋ ਜਾਂਦੀ ਸੀ। ਸੋਚੋ ਕਿ ਉਹਨੇ ਪੈਸਾ ਨਹੀਂ ਲਾਇਆ ਹੋਏਗਾ, ਇਹਦੇ ਕੋਲ ਪਾਸਪੋਰਟ ਨਹੀਂ ਹੋਏਗਾ, ਸਭ ਕੁਝ ਜਿਵੇਂ ਤੁਸੀਂ ਕੀਤਾ ਉਹਨੇ ਵੀ ਕੀਤਾ ਹੋਣਾ, ਪਰ ਆਹ ਸ਼ੁਕਰਾਨੇ ਵਾਲਾ ਕੰਮ ਨਹੀਂ ਹੋਏਗਾ ਅੰਦਰ। ਬਾਬਾ ਕਹਿੰਦਾ ਫਿਰ ਹੁਣ ਆ ਤੇ ਗਿਆ, ਜੇ ਆਪਣੀ ਮਾਇਆ ਦੇ ਬਲ ਤੇ ਆਇਆ ਫਿਰ ਵਾਪਸ ਜਾ ਕੇ ਦੇਖਾ ਆਖੋ ਸਤਨਾਮ ਵਾਹਿਗੁਰੂ। ਅਖੀਰ ਦੋ ਦਿਨਾਂ ਦੇ ਬਾਅਦ ਉਹ ਪਿਓ ਪੁੱਤਰਾਂ ਨੂੰ ਛੱਡਿਆ, 5 ਸਾਲ ਦਾ ਉਹਨਾਂ ਦੇ ਪਾਸਪੋਰਟ ਦੇ ਉੱਤੇ ਬੈਨ ਲਗਾ ਤਾ ਕਿ ਤੁਸੀਂ ਇੰਡੀਆ ਤੋਂ ਬਾਹਰ ਜਾ ਹੀ ਨਹੀਂ ਸਕਦੇ। ਹੁਣ ਦੱਸੋ ਇੱਥੇ ਮਾਇਆ ਕੀ ਕਰ ਲਓ, ਜੇ ਤੁਸੀਂ ਸਾਰੀਆਂ ਭੈਣਾਂ ਸਾਰੇ ਗੁਰਮੁਖ ਪਿਆਰੇ ਵੀਰ ਭਾਈ ਰਮੇਸ਼ ਅਰੋੜਾ ਜੀ ਮੈਂ ਜਾਣਦਾ ਨਹੀਂ ਕਿਹੜੇ ਨੇ, ਉੱਠ ਕੇ ਦਰਸ਼ਨ ਕਰਾਂਗੇ ਉਹਨਾਂ ਦੇ ਨਾਲ, ਜੇ ਬਾਬੇ ਨਾਨਕ ਦੀ ਪਾਵਣ ਧਰਤੀ ਦੇ ਦਿਦਾਰੇ ਸੁਖੀ ਸਾਂਦੀ ਕਰਕੇ ਖੁਸ਼ੀ ਨਾਲ ਘਰ ਆ ਗਏ ਹੋ, ਅਤੇ ਅੱਜ ਅੰਦਰੋਂ ਕਹੋ ਬਾਬਾ ਇਹ ਮੇਰੀ ਸਿਆਣਾ ਬਣਾ ਨਹੀਂ ਹੋਇਆ, ਤੇਰੀ ਨਜ਼ਰ ਨਾਲ ਹੋਇਆ, ਸਭ ਕਾਜ ਮਾਰਾ ਹੋਇਆ, ਸਭ ਕਾਜ ਮਾਰਾ ਹੋਇਆ, ਸਭ ਕਾਜ ਮਾਰਾ ਹੋਇਆ, ਸਭ ਕਾਜ ਮਾਰਾ ਹੋਇਆ। ਹਰੀ ਸਿੰਘ ਬੋਲੋ, ਹੁਣ ਲਾਓ ਜੀ ਜਕਾਰਾ ਜਿਹੜਾ ਲਾਰੀ ਨਹੀਂ ਪੈਣ। ਹਰ ਨਾਮ ਹਿਰਦੈ ਪਰੋਇਆ, ਸਭ ਕਾਜ ਹਮਾਰਾ ਹੋਇਆ, ਪ੍ਰਭ ਚਰਣੀ ਮਨ ਲਗਾ, ਪੂਰਨ ਜਾ ਕੇ ਭਾਗਾ, ਪੂਰਨ ਕਹੋਗੇ ਸ਼ੁਕਰਾਨੇ ਚ। ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ। ਬੋਲੋ ਗੱਜ ਕੇ ਗੱਲ ਇਹ ਕਹਿਣ ਲੱਗਾ ਸੀ, ਤੁਹਾਡੇ ਜੋ ਕੋਈ ਭੈਣ ਬੈਠੀ ਹੋਏ, ਕੋਈ ਗੁਰਮੁਖ ਭਰਾ ਬੈਠਾ ਹੋਏ ਮੇਰੇ ਵਰਗਾ, ਜਿਹੜਾ ਕਵੇ ਮੈਂ ਕਿਉਂ ਕਵਾਂ ਸਭ ਕਾਜ ਮਾਰਾ ਹੋਇਆ, ਮੈਂ ਤਾਂ ਗਿਆ ਹੀ ਨਹੀਂ ਨਾ ਦਰਬਾਰ ਸਾਹਿਬ ਨਾ ਕਰਤਾਰਪੁਰ ਸਾਹਿਬ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਲੇ ਭਜਨ ਕਰਦੇ ਸੀ, ਕਹਿੰਦੇ ਜੇ ਕੋਈ ਗੁਰਮੁਖ ਪਿਆਰਾ ਗੁਰਧਾਮਾਂ ਦੀ ਯਾਤਰਾ ਤੋਂ ਵਾਪਸ ਆਇਆ, ਤੂੰ ਯਾਤਰਾ 'ਤੇ ਨਹੀਂ ਗਿਆ, ਤੂੰ ਗੁਰੂ ਧਾਮ ਦੇ ਦਰਸ਼ਨਾਂ 'ਤੇ ਨਹੀਂ ਗਿਆ, ਪਰ ਤੂੰ ਉਹਦੇ ਦਰਸ਼ਨ ਭਾਵਨਾ ਨਾਲ ਕਰ ਲਏ ਨੇ, ਜਿਹੜੇ ਗੁਰੂ ਸਾਹਿਬ ਦੇ ਅਸਥਾਨ ਦੇ ਦਰਸ਼ਨ ਕਰਕੇ ਆਇਆ, ਉਹਦੀ ਅੱਖਾਂ ਦੇ ਵਿੱਚੋਂ ਹੀ ਗੁਰੂ ਨਾਨਕ ਦੇ ਦਰਬਾਰ ਦੇ ਦਰਸ਼ਨ ਕਰ ਲਏ। ਕਹਿੰਦੇ ਮਾਤਮ ਤੇਰੀ ਝੋਲੀ 'ਚ ਵੀ ਇਹੀ ਪਏਗਾ ਜਿਹੜਾ ਉਹ ਉੱਥੋਂ ਖੱਟ ਕੇ ਲਿਆਇਆ, ਮਾਤਮ ਉਹਨੂੰ ਵੀ ਉਹੀ ਮਿਲੇਗਾ, ਮਹਾਂਪੁਰਖਾਂ ਦੇ ਬਚਨ। ਫਿਰ ਉਦਾਹਰਣ ਦਿੰਦੇ ਸਨ, ਕਹਿੰਦੇ ਭਾਈ ਗੁਰਦਾਸ ਦੀ ਵਾਰ ਹੈ, ਉਹਦੇ ਭਾਈ ਗੁਰਦਾਸ ਜੀ ਨੇ ਲੈਲਾ ਅਤੇ ਮਜਨੂੰ ਦੀ ਆਸ਼ਕੀ ਦਾ ਜ਼ਿਕਰ ਕੀਤਾ।
ਉਹਦੇ 'ਚ ਇੱਕ ਬਚਨ ਆਉਂਦਾ ਜੀ, ਮੈਨੂੰ ਵਾਰ ਨਹੀਂ ਕੰਠ, ਮੈਂ ਅਰਥ ਪੜ੍ਹਿਆ ਉਹਦੇ, ਉਹਦੇ 'ਚ ਇੱਕ ਬਚਨ ਆਉਂਦਾ ਹੈ, ਕਹਿੰਦੇ ਇੱਕ ਦਿਨ ਮਜਨੂੰ ਲੈਲਾ ਦੀ ਦਲੀਲ ਦੇ ਬਾਹਰ ਬੈਠਾ ਸੀ, ਲੈਲਾ ਦੇ ਘਰੋਂ ਕੁੱਤਾ ਆ ਗਿਆ ਬਾਹਰ, ਅਤੇ ਮਜਨੂੰ ਨੇ ਪਤਾ ਕੀ ਕੀਤਾ, ਕਹਿੰਦੇ ਉਸ ਕੁੱਤੇ ਨੂੰ ਜੱਫੀ ਪਾ ਕੇ ਉਸ ਕੁੱਤੇ ਦੇ ਪੈਰ ਚੁੰਮਣ ਲੱਗ ਗਿਆ। ਗੱਜ ਕੇ ਕਹਿ ਦਿਓ ਸਤਨਾਮ। ਐਵੇਂ ਤਾਂ ਨਹੀਂ ਕਿਹਾ ਨਾ ਕਿਸੇ ਗੁਰਮੁਖ ਨੇ, ਆਸ਼ਕਾਂ ਦੀ ਨੀਵੀਂ ਮੋਰੀ, ਸ਼ਰਾਬ ਵਾਲਿਆਂ ਦੇ ਉੱਚੇ ਬੂਹੇ, ਆਸ਼ਕਾਂ ਦੀ ਨੀਵੀਂ ਮੋਰੀ, ਇਹਨਾਂ ਪੰਡਤਾਂ ਤੇ ਮੁਲਾਣਿਆਂ ਤੋਂ ਜੋ ਲੰਘਿਆ ਸੋ ਚੋਰੀ, ਆਖੋ ਸਤਨਾਮ। ਵਾਹਿਗੁਰੂ। ਉਹ ਵੇਖਣ ਵੱਲੇ ਥੂ ਥੂ ਕਰਨ ਲੱਗ ਗਏ, ਵੇਖਣ ਵੱਲੇ ਹਾਸਾ ਉਡਾਉਣ ਲੱਗ ਗਏ। ਉਹ ਮਜਨੂੰ ਇੱਕ ਕੁੱਤਾ, ਇੱਕ ਤ੍ਰਿਗ ਜੂਨ, ਪਤਾ ਨਹੀਂ ਕਿੱਦਾਂ ਕਿਤੇ ਮੂੰਹ ਮਾਰ ਕੇ ਆਇਆ ਹੋਏਗਾ, ਤੂੰ ਉਹਨੂੰ ਗਲਵੱਕੜੀ ਲੈ ਲਿਆ, ਗੱਲ ਸਮਝ ਆਉਂਦੀ ਹੈ, ਉਹਦੇ ਗੰਦੇ ਪੈਰ ਚੁੰਮਣ ਲੱਗ ਗਿਆ। ਅੱਗੋ ਜਿਹੜਾ ਮਜਨੂੰ ਨੇ ਜਵਾਬ ਦਿੱਤਾ ਨਾ, ਉਹ ਵਾਰ ਹੈਗੀ ਹੈ ਜੀ, ਲੈਲਾ ਮਜਨੂੰ ਆਸ਼ਕੀ ਚੌਚੱਕੀ ਜਾਤੀ, ਸੋਰਡ ਬੀਜਾ ਗਾਵੀ ਹੈ ਜਾਂ ਸੁਗੜਾ ਵਾਤੀ, ਅਖੀਰ ਜਾਂਦੀ ਹੈ ਪੀਰ ਮੁਰੀਦਾਂ ਪਿਰੜੀ ਗਾਵਨ ਪ੍ਰਭਾਤੀ, ਅਖੀਰਲੀ ਪੰਕਤੀ ਉਸ ਵਾਰ ਦੀ। ਅੱਖਾਂ ਭਰ ਲਈਆਂ ਮਜਨੂੰ ਨੇ, ਪਤਾ ਕੀ ਕਹਿੰਦਾ, ਕਹਿੰਦਾ ਭਲਿਆ ਤੈਨੂੰ ਕੀ ਦੱਸਾਂ ਮੈਂ, ਇਸ ਕੁੱਤੇ ਨੂੰ ਗਲਵੱਕੜੀ ਕਿਉਂ ਲਿਆ, ਤੈਨੂੰ ਮੈਂ ਕੀ ਦੱਸਾਂ ਮੈਂ ਇਹਦੇ ਪੈਰ ਕਿਉਂ ਚੁੰਮ ਰਿਹਾ। ਕਹਿੰਦਾ ਕਿਉਂ ਚੁੰਮ ਰਿਹਾ, ਬੜੇ ਧਿਆਨ ਨਾਲ ਸੁਣਿਓ। ਮਜਨੂੰ ਕਹਿੰਦਾ ਅੱਜ ਮਹੀਨੇ ਤੋਂ ਵੱਧ ਹੋ ਗਿਆ, ਲੈਲਾ ਦੇ ਘਰ ਵਾਲਿਆਂ ਨੇ ਉਹਨੂੰ ਘਰ ਵਿੱਚ ਡੱਕ ਕੇ ਰੱਖਿਆ ਹੋਇਆ, ਮੈਂ ਉਹਦੀ ਦਲੀਲ 'ਤੇ ਬੈਠਾ ਤਰਸਦਾ ਪਿਆ, ਕਦੋਂ ਲੈਲਾ ਬਾਹਰ ਆਵੇ ਮੈਂ ਉਹਨੂੰ ਦੇਖ ਕੇ ਆਪਣੀ ਦਰਸ਼ਨਾਂ ਦੀ ਪਿਆਸ ਮਿਟਾ ਲਵਾਂ, ਤ੍ਰਿਸ਼ਨਾ ਮਿਟਾ ਲਵਾਂ। ਤੁਸੀਂ ਕਹਿੰਦੇ ਹੋ ਕੁੱਤੇ ਦੇ ਪੈਰ ਕਿਉਂ ਚੁੰਮਦਾ, ਕੁੱਤੇ ਦੇ ਪੈਰ ਇਸ ਕਰਕੇ ਚੁੰਮਦਾ ਪਿਆ, ਗੁਰਮੁਖਾ ਰੱਬ ਦੇ ਪਿਆਰਿਆ, ਮੈਂ ਜਿਸ ਲੈਲਾ ਨਾਲ ਪਿਆਰ ਕਰਦਾ ਵਾਂ, ਮੈਂ ਮਹੀਨੇ ਬੱਦੀ ਤੋਂ ਉਹਨੂੰ ਦੇਖ ਨਹੀਂ ਪਾਇਆ, ਪਰ ਇਹ ਕੁੱਤਾ ਰੋਜ਼ ਘਰ ਦੇ ਅੰਦਰ ਲੈਲਾ ਨੂੰ ਦੇਖਦਾ, ਅੱਜ ਮੈਂ ਇਹਦੇ ਨੇਤਰਾਂ ਦੇ ਵਿੱਚੋਂ ਲੈਲਾ ਨੂੰ ਦੇਖਣ ਵਾਲੀ ਆਪਣੀ ਤ੍ਰਿਸ਼ਨਾ ਪੂਰੀ ਕਰ ਰਿਹਾ। ਆਖੋ ਸਤਨਾਮ। ਵਾਹਿਗੁਰੂ। ਇਸ ਤਰ੍ਹਾਂ ਸੰਤ ਗੁਰਭਜਨ ਸਿੰਘ ਜੀ ਸਮਝਾਉਂਦੇ ਸਨ, ਓਏ ਤੂੰ ਗੁਰੂ ਧਾਮ ਦੀ ਯਾਤਰਾ 'ਤੇ ਕਿਸੇ ਕਾਰਨ ਜੇ ਨਹੀਂ ਵੀ ਜਾ ਪਾਇਆ, ਜਿਹੜਾ ਦਰਸ਼ਨ ਕਰਕੇ ਆਇਆ ਕਿਤੇ ਤੂੰ ਸ਼ਰਧਾ ਨਾਲ ਉਹਦੇ ਹੀ ਦਰਸ਼ਨ ਕਰ ਲਵੇਂ, ਕਿਨਕਾ ਦਰਸ਼ਨ ਦੀ ਕਮਾਈ ਵਿੱਚੋਂ ਜਿਹੜੀ ਉਹ ਇਕੱਠੀ ਕਰਕੇ ਲਿਆਇਆ ਹੋਏਗਾ, ਗੁਰੂ ਨਾਨਕ ਤੇਰੀ ਝੋਲੀ 'ਚ ਪਾ ਦੇਗਾ। ਹੁਣ ਲਓ ਜਕਾਰਾ ਇੱਕ ਗੱਜ ਕੇ, ਹੁਣ ਜਿਹੜੇ ਕੋਈ ਮੇਰੇ ਵਰਗੇ ਨਹੀਂ ਵੀ ਦੀਦਾਰ ਕਰਕੇ ਆਏ ਨਾ, ਜਿਹੜੇ ਦੀਦਾਰ ਕਰਕੇ ਆਏ ਨੇ ਉਹਨਾਂ ਦੇ ਚਰਨਾਂ ਦਾ ਧਿਆਨ ਕਰ ਲਓ ਕਿ ਤੁਸੀਂ ਬਾਬੇ ਨਾਨਕ ਦੀ ਨਗਰੀ ਦੀ ਧੂੜੀ ਲੈ ਕੇ ਆਏ ਹੋ, ਤੁਹਾਡੀ ਧੂੜੀ ਮੇਰੇ ਮੱਥੇ ਨੂੰ ਵੀ ਲੱਗ ਜਾਵੇ, ਬਾਬਾ ਨਾਨਕ ਕਰਤਾਰਪੁਰ ਬੈਠਾ ਖੁਸ਼ ਹੋਏਗਾ ਕਿ ਆਹ ਸਿੱਖੀ ਕਮਾਣੀ ਆ ਗਈ ਮੇਰੇ ਸਿੱਖ ਨੂੰ। ਉਸ ਭਾਵਨਾ ਨਾਲ ਬੋਲੋ, ਹਾਂਜੀ ਸਭ ਕਾਜ ਹਮਾਰਾ ਹੋਇਆ, ਸਭ ਕਾਜ ha
ਹਰ ਨਾਮ ਹਿਰਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਗਾ ਪ੍ਰਭ ਚਰਨੀ ਮਨ ਲਗਾ ਪੂਰਣ ਜਾ ਕੇ ਭਗਾ ਪੂਰਣ ਜਾ ਕੇ ਸ਼ੁਕਰਾਨੇ ਵਿੱਚ ਅੰਦਰੋਂ ਕਹਿਓ ਪਿਤਾ ਜੀ ਧੰਨ ਧੰਨ ਗੁਰੂ ਨਾਨਕ ਧੰਨ ਧੰਨ ਗੁਰੂ ਨਾਨਕ ਧੰਨ ਧੰਨ ਗੁਰੂ ਨਾਨਕ ਧੰਨ ਧੰਨ ਗੁਰੂ ਨਾਨਕ ਸਾਰੀ ਸੰਗਤ ਧੰਨ ਧੰਨ ਗੁਰ ਨਾਨਕ ਜਨ ਕੇਰਾ ਧੰਨ ਧੰਨ ਗੁਰ ਨਾਨਕ ਜਨ ਕੇਰਾ ਜਿਤ ਮਿਲੀਏ ਚੁੱਕੇ ਸਭ ਸੋਗ ਸੰਤਾਪੇ ਜਿਤ ਮਿਲੀਏ ਚੁੱਕੇ ਸਭ ਸੋਗ ਸੰਤਾਪੇ ਧੰਨ ਧੰਨ ਗੁਰੂ ਨਾਨਕ ਸ਼ੁਕਰਾਨਾ ਧੰਨ ਧੰਨ ਸਾਰੇ ਸ਼ੁਕਰਾਨੇ ਚ ਭਿੱਜ ਕੇ ਬਾਬਾ ਤੇਰੀ ਕਿਰਪਾ ਨਾਲ ਤੇਰੇ ਤਰਸ ਨਾਲ ਤੇਰੀ ਰਹਿਮਤ ਨਾਲ ਤੂੰ ਦੇਹ ਰੋਗਤਾ ਬਖਸ਼ੀ ਤੂੰ ਮਾਇਆ ਵੀ ਬਖਸ਼ੀ ਤੂੰ ਸੰਗਤ ਵੀ ਬਖਸ਼ੀ ਜਿਹੜੀ ਨਰਕਾਂ ਵੱਲ ਨਹੀਂ ਲੈ ਕੇ ਜਾਂਦੀ ਗੁਰਤਾਮਾ ਦੀ ਯਾਤਰਾ ਵੱਲ ਲੈ ਕੇ ਜਾਂਦੀ ਹੈ ਬਾਬਾ ਤਰਸ ਬਣਾਈ ਰੱਖੀ ਗੱਜ ਕੇ ਸਾਰੇ ਜਿੰਨਾ ਗੱਜ ਕੇ ਜਪੋਗੇ ਕੱਲ ਵੀ ਉਹਨਾਂ ਘਰਾਂ ਤੋਂ ਦੂਰ ਭੱਜੇਗਾ ਸਾਡੀ ਇਹ ਯਾਤਰਾ ਗੁਰੂ ਨਾਨਕ ਦੇ ਖਾਤੇ 'ਚ ਜਮ੍ਹਾਂ ਹੋ ਜਾਏ ਅੰਦ
ਅੰਦਰੋਂ ਪਤਾ ਕੀ ਕਹੋ ਮਹਾਰਾਜ ਤੋ ਕਿਰਪਾ ਤੇ ਸੁੱਖ ਪਾਇਆ 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 ਬੋਲੋ ਫਿਰ ਬੋਲੋ ਤੋ ਕਿਰਪਾ ਤੇ ਪ੍ਰੇਮ ਵਾਲੇ ਵਾਸਤੇ ਗੁਰੂ ਦੇ ਦਰਸ਼ਨਾਂ ਤੋਂ ਵੱਡਾ ਕੋਈ ਸੁੱਖ ਧਰਤੀ 'ਤੇ ਹੈ ਹੀ ਨਹੀਂ ਤੁਹਾਡੇ ਸੋਨੀਪਤ ਦੀਆਂ ਭੈਣਾਂ ਦੇ ਚਰਨ ਧੋ ਕੇ ਪੀਣ ਨੂੰ ਦਿਲ ਕਰਦਾ ਜੀ ਸਾਨੂੰ ਜ਼ੋਰ ਲਾਉਣਾ ਹੀ ਨਹੀਂ ਪੈਂਦਾ ਲਓ ਜਗਾਰਾ ਕਈ ਵਾਰੀ ਤਾਂ ਇੱਦਾਂ ਹੁੰਦਾ ਸਾਨੂੰ ਬੋਲਣ ਦਾ ਵੀ ਮੌਕਾ ਨਹੀਂ ਮਿਲਦਾ ਆਖੋ ਸਤਨਾਮ ਵਾਹਿਗੁਰੂ ਇਹ ਜਿਹੜਾ ਵਿਕੁੰਠ ਹੈ ਨਾ ਜੀ ਕਈ ਜਗ੍ਹਾ 'ਤੇ ਸਾਨੂੰ ਕਹਿਣਾ ਪੈਂਦਾ ਬੋਲੋ ਜੀ ਉੱਚਾ ਬੋਲੋ ਇੱਕ ਜਗ੍ਹਾ 'ਤੇ ਇਹ ਵੀ ਹੋਇਆ ਸੀ ਸੁਣ ਵੀ ਲਓ ਥੋੜ੍ਹਾ ਜਿਹਾ ਆਖੋ ਸਤਨਾਮ ਬਖਸ਼ ਲੈਣਾ ਬੱਚੇ ਹੀ ਆ ਤੁਹਾਡਾ ਤੁਹਾਡੇ ਕੋਲੋਂ ਜੋ ਸਿੱਖਿਆ ਉਹੀ ਤੁਹਾਨੂੰ ਸੁਣਾ ਰਿਹਾ ਕੋਈ ਗਿਆਨ ਨਹੀਂ ਮਾਂ ਪਿਓ ਦੀ ਮਰਜ਼ੀ ਹੁੰਦੀ ਹੈ ਉਹ ਪੁੱਤਰ ਨੂੰ ਨੀਵਾਂ ਬਿਠਾ ਕੇ ਪਹਾੜਾ ਸੁਣਨ ਉੱਚਾ ਬਿਠਾ ਕੇ ਸੁਣਨ ਤੁਸੀਂ ਦਿਆਲੂ ਹੋ ਤੁਸੀਂ ਉੱਚਾ ਭਾਰਤਾ ਆਖੋ ਸਤਨਾਮ ਵਾਹਿਗੁਰੂ ਅਰਦਾਸ ਕਰਿਓ ਇਹ ਮਨ ਬੱਚਾ ਹੀ ਰਹੇ ਇੱਥੇ ਹੀ ਜੀਵੀਏ ਤਿੰਨ ਕੋ ਕਿਹਾ ਉਪਦੇਸੀਏ ਜੋ ਗੁਰੂ ਨਾਨਕ ਦੇਵ ਕਦੀ ਵੀ ਸੰਗਤ ਨੂੰ ਉਪਦੇਸ਼ ਦੇਣ ਵਾਲੇ ਨਾ ਬਣੀਏ ਵਡਿਆਈ ਕਰਨ ਵਾਲੇ ਬਣੀਏ ਵਡਿਆਈ ਸੁਣਾਉਣ ਵਾਲੇ ਬਣੀਏ ਬਸ ਇੱਥੇ ਰੱਖੇ ਗੁਰੂ ਨਾਨਕ ਦੁਨੀਆ ਮਰਦੀ ਪਈ ਹੈ ਮਾਇਆ ਮਾਇਆ ਪੈਸਾ ਪੈਸਾ ਇਹ ਬਾਲਗੜ੍ਹ ਚੌਂਕ ਤੋਂ ਅਸੀਂ ਆਉਂਦੇ ਹਾਂ ਨਾ ਅੰਦਰ ਸੋਨੀਪਤ ਤੋਂ ਖੜੇ ਹੋ ਜਾਇਆ ਕਰੋ ਕਦੀ ਰਾਤੀ 12 ਵਜੇ ਵੀ ਜੇ ਖਲੋ ਜਾਓਗੇ ਨਾ 2 ਵਜੇ ਵੀ ਖਲੋ ਜਾਓਗੇ ਜੇ 100 ਮੋਟਰਸਾਈਕਲ ਜਾਂ ਗੱਡੀ ਜਾਂ ਟਰੱਕ ਜਾਂ ਬੱਸ ਲੱਗੇਗੀ ਭਾਵੇਂ ਦਿੱਲੀ ਵੱਲ ਨੂੰ ਜਾਂ ਦਿੱਲੀ ਤੋਂ ਪੰਜਾਬ ਵੱਲ ਨੂੰ ਹਰਿਆਣੇ ਵੱਲ ਨੂੰ ਬਾਂਹ ਖੜੀ ਕਰਕੇ ਇਹੀ ਪੁੱਛਣਾ ਕਿਵੇਂ ਜਾ ਰਹੇ ਹੋ ਜਿਹੜਾ ਨਿਚੋੜ ਨਿਕਲੇਗਾ ਨਾ ਉਹਦਾ ਨਿਚੋੜ ਇਹ ਨਿਕਲੇਗਾ ਕਿ ਸਾਰੀ ਦੌੜ ਮਾਇਆ ਪਿੱਛੇ ਲੱਗੀ ਆ ਆਖੋ ਸਤਨਾਮ ਵਾਹਿਗੁਰੂ ਉਹ ਵਿਰਲੇ ਨੇ ਉਹ ਭਾਗਾਂ ਵਾਲੇ ਨੇ ਜਿਹੜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾ ਕੇ ਆਣ ਹੀ ਕਹਿੰਦੇ ਬਾਬਾ ਅਗਲੀ ਦੁਕਾਨ ਕਦੋਂ ਦੇਗਾ ਆਖੋ ਸਤਨਾਮ ਵਾਹਿਗੁਰੂ ਉਹ ਵਿਰਲੇ ਨੇ ਉਹ ਥੋੜੇ ਨੇ ਜਿਹੜੇ ਇਹ ਕਹਿੰਦੇ ਨੇ ਬਾਬਾ ਇੰਨੀ ਕੁ ਦਹੀਂ ਕਿਸੇ ਦੇ ਅੱਗੇ ਹੱਥ ਨਾ ਅੜਨਾ ਪਵੇ ਅਤੇ ਤੇਰੇ ਚਰਨਾਂ ਦਾ ਰਸ ਟੁੱਟ ਨਾ ਜਾਵੇ ਕੱਲ੍ਹ ਸਾਡੀ ਜੱਥੇ ਦੀ ਇੱਕ ਬੱਚੀ ਹੈ ਜੈਸਮਿਨ ਕੌਰ ਉਹਦਾ ਨਾਂ ਹੈ
ਮਾਰਚ ਚੱਲ ਰਿਹਾ ਨਾ, ਅਤੇ ਮੇਰੇ ਖਿਆਲ ਅਗਸਤ ਵਿੱਚ ਨਾ ਉਹ ਕੈਨੇਡਾ ਗਈ ਹੈ, ਅਗਸਤ ਵਿੱਚ 2023, 7-8 ਮਹੀਨੇ ਹੋ ਗਏ। ਕੁਛ ਟਾਈਮ ਦਾ ਫਰਕ ਕਹਿ ਲਓ, ਕੁਛ ਉੱਥੇ ਦੇ ਬੱਚਿਆਂ ਦਾ ਸ਼ਡਿਊਲ ਬਹੁਤ ਬਿਜ਼ੀ ਹੋ ਜਾਂਦਾ। ਮੈਨੂੰ ਫੋਨ ਆਇਆ ਕੱਲ, ਕਹਿੰਦੀ ਵੀਰ ਜੀ ਗੱਲ ਕਰਨੀ ਹੈ। ਮੈਂ ਕਿਹਾ ਹਾਂ ਬੇਟਾ ਬੋਲ। ਛੋਟੀ ਹੈ ਮੇਰੇ ਤੋਂ ਉਮਰ, ਮੈਂ ਕਿਹਾ ਬੋਲ ਬੇਟਾ। ਬਸ ਮੈਂ ਜਦੋਂ ਇੰਨਾ ਕਹਿਣਾ, ਮੈਂ ਕਿਹਾ ਬੋਲ ਬੇਟਾ, ਉਹਨੇ ਰੋਣਾ ਸ਼ੁਰੂ ਕਰਤਾ। ਉਹਨੂੰ ਇਕੱਲੀ ਕੁੜੀ ਉੱਥੇ, ਅਸੀਂ ਇੰਡੀਆ 1000 ਕਿਲੋਮੀਟਰ ਦੂਰ, ਜਾਣਾ ਵੀ ਕੋਈ ਸੌਖਾ ਨਹੀਂ, ਉਹਨੇ ਰੋਣਾ ਸ਼ੁਰੂ ਕਰਤਾ। ਮੈਂ ਡਰ ਗਿਆ। ਸਮਾਂ ਇਸ ਤਰ੍ਹਾਂ ਦਾ ਹੈ ਨਾ, ਵੇਖਦੇ ਹੀ ਹੋ ਟੀ ਵੀ 'ਤੇ ਕੀ ਹੋਈ ਜਾ ਰਿਹਾ ਇਹ ਕੱਲ੍ਹ। ਅਰਦਾਸ ਕਰਿਆ ਕਰੋ ਬਾਬਾ, ਵਾਰਡ ਲਈ ਰੱਖੀ। ਵੀਹ ਫੁੱਟ ਦੂਰ ਪਿਓ ਪੁੱਤਰ ਬੈਠੇ ਹੁੰਦੇ ਨੇ, 20 ਫੁੱਟ ਦੂਰ ਬੈਠਾ ਪੁੱਤਰ ਜਾਂ ਪੁੱਤਰੀ ਆਪਣੀ ਮੋਬਾਈਲ ਦੀ ਸਕਰੀਨ 'ਤੇ ਅੱਖਾਂ ਰਾਹੀਂ ਕਿਹੜੀ ਗੰਦਗੀ ਖਾ ਰਿਹਾ, ਪਿਓ ਨੂੰ ਇੱਧਰ ਬੈਠੇ ਪਤਾ ਨਹੀਂ ਚੱਲਦਾ। ਇੰਨਾ ਕਲਯੁੱਗ ਘਰਾਂ 'ਚ ਵੜ ਗਿਆ। ਐਵੇਂ ਨਹੀਂ ਮਹਾਂਪੁਰਖ ਕਹਿੰਦੇ, ਕਹਿੰਦੇ ਘਰ 'ਚ ਜਿੰਨੇ ਬੱਚੇ ਆ ਨਾ, ਭਾਈ ਸਾਹਿਬ ਭਾਈ ਗੁਰਕਪਾਲ ਸਿੰਘ ਜੀ ਕਹਿੰਦੇ ਹੁੰਦੇ ਆ, ਕਹਿੰਦੇ ਜੇ ਤੇਰੇ 2 ਬੱਚੇ ਹੈ, 3 ਬੱਚੇ ਹੈ, 1 ਬੱਚਾ ਹੈ, ਜੋ ਨਿਤਨੇਮ ਕਰਦਾ ਬਹੁਤ ਚੰਗੀ ਗੱਲ ਹੈ, ਹੋਰ ਵਧਾ। ਕਹਿੰਦੇ ਪਰ ਜਿੰਨੇ ਬੱਚੇ ਪਰਮੇਸ਼ੁਰ ਨੇ ਤੈਨੂੰ ਦਿੱਤੇ ਨੇ, 1 ਬੱਚੇ ਪਿੱਛੇ 1 ਜਪਜੀ ਸਾਹਿਬ ਰੋਜ਼ ਦਾ ਵੱਧ ਕਰਿਆ ਕਰ ਕਿ ਹੇ ਗੁਰੂ ਨਾਨਕ ਕਲਗੀਆਂ ਵਾਲਿਆ, ਮੈਂ ਹਰ ਜਗ੍ਹਾ ਇਹਦੀ ਨਾ ਰਾਖੀ ਕਰ ਸਕਦਾ, ਨਾ ਇਹਦੇ 'ਤੇ ਪਹਿਰਾ ਦੇ ਸਕਦਾ ਵਾਂ। ਸਾਹਮਣੇ ਬੈਠਾ ਮੋਬਾਈਲ 'ਤੇ ਵੀ ਕਿਹੜੀ ਗੰਦਗੀ ਅੱਖਾਂ ਰਾਹੀਂ ਇਹਦੇ ਅੰਦਰ ਜਾ ਰਹੀ, ਬਾਬਾ ਮੈਨੂੰ ਨਹੀਂ ਪਤਾ। ਜਿਹੜੇ ਮੇਰੇ ਬੱਚੇ ਦੀ ਕਿਤੇ ਜ਼ਿੰਦਗੀ 'ਚ ਮੱਤ ਵਿਗੜ ਰਹੀ ਹੋਏ, 1 ਜਪਜੀ ਸਾਹਿਬ ਵੱਧ ਸੇਵਾ ਮੇਰੇ ਕੋਲ ਨਹੀਂ, ਮੇਰੇ ਬੱਚਿਆਂ ਦੀ ਮੱਤ ਨਾ ਪਲਟਣ ਦੇਈ ਕਦੀ। ਮੇਰੇ ਬੱਚੇ ਉਹ ਚੀਜ਼ ਵੇਖਣ ਜਿਹੜੀ ਤੈਨੂੰ ਚੰਗੀ ਲੱਗੇ, ਉਹ ਚੀਜ਼ ਖਾਣ ਪੀਣ ਜਿਹੜੀ ਤੈਨੂੰ ਚੰਗੀ ਲੱਗੇ, ਉਹ ਮਤਬੁੱਧ ਸੰਗਤ ਵਿੱਚ ਰਹਿਣ ਜਿਹੜੀ ਤੈਨੂੰ ਭਾਵੇ। ਆਖੋ ਸਤਨਾਮ ਵਾਹਿਗੁਰੂ। ਉਹ ਬੱਚੀ ਰੋਣ ਲੱਗ ਪਈ। ਮੈਂ ਕਿਹਾ ਬੋਲ ਤਾਂ ਸਹੀ ਹੋਇਆ, ਕੀ ਹੈ ਬੇਟਾ? ਜੈਸਮਿਨ ਦੱਸ ਤਾਂ ਸਹੀ। ਮੈਂ 3-4 ਵਾਰੀ ਜਦੋਂ ਕਿਹਾ ਨਾ, ਉਹ 7-8 ਮਿੰਟ ਵਟਸਐਪ ਕਾਲ 'ਤੇ ਰੋਂਦੀ ਰਹੀ, ਗਲਾ ਭਾਰ ਆਇਆ। ਵੀਰ ਜੀ ਗੱਲ, ਰੋਣਾ ਸ਼ੁਰੂ। ਮੈਂ ਕਿਹਾ ਬੋਲ। ਮੈਂ ਕੀ ਦੱਸਾਂ? ਰੋਣਾ ਸ਼ੁਰੂ। ਮੈਂ ਕਿਹਾ ਹੋਇਆ ਕੀ ਆ? ਠੀਕ ਹੈ ਸਭ, ਜਿਹੜੀ ਉਸ ਬੱਚੀ ਦੇ ਮੂੰਹੋਂ ਗੱਲ ਉਸ ਵੇਲੇ ਨਿਕਲੀ ਨਾ, ਉਹ ਅੱਜ ਦੇ ਸਮਾਗਮ ਨਾਲ ਢੁੱਕਦੀ ਹੈ। ਮੈਨੂੰ ਕਹਿੰਦੀ ਅਗਸਤ 'ਚ ਆਈ ਸੀ ਮੈਂ। ਮੈਂ ਕਿਹਾ ਅੱਛਾ ਜੀ। ਕਹਿੰਦੀ ਸਤੰਬਰ ਤੋਂ ਬਾਅਦ ਮਾਰਚ ਹੋ ਗਿਆ, ਤਕਰੀਬਨ 6 ਮਹੀਨੇ ਹੋ ਗਏ ਹੈ। ਕਹਿੰਦੀ ਪਤਾ ਨਹੀਂ ਕਿਹੋ ਜਿਹਾ ਮੰਦਾ ਕਰਮ ਉੱਤੇ ਆਇਆ, ਨਾ ਮੇਰੇ ਨਿਤਨੇਮ 'ਚ ਰੋਜ਼ ਮੇਰਾ ਜਾਪ ਸਾਹਿਬ ਪੂਰਾ ਹੋ ਪਾ ਰਿਹਾ, ਨਾ 6 ਮਹੀਨਿਆਂ ਤੋਂ 1 ਵੀ ਵਾਰੀ ਮੈਂ ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਪਾਈ ਹਾਂ। ਮੇਰੇ ਵਰਗੇ ਨੂੰ ਆਹ ਦੁੱਖ ਹੁੰਦਾ, ਮੈਂ ਕਨੇਡਾ ਨਹੀਂ ਗਿਆ। ਉਹ ਜਿਹੜੇ ਕਨੇਡਾ ਗਏ ਗੁਰਮੁਖ ਪਿਆਰੇ, ਜਿਹਨਾਂ ਦੇ ਅੰਦਰ ਪ੍ਰੇਮ ਦੀ ਰੱਤੀ ਭਰਤੀ ਗੁਰੂ ਗੋਬਿੰਦ ਸਿੰਘ ਨੇ, ਉਹਨਾਂ ਨੂੰ ਆਹ ਦੁੱਖ ਚਿੰਬੜ ਜਾਂਦਾ ਹੈ, ਪਾਤਸ਼ਾਹ ਮੈਨੂੰ ਤੇਰੇ ਦਿਦਾਰੇ ਨਹੀਂ ਹੋ ਰਹੇ। ਜਦੋਂ ਆਹ ਪੜ੍ਹੋ ਨਾ, ਤੋ ਕਿਰਪਾ ਅਤੇ ਸੁੱਖ ਪਾਇਆ, ਜਿੱਥੇ ਆਹ ਸ਼ੁਕਰਾਨਾ ਕਰਨਾ ਹੈ ਕਿ ਸ਼ੁਕਰੀ ਗੁਰੂ ਨਾਨਕ ਆਪਣੇ ਸੱਚਖੰਡ ਦਰਬਾਰ ਦੇ ਦਿਦਾਰੇ ਬਖਸ਼ੇ ਨਹੀਂ।
ਹੇ ਗੁਰੂ ਰਾਮਦਾਸ ਲੱਖਾਂ ਕਰੋੜਾਂ ਸ਼ੁਕਰਾਨੇ ਆਪਣੇ ਪਾਵਨ ਦਰਬਾਰ ਦੇ ਦਿਦਾਰੇ ਬਖਸ਼ੇ ਨੀ। ਜਿਹੜੇ ਨਹੀਂ ਗਏ ਉਹ ਇਹ ਕਹਿਣਾ ਕਿ ਪਰਮਾਤਮਾ ਉੱਥੇ ਨਹੀਂ ਗਏ, ਕੋਈ ਗੱਲ ਨਹੀਂ, ਇੰਨਾ ਸ਼ੁਕਰ ਹੈ ਇੱਥੇ ਦਰਸ਼ਨ ਕਰਨ ਲਈ ਰੋਜ਼ ਬੁਲਾ ਲੈਂਦਾ ਹੈ। ਤੋ ਕਿਰਪਾ ਤੇ ਸੁੱਖ ਪਾਇਆ, ਤੋ ਕਿਰਪਾ ਤੇ ਸੁੱਖ ਪਾਇਆ, ਤੇਰੀ ਕਿਰਪਾ ਨਾਲ ਇਹ ਸੁੱਖ ਮਿਲਿਆ ਦਰਸ਼ਨਾਂ ਦਾ। ਬੋਲੋ ਕਿਨੂੰ ਕਹਿਣਾ? ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਵਾਹ ਵਾਹ। ਸਾਰੇ ਭਾਈ ਵੀ ਬੋਲਿਆ ਕਰੋ ਗੱਜ ਕੇ ਜਥਾ, ਧੰਨ ਗੁਰੂ ਨਾਨਕ, ਗੁਰੂ ਨਾਨਕ, ਗੁਰੂ ਨਾਨਕ, ਧੰਨ। ਪੜੋ ਗੱਜ ਕੇ ਕੀ ਕਹਿਣਾ ਬਾਬਾ ਜੀ ਨੂੰ? ਤੋ ਕਿਰਪਾ ਤੇ ਸੁੱਖ ਪਾਇਆ, ਤੋ ਕਿਰਪਾ ਤੇ ਸੁੱਖ ਪਾਇਆ, ਸਾਰੀ ਸ਼ਕਤ ਪਾਉ ਪੂਜਾ। ਦੋ ਵਾਰੀ ਇਹ ਸ਼ੁਕਰਾਨਾ ਇੱਕ ਕਿਸ਼ਤ ਚੁਕਾਉਣ ਦੇ ਬਰਾਬਰ ਹੈ। ਬਾਬਾ ਆਨੰਦ ਸਿੰਘ ਜੀ ਕਹਿੰਦੇ ਸਨ, ਦਾਤ ਵੱਡੀ ਮਿਲੇ, ਦਾਤ ਛੋਟੀ ਮਿਲੇ, ਸ਼ੁਕਰਾਨਾ ਨਿਭ ਨਿਭ ਕੇ ਕਰੀ। ਜਦੋਂ ਤੂੰ ਸ਼ੁਕਰਾਨੇ ਦੀਆਂ ਕਿਸ਼ਤਾਂ ਸਮੇਂ ਸਿਰ ਮੋੜਦਾ ਰਹੇਗਾ, ਗੁਰੂ ਨਾਨਕ ਬਰਕਤ ਦੀਆਂ ਕਿਸ਼ਤਾਂ ਉਸ ਤੋਂ ਵੱਧ ਤੇਰੇ ਘਰ ਤੋਰਦਾ ਰਹੇਗਾ। ਜੀ ਇੱਕ 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 ਤੂੰ ਹੀ, ਇੱਕ ਤੂੰ ਰਾਇਆ, ਤੋ ਕਿਰਪਾ ਤੇ ਸੁੱਖ ਪਾਇਆ, ਤੋ ਕਿਰਪਾ ਤੇ ਸੁੱਖ ਪਾਇਆ, ਤੋ ਕਿਰਪਾ ਤੇ ਸੁੱਖ ਪਾਇਆ, ਤੋ ਕਿਰਪਾ ਤੇ ਸੁੱਖ ਪਾਇਆ। ਸੁੱਖ ਤੇਰਾ ਦਿੱਤਾ ਲਈਏ, ਸੁੱਖ ਤੇਰਾ ਦਿੱਤਾ ਲਈਏ, ਸੁੱਖ ਤੇਰਾ ਦਿੱਤਾ ਲਈਏ, ਸੁੱਖ ਤੇਰਾ ਦਿੱਤਾ। ਬੋਲੋ ਬੋਲੋ, ਸੁੱਖ ਤੇਰਾ ਦਿੱਤਾ ਲਈਏ, ਸੁੱਖ ਤੇਰਾ ਦਿੱਤਾ ਲਈਏ, ਤੇਰਾ ਦਿੱਤਾ ਲਈਏ, ਸੁੱਖ ਤੇਰਾ। ਬੋਲੋ ਬੋਲੋ, ਸੁੱਖ ਤੇਰਾ। ਦੁੱਧ ਪਾਵੇ ਤਾਂ ਨਾਮ ਜਪਾਵੇ, ਦੁੱਧ ਪਾਵੇ ਤਾਂ ਨਾਮ ਜਪਾਵੇ, ਦੁੱਧ ਪਾਵੇ ਤਾਂ ਨਾਮ ਜਪਾਵੇ, ਦੁੱਧ ਪਾਵੇ ਤਾਂ ਨਾਮ ਜਪਾਵੇ। ਇਹਨੂੰ ਪਾਉਂਦਾ ਤਾਂ ਸਿੱਖ ਦਾ ਹੈਂਡਲ ਇਸ ਬੰਨੇ ਮੁੜਦਾ,
ਨਵਾਂ ਹੈਂਡਲ ਇਸ ਬੰਨੇ ਮੁੜਦਾ। ਉਮਰਾਂ ਲੰਘੀ ਜਾ ਰਹੀਆਂ ਨੇ, ਕੋਈ ਪਤਾ ਨਹੀਂ ਅਗਲਾ ਦਿਨ ਚੜ੍ਹਨਾ ਨਹੀਂ ਚੜ੍ਹਨਾ। ਜੇ ਅੱਜ ਮੌਕਾ ਮਿਲਿਆ ਸੰਗਤ ਦੇ ਨਾਲ ਗੁਰਧਾਮ ਦੀ ਯਾਤਰਾ 'ਤੇ ਜਾਣ ਦਾ, ਅਤੇ ਜੇ ਪਰਮੇਸ਼ੁਰ ਨੇ ਸਮਰੱਥਾ ਵੀ ਬਖਸ਼ੀ ਹੈ, ਇਹ ਮਾਇਆ ਆਪਣੇ ਬੱਚਿਆਂ ਵਾਸਤੇ ਇਕੱਠੀ ਨਾ ਕਰਦੇ ਰਵਾਂ, ਕਿਤੇ ਕਿਤੇ ਮਾਇਆ ਧਰਮ ਦੇ ਕਾਰਜਾਂ 'ਤੇ ਵੀ ਖਰਚ ਰਵਾਂ। ਜਿਹੜੇ ਨਹੀਂ ਖਰਚਦੇ ਨਾ, ਜਿਹੜੀ ਮਾਇਆ ਤੂੰ ਇਕੱਠੀ ਕਰ ਕਰਕੇ ਮਰ ਗਿਆ, ਕੱਲ ਨੂੰ ਉਸੇ ਮਾਇਆ ਨੇ ਤੇਰੇ ਬੱਚੇ ਆਪਸ ਲੜਾ ਦੇਣੇ। ਆਖੋ ਸਤਨਾਮ ਵਾਹਿਗੁਰੂ। ਦੁੱਧ ਪਾਵੇ ਤਾਂ ਨਾਮ ਜਪਾਵੇ, ਦੁੱਧ ਪਾਵੇ ਤਾਂ ਨਾਮ ਜਪਾਵੇ, ਦੁੱਧ ਪਾਵੇ ਤਾਂ ਨਾਮ ਜਪਾਵੇ, ਦੁੱਧ ਪਾਵੇ ਤਾਂ ਨਾਮ ਜਪਾਵੇ। ਬੋਲੋ ਗੱਜ ਕੇ, ਦੁੱਧ ਤੈਨੂੰ ਪਾ ਗਿਆ, ਤੂੰ ਬਾਂਹ ਫੜ ਕੇ ਲੈ ਗਿਆ। ਓਹੋ ਦੁੱਧ ਪਾਵੇ, ਸੁਖ ਤੇਰਾ ਦਿੱਤਾ ਲਈਏ, ਸੁਖ ਤੇਰਾ ਦਿੱਤਾ ਲਈਏ, ਸੁਖ ਤੇਰਾ ਦਿੱਤਾ ਲਈਏ, ਸੁਖ ਤੇਰਾ ਦਿੱਤਾ ਲਈਏ, ਜਿਹੜੇ ਪ੍ਰਬੰਧਕ ਨੇ ਗੁੱਸਾ ਨਾ ਕਰਿਓ। ਰਾਈ ਜਿੰਨਾ ਹੁੰਦਾ ਨਾ, ਰਾਈ ਦਾ ਦਾਣਾ ਹੁੰਦਾ ਨਾ, ਕੜੀ 'ਚ ਪੈਂਦਾ, ਸਾਂਬਰ 'ਚ ਪੈਂਦਾ, ਰਾਈ ਦੇ ਦਾਣੇ ਜਿੰਨਾ ਵੀ ਲਿਜਾਣ ਦੀ ਡਿਊਟੀ ਜਿੰਨਾ ਕੋਲੋਂ ਲਿੱਤੀ ਗੁਰੂ ਨਾਨਕ ਸਾਹਿਬ ਨੇ, ਇਹਨਾਂ ਨੇ ਭਾਵੇਂ ਇੱਕ ਨਾਂ ਲਿੱਤਾ ਭਾਈ ਰਮੇਸ਼ ਅਰੋੜਾ ਜੀ, ਪਰ ਜਮਾਤ ਨਾਲ ਕਰਾਮਾਤ ਹੁੰਦੀ ਹੈ, ਸੰਗਤ ਦੇ ਸਦਕੇ ਹੀ ਸਭ ਕੁਝ ਹੈ। ਯਾਤਰਾ ਜਾ ਰਹੀ ਹੈ, ਸੰਗਤ ਹੈ ਤੇ ਯਾਤਰਾ ਜਾ ਰਹੀ ਹੈ, ਰੋਟੀ ਵਧੀਆ ਮਿਲ ਰਹੀ ਹੈ, ਸੰਗਤ ਨਾਲ ਸੇਵਾ ਕਰ ਰਹੀ ਹੈ ਤੇ ਮਿਲ ਰਹੀ, ਇਕੱਲਾ ਪ੍ਰਬੰਧਕ ਕੁਛ ਨਹੀਂ ਜੇ ਕਰ ਸਕਦਾ। ਆਖੋ ਸਤਨਾਮ ਵਾਹਿਗੁਰੂ। ਘੋੜੇ ਖੁੱਲ ਜਾਂਦੇ ਆ ਸਾਰੇ, ਜੇ ਨਾਲ ਸਾਥ ਨਿਭਾਉਣ ਲੈ ਨਾ ਆਉਣਾ, ਬੰਦੇ ਦੀ ਇੱਕ ਲੱਤ ਉਸ ਡੱਬੇ 'ਚ ਹੁੰਦੀ ਹੈ, ਇੱਕ ਬਾਂਹ ਉਸ ਡੱਬੇ 'ਚ ਹੁੰਦੀ ਹੈ, ਉਧਰੋਂ ਟੀ ਟੀ ਆਵਾਜ਼ ਦੇ ਰਿਹਾ ਹੁੰਦਾ, ਉਧਰੋਂ ਬੀਬੀ ਚੀਕ ਰਹੀ ਹੁੰਦੀ, ਉਹ ਮੇਰੀ ਸੀਟ ਨੰਬਰ ਕਿੱਥੇ? ਆਖੋ ਸਤਨਾਮ ਵਾਹਿਗੁਰੂ। ਨਾਂ ਨਾਲ ਜਮਾਤ ਹੋਏ ਨਾ, ਹੋ ਹੀ ਨਹੀਂ ਸਕਦੇ ਐਡੇ ਵੱਡੇ ਕਾਰਜ। ਪ੍ਰਬੰਧਕ ਪਤਾ ਕੀ ਕਹਿਣ, ਜਦੋਂ ਸੰਗਤਾਂ ਵਾਪਸ ਆਉਂਦੀਆਂ ਨਾ ਯਾਤਰਾ ਤੋਂ, 100 ਚੋਂ 99 ਅਸੀਸਾਂ ਦਿੰਦੀਆਂ ਨੇ, ਭਾਜੀ ਤੁਸੀਂ ਉਪਰਾਲਾ ਕੀਤਾ, ਤੁਸੀਂ ਅੱਗੇ ਲੱਗੇ, ਸਾਨੂੰ ਦਰਸ਼ਨ ਕਰਾ ਲਿਆ ਏ, ਨਹੀਂ ਤਾਂ ਇਕੱਲੇ ਕਿੱਥੇ ਜਾਣਾ ਸੀ ਅਸੀਂ। ਆ ਹੀ ਜਾਂਦਾ ਬਦੋ ਬਦੀ, 2 ਕਹਿਣਗੇ, 4 ਕਹਿਣਗੇ, 5 ਕਹਿਣਗੇ ਨਾ, ਆ ਹੀ ਜਾਂਦਾ ਮਨ ਵਿੱਚ, ਵਾਕਈ ਯਾਰ ਮੇਰਾ ਰੱਬ ਨੇ ਮੈਨੂੰ ਐਡਾ ਸਮਰੱਥਾ ਮਾਣ ਬਣਾਇਆ ਹੈ ਕਿ ਮੈਂ ਐਡੀ ਵੱਡੀ ਸੰਗਤ ਦਾ ਅਰੇਂਜਮੈਂਟ ਸੰਭਾਲ ਲਿਆ। ਆਖੋ ਸਤਨਾਮ ਵਾਹਿਗੁਰੂ। ਜੇ ਇਹ ਆ ਗਿਆ ਮਨ 'ਚ, ਫਿਰ ਸਮਝ ਲੈ ਸ਼ੁਕਰਾਨਾ ਭਗਤੀ ਨਿਕਲ ਗਈ, ਅੰਦਰ ਕਰਤਾਪਨ ਆ ਗਿਆ। ਪ੍ਰਬੰਧਕ ਆਪਣੇ ਹਿਰਦੇ ਇੱਥੇ ਖੜਨ, ਬਾਬਾ ਸੁਖ ਤੇਰਾ ਦਿੱਤਾ ਲਈਏ, ਸੁਖ ਤੇਰਾ ਦਿੱਤਾ ਲਈਏ, ਸੁਖ ਤੇਰਾ ਦਿੱਤਾ ਲਈਏ, ਸੁਖ ਤੇ
ਪਰ ਬੰਦਕਾਂ ਦਾ ਮਨ ਪਤਾ ਕਿੱਥੇ ਖੜ ਜਾਏ। ਗੁਰ ਨਾਨਕ ਮੇਰੀ ਪੈਜ ਸਵਾਰੀ, ਗੁਰ ਨਾਨਕ ਮੇਰੀ ਪੈਜ ਸਵਾਰੀ, ਇਹ ਹਰ ਉਹ ਸੇਵਾਦਾਰ ਨੇ ਬੋਲਣਾ ਜਿਹਨੇ ਰਮੇਸ਼ ਅਰੋੜਾ ਜੀ ਦੇ ਨਾਲ ਯਾਤਰਾ ਸੇਵਾ ਨਿਭਾਈ ਹੈ। ਇਕੱਲੇ ਰਮੇਸ਼ ਅਰੋੜਾ ਜੀ ਨੇ ਨਹੀਂ ਬੋਲਣਾ, ਹਰ ਉਸ ਸੇਵਾਦਾਰ ਨੇ ਗੱਲ ਬੋਲਣੀ ਹੈ। ਬਾਬਾ ਮੇਰੇ ਜਿੰਮੇ ਜਿਹੜੀ ਵੀ ਡਿਊਟੀ ਵੱਡਿਆਂ ਨੇ ਲਗਾਈ, ਜੇ ਉਹ ਠੀਕ ਠਾਕ ਭੁਗਤ ਗਈ ਹੈ, ਮੇਰੀ ਇੱਜ਼ਤ ਸੰਸਾਰ ਦੇ ਵਿੱਚ ਗੁਰੂ ਨਾਨਕ ਦੀ ਸੰਗਤ ਦੇ ਵਿੱਚ ਬਣ ਗਈ ਹੈ, ਸੰਗਤ ਅੱਜ ਰਸਨਾ ਤੋਂ ਅਸੀਸਾਂ ਦੇ ਰਹੀ ਹੈ, ਅਤੇ ਕਿਰਪਾ ਤੇਰੀ ਹੈ, ਅੰਦਰੋਂ ਆ ਨਿਕਲੇ। ਗੁਰ ਨਾਨਕ ਮੇਰੀ ਪੈਜ ਸਵਾਰੀ, ਲੈਣਾ ਪਓ ਪੈਜ, ਫਿਰ ਬੋਲੋ, ਕੱਜ ਕੇ ਬੋਲੋ, ਮੇਰੀ ਹਾਂ ਅਸੀਂ ਨਾ ਜੀ, ਗੁਰੂ ਸਾਹਿਬ ਨੇ ਕਿਰਪਾ ਕੀਤੀ 29 ਨਵੰਬਰ ਨੂੰ ਜਿਹੜੀ ਲੰਘ ਗਈ, 29, 30 ਅਤੇ 1 ਦਸੰਬਰ, 3 ਦਿਨ ਦਾ ਯਾਤਰਾ ਗੁਰੂ ਸਾਹਿਬ ਦੀ ਮਿਹਰ ਨਾਲ ਖੜੀ ਅੰਮ੍ਰਿਤਸਰ। ਪ੍ਰੋਗਰਾਮ ਸ਼ੁਰੂ ਹੋਇਆ 20 ਬੰਦਿਆਂ ਤੋਂ, ਕਰਦੇ ਕਰਦੇ ਹੋਏ 78 ਬੰਦੇ। ਹੁਣ ਸ਼ਤਾਬਦੀ ਦੀ ਜਿਹੜੀ ਡੱਬਾ ਹੁੰਦਾ ਨਾ, 78 ਨਹੀਂ ਵਾਹਿਗੁਰੂ 74 ਬੰਦੇ, ਹੁਣ ਸ਼ਤਾਬਦੀ ਦਾ ਜਿਹੜਾ ਡੱਬਾ ਹੁੰਦਾ ਨਾ ਜੀ, ਉਹਦੀ 76 ਸੀਟਾਂ ਹੁੰਦੀਆਂ ਨੇ, ਜਿਹੜੀ ਦਿੱਲੀ ਤੋਂ ਅੰਮ੍ਰਿਤਸਰ ਜਾਂਦੀ ਸ਼ਤਾਬਦੀ ਨਾਲ, 76 ਸੀਟਾਂ ਹੁੰਦੀਆਂ, 74 ਬੰਦੇ। ਜਿਹਦੇ ਕੋਲ ਅਸੀਂ ਟਿਕਟਾਂ ਕਰਾਈਆਂ ਉਹ ਗੁੜਗਾਓਂ ਰਹਿੰਦੇ ਆ, ਉਹਨਾਂ ਦਾ ਨਾਂ ਹੈ ਰਵਿੰਦਰਪਾਲ ਸਿੰਘ, ਮੋਂਟੂ ਵੀਰ ਜੀ। ਮੈਂ ਕਿਹਾ ਭਾਅ ਜੀ ਟਿਕਟਾਂ ਇਕੱਠੀ ਕਰਾਉਣਾ, 100-200 ਜੇ ਵੱਧ ਦੇਣਾ ਪੈ ਜਾਏ ਕੋਈ ਤਿਕੜਮ ਲੜਾ ਕੇ ਦੇ ਦੇਣਾ, ਬਟ ਸੀਟਾਂ ਇਕੱਠੀਆਂ ਰਹਿਣ ਸੰਗਤ ਦੀਆਂ, ਬਣਿਆ ਰਹਿੰਦਾ ਫਿਰ ਔਰਾ ਉਸ ਤਰ੍ਹਾਂ ਦਾ। ਕਹਿੰਦੇ ਘਬਰਾਓ ਨਾ, ਇੱਕ ਡੱਬਾ ਉਹਨਾਂ ਨੇ ਖੜਿਆ ਸੀ, ਇੱਕ ਡੱਬਾ ਸਾਡਾ ਸੀਗਾ, ਸਾਡਾ ਸੀਗਾ 11 ਨੰਬਰ, ਉਹਨਾਂ ਦਾ ਸੀਗਾ 12 ਨੰਬਰ। ਹੁਣ ਪੈਜ ਸਵਾਰੀ, ਮਾਇਆ ਆਈ, ਮਾਇਆ ਅੱਗੇ ਦੇ ਦਿੱਤੀ। ਹੁਣ ਟਿਕਟ ਨਾ ਮੈਂ ਬੁੱਕ ਕਰਨੀ ਹੈ, ਨਾ ਉਹ ਜਿਹੜਾ ਵਿਚਕਾਰ ਏਜੰਟ ਹੈ ਰਵਿੰਦਰਪਾਲ ਸਿੰਘ, ਉਹਨੇ ਕਰਨੀ ਹੈ, ਕਰਨੀ ਹੈ ਕੰਪਿਊਟਰ ਨੇ, ਅਸੀਂ ਡਾਟਾ ਫੀਡ ਕਰਨਾ। ਇੱਕ ਸਿਸਟਮ ਹੁੰਦਾ, ਜਿਹੜੇ ਏਜੰਟ ਹੁੰਦੇ ਨੇ ਨਾ, ਉਹਨਾਂ ਕੋਲ ਇੱਕ ਸਿਸਟਮ ਹੁੰਦਾ ਕਿ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਕਿਹੜੇ ਡੱਬੇ 'ਚ ਕਿਹੜੀਆਂ ਸੀਟਾਂ ਖਾਲੀ ਨੇ, ਉਹ ਉਸ ਹਿਸਾਬ ਨਾਲ ਫਿਰ ਬੁਕਿੰਗ ਸ਼ੁਰੂ ਕਰਦੇ ਕਿ ਵੀ ਸਾਡੀ ਸਾਰੀ ਜਿਹੜੀ ਰਿਜ਼ਰਵੇਸ਼ਨ ਨਾ ਇੱਕੋ ਬੋਗੀ 'ਚ ਆ ਜਾਏ। ਪਰ ਮੈਂ ਤੁਹਾਨੂੰ ਪੈਜ ਸਵਾਰੀ ਦੀ ਗੱਲ ਕਰਨ ਲੱਗਾ ਵਾਂ, ਹੁਣ 74 ਬੰਦਿਆਂ ਕੋਲੋਂ ਜਿੰਨੀ ਮਾਇਆ ਆਈ ਟਿਕਟਾਂ ਦੀ, ਅਸੀਂ ਅੱਗੇ ਦੇ ਦਿੱਤੀ, ਉਹਨੇ ਅੱਗੇ ਬੁੱਕ ਕਰਾਤੀਆਂ,
ਪਤਾ ਨਹੀਂ ਕੀ ਖੇਡ ਵਰਤੀ, 72 ਬੰਦਿਆਂ ਦੀ ਸੀਟਾਂ ਇੱਕ ਡੱਬੇ 'ਚ, ਦੋ ਪ੍ਰੇਮੀਆਂ ਦੀ ਸੀਟਾਂ ਦੋ ਡੱਬੇ ਅੱਗੇ ਹੋ ਗਈ ਆ। ਹੁਣ ਜਦੋਂ ਨਵੀਂ ਦਿੱਲੀ ਸਟੇਸ਼ਨ ਪਹੁੰਚੇ ਅਸੀਂ 29 ਤਰੀਕ ਸਵੇਰੇ, 7:20 ਤੇ ਗੱਡੀ ਚੱਲਦੀ ਹੈ, 10 ਦੀ ਡਿਊਟੀ ਸੀਗੀ, ਨਾਸ਼ਤਾ ਸਾਰਾ ਉੱਥੇ ਜਾ ਕੇ ਰਿਸੀਵ ਕਰਨਾ ਸੀਗਾ, ਅਸੀਂ ਪਹੁੰਚ ਗਏ। ਜਦੋਂ ਉਹ ਗੁੜਗਾਓਂ ਵਾਲਾ ਪ੍ਰੇਮੀ ਆਇਆ ਨਾ, ਮੈਨੂੰ ਕਹਿੰਦਾ ਇੱਕ ਪ੍ਰੋਬਲਮ ਹੋ ਗਈ ਹੈ। ਮੈਂ ਕਿਹਾ ਜੀ ਉਹ ਕੀ? ਕਹਿੰਦਾ ਤੁਹਾਡੀ 74 ਬੰਦਿਆਂ 'ਚੋਂ 72 ਬੰਦਿਆਂ ਦੀ ਸੀਟਾਂ ਇੱਕ ਪਾਸੇ ਨੇ, ਦੋ ਬੰਦਿਆਂ ਦੀ ਸੀਟਾਂ ਦੋ ਡੱਬੇ ਵੱਖਰੇ ਨੇ। ਮੈਂ ਮਨ 'ਚ ਸੋਚਿਆ, ਮੈਂ ਕਿਹਾ ਇਹ ਕਿਹੜੀ ਵੱਡੀ ਗੱਲ ਹੈ, ਆਪਾਂ ਐਡਜਸਟ ਕਰ ਲੈਣੀ ਹੈ, ਕਰ ਲੈਂਦੇ ਅੱਜ ਕੱਲ੍ਹ ਲੋਕ, ਤੁਹਾਨੂੰ ਪਤਾ। ਹੁਣ ਇਹਦੇ 'ਚ ਨਾ ਕਸੂਰ ਮੇਰਾ, ਨਾ ਜਿਹਦੀ ਟਿਕਟ ਹੈ ਉਹਦਾ, ਨਾ ਜਿਹਨੇ ਕਰਾਈਆਂ ਨੇ ਉਹਦਾ, ਜੋ ਕੰਪਿਊਟਰਾਈਜ਼ ਹੋ ਗਿਆ ਹੋ ਗਿਆ। ਜਦੋਂ ਅਸੀਂ ਚੜ ਗਏ, ਦੋ ਬੰਦਿਆਂ ਨੂੰ ਕਿਹਾ ਕਿ ਬਈ ਅਜੇ ਤੁਸੀਂ ਐਸੀ ਡੱਬੇ 'ਚ ਬਹਿ ਜਾਓ, ਤੁਹਾਡੀ ਸੀਟਾਂ ਹੁੰਦੇ, ਅਸੀਂ ਐਕਸਚੇਂਜ ਕਰ ਲੈਂਦੇ ਹਾਂ। ਉਹ ਸੰਗਤ ਜੀ ਕੋਈ ਹੋਮੇ ਆ ਗਈ ਹੋਣੀ ਮੇਰੇ ਅੰਦਰ ਜਾਂ ਕਰਵਾਉਣ ਵਾਲੇ ਦੇ ਅੰਦਰ, ਅਸੀਂ ਐਡਜਸਟ ਕਰ ਲਾਂਗੇ। ਅਸੀਂ ਜਿਹੜੇ ਡੱਬੇ ਸਾਡੀਆਂ ਦੋ ਸੀਟਾਂ ਸੀ, ਸਾਰੀ ਜਨਤਾ ਨੂੰ ਜਾ ਕੇ ਤਰਲੇ ਪਾ ਲਏ ਕਿ ਆਹ ਦੋ ਸੀਟਾਂ ਸਾਡੀਆਂ ਐਕਸਚੇਂਜ ਕਰ ਲਓ, ਕੋਈ ਮੰਨੇ ਹੀ ਨਾ। ਆਖੋ ਸਤਨਾ ਵਾਹਿਗੁਰੂ। ਹੁਣ 74 ਬੰਦੇ ਗਏ ਦਿੱਲੀ ਜਮਨਾਬਾਦ ਤੋਂ ਸਾਡੇ ਨਾਲ, ਗੁਰੂ ਦੀ ਮਿਹਰ ਨਾਲ 72 ਨੇ ਤਾਂ ਅਸੀਸਾਂ ਦਿੱਤੀਆਂ, ਜਿਹੜੀ ਦੋ ਦੀ ਵੱਖਰੀਆਂ ਸੀ ਨਾ, ਉਹਨਾਂ ਨੇ ਉਹ ਮੱਤ ਮਾਰੀ ਸਾਡੀ ਰਹੇ ਰੱਬ ਦਾ ਨਾਂ। ਆਖੋ ਸਤਨਾ ਵਾਹਿਗੁਰੂ। ਮੈਂ ਜਦੋਂ ਇਹ ਗੱਲ ਆਪਣੇ ਪਰਿਵਾਰ 'ਚ ਕੀਤੀ ਨਾ, ਮੈਂ ਕਿਹਾ ਦੱਸੋ ਉਹਨਾਂ ਦੇ ਮੇਰਾ ਕੀ ਕਸੂਰ ਹੈ। ਮੇਰੀ ਮਾਂ ਕਹਿੰਦੀ ਗੁਰੂ ਰਾਮਦਾਸ ਨੇ ਜਿਹੜੀ ਬਾਅਦ 'ਚ ਤੇਰੀ ਇੱਜ਼ਤ ਉਤਰਨੀ ਸੀ ਨਾ ਕਿਸੇ ਗਲਤੀ ਕਰਕੇ, ਗੁਰੂ ਰਾਮਦਾਸ ਨੇ ਉਹ ਹੋਮੇ ਦਾ ਕਿਨਕਾ ਪਹਿਲੇ ਹੀ ਝਾੜਤਾ ਸੀਟਾਂ ਵੱਖਰੀਆਂ ਕਰਕੇ, ਕਿ ਕਰਤਾ ਨਾ ਬਣ ਜਾਈ, ਤੂੰ ਪੈਸੇ ਇਕੱਠੇ ਕਰਕੇ ਜਮ੍ਹਾਂ ਕਰਾ ਸਕਦਾ, ਬੁਕਿੰਗ ਕਰਾ ਸਕਦਾ, ਨਾਸ਼ਤਾ ਲਿਜਾ ਸਕਦਾ, ਚਾਹ ਲਿਜਾ ਸਕਦਾ, ਪਰ ਸਾਰਾ ਇੰਤਜ਼ਾਮ ਟਿਕਾਣੇ ਲੱਗ ਜਾਏ ਉਹਦੀ ਰਹਿਮਤ ਦੇ ਬਿਨਾਂ ਨਹੀਂ ਹੋ ਸਕਦਾ। ਇਸ ਕਰਕੇ ਜਿੰਨੇ ਸੇਵਾਦਾਰ ਸੀ ਨਾ ਖੁਸ਼ ਹੋਇਓ, ਪਰ ਆਪਣੀ ਸਿਆਣਪ 'ਤੇ ਨਹੀਂ, ਗੁਰੂ ਨਾਨਕ ਦੀ ਰਹਿਮਤ 'ਤੇ। ਗੁਰੂ ਨਾਨਕ ਮੇਰੀ ਪੈ ਸਵਾਰੀ, ਗੁਰੂ ਨਾਨਕ ਮੇਰੀ ਪੈ ਸਵਾਰੀ। ਫਿਰ ਬੋਲੋ ਤੇ। ਇੱਥੋਂ ਤੱਕ ਬੇਨਤੀ ਕਰਾਂਗਾ ਵੱਡਿਆਂ ਭਰਾਵਾਂ ਨੂੰ, ਜਿਨ੍ਹਾਂ ਦੇ ਸਿਰ 'ਤੇ ਗੁਰੂ ਨਾਨਕ ਨੇ ਹੱਥ ਰੱਖ ਕੇ ਐਡੀ ਵੱਡੀ ਸੇਵਾ ਲੈ ਲਈ, ਸਾਰੀ ਸੰਗਤ ਦੇ ਚਰਨਾਂ ਦਾ ਧਿਆਨ ਕਰਕੇ ਨਾ ਨਿਤਨੇਮ ਤੋਂ ਬਾਅਦ ਕੁਛ ਮਹੀਨੇ ਇਹ ਜਾਪ ਕਰਿਓ। ਪਤਾ ਕੀ? ਜੀ ਹਮ ਬੈਠੇ ਤੁਮ ਦੇ ਹੋ ਅਸੀਸਾ, ਸਾਰੇ ਵਾਹਿਗੁਰੂ। ਹਮ ਬੈਠੇ ਕੰਨਾਂ ਨੂੰ ਹੱਥ ਲੱਗ ਜਾਂਦੇ ਆ। ਭਾਜੀ ਹਰ ਮਹੀਨੇ ਅੰਮ੍ਰਿਤਸਰ ਜਾਂਦੇ ਸੀਗੇ, ਜਿਹੜਾ ਸਾਡੇ ਦਿੱਲੀ ਤੋਂ ਅੰਮ੍ਰਿਤਸਰ ਯਾਤਰਾ ਲਿਜਾਂਦਾ ਨਾ ਜੀ, 9 ਡੱਬੇ ਹਰ ਮਹੀਨੇ ਸ਼ਾਨੇ ਪੰਜਾਬ ਦੇ ਬੁੱਕ ਕਰਾ ਕੇ ਲਿਜਾਂਦਾ ਜੀ।
ਉਹਨਾਂ ਦਾ ਨਾਂ ਹੈ ਸਰਦਾਰ ਮਹਿੰਦਰ ਸਿੰਘ। ਨੌ ਡੱਬੇ ਲਿਜਾਂਦੇ ਨੇ ਗੁਰਮੁਖ ਪਿਆਰੇ, ਨਾਮ ਹੈਗਾ ਉਹਨਾਂ ਦਾ ਸਰਦਾਰ ਮਹਿੰਦਰ ਸਿੰਘ। ਹੁਣ ਲੈਂਦੇ ਨੇ 620 ਰੁਪਏ, 620 ਰੁਪਏ 'ਚ ਪਾਣੀ ਦੀ ਬੋਤਲ ਵੀ ਦਿੰਦੇ ਨੇ ਜਿੰਨੀ ਵਾਰੀ ਮਰਜ਼ੀ ਲਓ, ਅਤੇ ਆਉਣ ਜਾਣ ਦਾ ਲੰਗਰ ਵੀ ਛਕਾਉਂਦੇ ਆ ਅਤੇ ਚਾਹ ਵੀ ਪਿਆਉਂਦੇ ਆ। 620 ਰੁਪਏ 'ਚ ਅਗਲਾ ਕੋਈ ਕਮਾਈ ਨਹੀਂ ਕਰ ਰਿਹਾ। ਮੇਰੇ ਕਿਹਾ 620 'ਚੋਂ 400 ਰੁਪਏ ਦਿੱਤੀਆਂ ਟਿਕਟਾਂ ਹੀ ਨਸ਼ਾ ਨੇ ਪੰਜਾਬ ਦੀ ਆਰਡਨਰੀ ਦੀ, 190 ਜਾਂ 196 ਰੁਪਏ ਦੀ ਟਿਕਟ ਹੈ। 200 ਲਾ ਲਓ, 200 ਜਾਣ ਹੋ ਗਿਆ, 200 ਆਉਣ, 400 ਨਿਕਲ ਗਿਆ। ਹੁਣ 200 ਰੁਪਏ ਦੇ ਅੰਦਰ ਉਹ ਤੁਹਾਨੂੰ ਪਾਣੀ ਦੀ ਬੋਤਲ ਵੀ ਦਿੰਦਾ, 20 ਰੁਪਏ ਦੀ ਇੱਕ ਪਾਣੀ ਦੀ ਬੋਤਲ ਹੈ। ਹੁਣ ਮੇਰੇ ਵਰਗਾ ਕੋਈ 2 ਵੀ ਲੈ ਲੈਂਦਾ ਉਹਨੂੰ ਮਨਾ ਨਹੀਂ ਕਰਦੇ। ਜਿਹੜੇ ਲੰਗਰ ਦਿੰਦੇ ਆ ਨਾ, ਉਹ ਲੰਗਰ ਵਿੱਚ ਇੱਕ ਸਬਜ਼ੀ, ਇੱਕ ਰਾਜਮਾਂਹ ਚਾਵਲ, ਇੱਕ ਮਿੱਠਾ ਅਤੇ 5-5 ਪ੍ਰਸ਼ਾਦੇ ਵੀ ਦਿੰਦੇ ਆ। ਆਖੋ ਸਤਨਾਮ ਵਾਹਿਗੁਰੂ। ਕਮਾਈ ਤਾਂ ਨਹੀਂ ਨਾ ਕਰਦਾ, ਮੇਰੇ ਵਰਗੇ ਕਹਿ ਦਿੰਦੇ ਆ ਬਾਬਾ ਹਰ ਮਹੀਨੇ ਮੋਟੇ ਨੋਟ ਛਾਪਦਾ ਹੋਣਾ। ਆਖੋ ਸਤਨਾਮ ਵਾਹਿਗੁਰੂ। ਜਿਹੜਾ ਯਾਤਰਾ ਲਿਜਾਂਦਾ ਨਾ, ਸਿਰ 'ਤੇ ਕਿੰਨਾ ਭਾਰ ਹੁੰਦਾ, ਬਿਨਾਂ ਉਹਦੀ ਰਹਿਮਤ ਦੇ ਨਹੀਂ ਜਾ ਸਕਦੀ। ਆਹ 3 ਕੁ ਮਹੀਨੇ ਪਹਿਲੇ ਯਾਤਰਾ 'ਤੇ ਗਏ, ਵਾਪਸੀ ਆ ਰਹੇ ਸਨ, ਰਾਜਪੁਰੇ ਟ੍ਰੇਨ ਰੁਕਦੀ ਹੈ, ਥੋੜ੍ਹਾ ਹਲਕਾ ਵੀ ਜਾਓ। ਰਾਜਪੁਰੇ ਜਦੋਂ ਟ੍ਰੇਨ ਰੁਕੀ, ਇੱਕ 65 ਸਾਲ ਦੀ ਬਜ਼ੁਰਗ ਬੀਬੀ, ਸਰੀਰ ਤੋਂ ਬਹੁਤ ਭਾਰੀ, ਪਤਾ ਨਹੀਂ ਕੀ ਟਸ਼ਨ ਆਇਆ, ਰਾਜਪੁਰੇ ਪਲੈਟਫਾਰਮ 'ਤੇ ਉਤਰ ਗਈ। ਕਈਆਂ ਨੂੰ ਹੁੰਦਾ ਨਾ ਸੁਭਾਅ ਕਿ ਬਈ ਚਲੋ ਟ੍ਰੇਨ ਰੁਕੀ ਹੈ ਘੁੰਮ ਫਿਰ ਲਓ। ਹੁਣ ਉਹ ਰਾਜਪੁਰੇ ਟ੍ਰੇਨ ਰੁਕਣੀ ਹੋਣੀ 1-2 ਮਿੰਟ ਵਾਸਤੇ, ਉਤਰਦੇ ਗਈ, ਜਿਵੇਂ ਟ੍ਰੇਨ ਚੱਲੀ ਉਹ ਸਰੀਰ ਭਾਰਾ ਸੀ, ਉਹਦੇ ਕੋਲ ਚੜਿਆ ਨਹੀਂ ਗਿਆ, ਪੌੜੀ ਤੋਂ ਪੈਰ ਫਿਸਲ ਗਿਆ, ਅਤੇ ਪੈਰ ਜਿਹੜੀ ਜਗ੍ਹਾ ਹੁੰਦੀ ਹੈ ਨਾ ਪਲੈਟਫਾਰਮ 'ਤੇ ਟ੍ਰੇਨ ਦੇ ਵਿੱਚ, ਲੱਤ ਉਹਦੇ ਵਿੱਚ ਫਸ ਗਈ, ਲੱਤ ਵਿੱਚ ਫਸ ਗਈ। ਹੁਣ ਬਚਾਉਣ ਵਾਸਤੇ ਅੰਦਰੋਂ ਚੇਨ ਖਿੱਚਦੀ ਕਿਸੇ ਨੇ, ਜਾਣ ਤਾਂ ਬਚਾਉਣੀ ਹੈ ਨਾ। ਹੁਣ ਜਦੋਂ ਚੇਨ ਖਿੱਚੀ, ਸਭ ਤੋਂ ਪਹਿਲੇ ਪੁਲਿਸ ਵਾਲਿਆਂ ਨੇ ਆ ਕੇ ਜਿਹਦੀ ਗਿੱਚੀ ਫੜੀ, ਉਹ ਸੀਗਾ ਜਥੇਦਾਰ ਜਿਹੜਾ ਲੈ ਕੇ ਜਾ ਰਿਹਾ। ਇਹ ਲਿਜਾਣੇ ਕੋਈ ਸੌਖੇ ਨਹੀਂ ਹੁੰਦੇ। ਪ੍ਰਬੰਧਕੋ, ਇਹ ਗੁਰੂ ਨਾਨਕ ਸੁਖੀ ਸੰਧੀ ਲੈ ਗਿਆ, ਖੁਸ਼ੀ ਨਾਲ ਵਾਪਸ ਆ ਗਏ ਹੋ, ਅਤੇ ਇੰਨਾ ਸੰਗਤਾਂ ਕੋਲੋਂ ਆ ਮੰਗਿਓ। ਹਾਂਜੀ, ਹਮ ਬੈਠੇ ਸਾਰੀ ਸੰਗਤ ਕਰੋ ਕਿਰਪਾ। ਓਹੋ ਹਮ ਬੈਠੇ, ਓਹੋ ਸਿੱਖ ਦੇ ਜੀਵਨ ਦਾ ਇੱਕ ਬਹੁਤ ਹੀ ਮਹੱਤਵਪੂਰਨ ਅੰਗ ਹੈ ਜਿਹਦਾ ਨਾਮ ਹੈ ਸ਼ੁਕਰਾਨਾ। ਵੱਡਾ ਕੰਮ ਹੋਏ, ਛੋਟਾ ਕੰਮ ਹੋਏ, ਬਾਣੀ ਪੜ੍ਹ ਕੇ ਸ਼ੁਕਰਾਨਾ ਕਰਨਾ ਨਾ ਭੁੱਲੀ। ਜੇ ਤੇਰੇ ਕਰਮਾਂ 'ਚ ਲਿਖਿਆ ਨਾ, ਜਿਹੜੀ ਦਾਤ ਤੂੰ ਲਿੱਤੀ ਹੈ, ਜਿਹਦੇ ਕਰਕੇ ਖੁਸ਼ੀ ਲੈ ਰਿਹਾ, ਜੇ ਲਿਖਿਆ ਕਰਮਾਂ 'ਚ, ਇਹ ਦਾਤ ਤੇਰੇ ਹੱਥੋਂ ਨਿਕਲ ਜਾਣੀ ਹੈ। ਜਦੋਂ ਸ਼ੁਕਰਾਨਾ ਭਗਤੀ ਪੂਰੀ ਕਰ ਲੇਗਾ, ਗੁਰੂ ਨਾਨਕ ਬੇਦੀ ਨਹੀਂ ਬਣਨ ਦੇਗਾ ਉਹ ਦਾਤ ਨਿਕਲਣ ਦੀ। ਆਖੋ ਸਤਨਾਮ ਵਾਹਿਗੁਰੂ। ਤੇ ਜੇ ਨਿਕਲ ਗਈ ਤੇ ਫਿਰ ਸਮਝ ਲਈ ਉਹਦੇ 'ਚ ਤੇਰਾ ਬਹੁਤ ਵੱਡਾ ਭਲਾ ਛੁਪਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਦੇ ਦਰਬਾਰ 'ਤੇ ਹੋ ਕੇ ਆਇਓ ਮਹਾਰਾਜ। ਇੱਕ ਨਗਰ 'ਚੋਂ ਲੰਘ ਰਹੇ, ਮੇਰਾ ਮਨ ਸੀਗਾ ਕਿ ਇੱਕ ਸ਼ਬਦ ਹੋਰ ਪੜ੍ਹਾਂਗਾ,
ਸਾਹ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ। ਮਨ ਇਹ ਸੀਗਾ ਕਿ ਬਈ 5-7 ਮਿੰਟ ਇਹਦੇ 'ਤੇ ਲਾਵਾਂਗੇ ਧੰਨ ਕਰ ਗੁਰੂ ਨਾਨਕ, ਪਰ ਸ਼ਾਇਦ ਅੱਜ ਆ ਸੋਹਣੀ ਪਤਵੀ ਸੰਗਤ ਦੇ ਸਦਕਾ ਆ ਦਿੱਲੀ ਤੋਂ ਜਿਹੜਾ ਜੱਥਾ ਤੁਹਾਡੇ ਚਰਨ ਝਾੜਨ ਆਇਆ, ਤੁਹਾਡੀ ਸੰਗਤਾਂ ਦੀ ਚਰਨ ਤੋੜੀ ਸਦਕਾ ਸ਼ਾਇਦ ਗੁਰੂ ਨਾਨਕ ਸਾਹਿਬ ਸਾਡੇ ਅੰਦਰੋਂ ਵੀ ਇਹ ਮੈਲ ਧੋਣਾ ਚਾਹੁੰਦੇ ਹੈ ਕਿ ਮੈਂ ਕੁਝ ਕਰ ਰਿਹਾ, ਸ਼ੁਕਰਾਨੇ ਦੀ ਭਗਤੀ ਸਾਡੇ ਅੰਦਰ ਭਰਨਾ ਚਾਹੁੰਦੇ ਆ, ਜੋ ਕਰ ਰਿਹਾ ਜਾਂ ਗੁਰੂ ਦੀ ਸੰਗਤ ਵਰਤ ਰਹੀ ਹੈ। ਤਾਂ ਕਰਕੇ ਨਾ ਉਹ ਕੰਮ ਦੂਜੇ ਬੰਨੇ ਜਾ ਹੀ ਨਹੀਂ ਰਿਹਾ। ਸ਼ਬਦ ਮੈਂ ਕੱਢਿਆ ਹੋਇਆ ਪਰ ਉਹ ਬਿਹਤਰੀ ਬਣ ਰਹੀ ਉੱਧਰ। ਮਹਾਰਾਜ ਚਾਹੁੰਦੇ ਹੈ ਹੱਡਾਂ ਦੇ ਅੰਦਰ ਭਰ ਜਾਏ ਇਹ ਸ਼ੁਕਰਾਨਾ, ਹੱਡੀਆਂ ਦੇ ਅੰਦਰ ਭਰ ਜਾਏ, ਨਿੱਕੇ ਤੋਂ ਨਿੱਕਾ ਕੰਮ ਹੋਏ ਵੱਡੇ ਤੋਂ ਵੱਡਾ ਕੰਮ ਹੋਏ, ਇੱਕ ਚੀਜ਼ ਤੇਰੇ ਮੂੰਹ ਚੋਂ ਹਮੇਸ਼ਾ ਨਿਕਲਦੀ ਰਹੇ, ਗੁਰੂ ਨਾਨਕ ਸ਼ੁਕਰ ਹੈ, ਗੁਰੂ ਨਾਨਕ ਸ਼ੁਕਰ ਹੈ। ਤੇਰੇ ਹਜ਼ਾਰਾਂ ਕੀਤੇ ਜਪਜੀ ਸਾਹਿਬ ਸ਼ਾਇਦ ਇੱਕ ਵਾਰੀ ਗੁਰੂ ਨਾਨਕ ਨਾ ਪ੍ਰਵਾਨ ਕਰੇ, ਪਰ ਨਿਮਰਤਾ 'ਚ ਕਿਹਾ ਹੋਇਆ ਇੱਕ ਪਲ ਦਾ ਸ਼ੁਕਰਾਨਾ ਤੇਰੀ ਕਈ ਜਨਮਾਂ ਦੇ ਪਾਪ ਧੋਣ ਦੀ ਸਮਰੱਥਾ ਰੱਖਦਾ। ਸ਼ੁਕਰਾਨਾ ਐਡੀ ਵੱਡੀ ਦਾਤ ਹੈ। ਗੁਰੂ ਨਾਨਕ ਸਾਹਿਬ ਕਿਸੇ ਨਗਰ ਤੋਂ ਲੰਘ ਰਹੇ ਭਾਈ ਮਰਦਾਨਾ ਜੀ ਨਾਲ, ਵਿਹਲਾ ਹੋ ਗਿਆ ਸ਼ਾਮਾਂ ਦਾ, ਬਾਬਾ ਨਾਨਕ ਜੀ ਇੱਕ ਦਰਖਤ ਦੇ ਥੱਲੇ ਵਿਰਾਜਮਾਨ ਹੋ ਗਏ। ਮਰਦਾਨਾ ਜੀ ਨੂੰ ਇਸ਼ਾਰਾ ਕਰਦੇ, ਮਰਦਾਨਿਆ ਉਹ ਸਾਹਮਣੇ ਜਿਹੜੀ ਝੌਂਪੜੀ ਦਿਖ ਰਹੀ ਹੈ ਨਾ, ਉਸ ਪ੍ਰੇਮੀ ਨੂੰ ਜਾ ਕੇ ਕਹਿ ਅੱਜ ਰਾਤ ਦਾ ਟਿਕਾਣਾ ਅਸੀਂ ਉਹਦੇ ਘਰ ਕਰਨਾ। ਆਖੋ ਸਤਨਾਮ, ਕਿੰਨਾ ਭਾਗਾਂ ਵਾਲਾ ਹੋਏਗਾ ਨਾ ਜੀ, ਦੁਨੀਆ ਲੋਚਦੀ ਹੈ ਗੁਰੂ ਨਾਨਕ ਮੇਰੇ ਘਰ ਆਵੇ, ਕਿੰਨਾ ਕਰਮਾਂ ਵਾਲਾ ਹੋਏਗਾ ਉਹ ਸਿੱਖ ਜਿੰਦੇ ਵੱਲ ਗੁਰੂ ਨਾਨਕ ਉਂਗਲ ਕਰਕੇ ਕਰ ਰਹੇਗਾ ਵੀ ਉਹਨੂੰ ਜਾ ਕੇ ਕਿਹਾ ਅਸੀਂ ਤੇਰੇ ਘਰ ਆਉਣਾ। ਆਖੋ ਸਤਨਾਮ, ਵਾਹਿਗੁਰੂ। ਭਾਈ ਮਰਦਾਨਾ ਜੀ ਚਲੇ ਗਏ, ਜਾ ਕੇ ਸਿੱਖ ਨੂੰ ਗਿਆ, ਉਹ ਇਹ ਤੇ ਦਸਤਕ ਦਿੱਤੀ, ਉਹਦੀ ਘਰ ਵਾਲੀ ਬਾਹਰ ਆਈ, ਕਹਿੰਦੇ ਮੈਨੂੰ ਬਾਬਾ ਨਾਨਕ ਜੀ ਨੇ ਭੇਜਿਆ। ਆਖੋ ਸਤਨਾਮ, ਵਾਹਿਗੁਰੂ। ਬਸ ਸੁਣਦੇ ਸਾਰ ਹੀ ਬੀਬੀ ਦਾ ਉਹ ਹਾਲ ਹੋ ਗਿਆ, ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇਰਾ ਮਤ ਹੈ, ਮਤ ਮੇਰਾ ਮਤ ਹੈ, ਮਤ ਮੇਰਾ ਮਤ ਹੈ, ਉਹ ਜਿਨ ਪ੍ਰੇਮ ਆਨੰਦ ਸਿੰਘ ਜੀ ਕਹਿੰਦੇ ਸਨ ਉਹ ਪ੍ਰੇਮ ਹੀ ਕਾਹਦਾ ਜਿਹੜਾ ਮਤ ਨਾ ਮਾਰੇ। ਆਖੋ ਸਤਨਾਮ, ਜਿਹਦੇ ਨਾਲ ਪਿਆਰ ਕੀਤਾ ਉਹਦਾ
ਦਾ ਕੋਈ ਨਾਮ ਵੀ ਲਵੇ ਭੁੱਲ ਜਾ ਦੁਨੀਆ, ਭੁੱਲ ਜਾ ਸੰਸਾਰ, ਯਾਦ ਆਵੇ ਪਿਆਰਾ ਆਖੋ ਸਤਨਾਮ। ਵਾਹਿਗੁਰੂ। ਭਾਈ ਮਰਦਾਨਾ ਜੀ ਨੇ ਫਿਰ ਕਿਹਾ, ਸਤਨਾਮ ਜੀ, ਮੈਨੂੰ ਬਾਬੇ ਨਾਨਕ ਨੇ ਭੇਜਿਆ। ਜਦੋਂ ਦੂਜੀ ਵਾਰੀ ਉੱਚੀ ਆਵਾਜ਼ 'ਚ ਬੋਲਿਆ, ਅੰਦਰੋਂ ਘਰ ਵਾਲਾ ਵੀ ਬਾਹਰ ਆ ਗਿਆ, ਆਖੋ ਸਤਨਾਮ। ਵਾਹਿਗੁਰੂ। ਬਾਬਾ ਨਾਨਕ ਜੀ ਨੇ ਤੁਹਾਨੂੰ ਭੇਜਿਆ, ਤੁਸੀਂ ਕੌਣ? ਆਖੇ ਜੀ, ਮੈਂ ਉਹਨਾਂ ਦਾ ਢਾਡੀ ਮਰਦਾਨਾ। ਓਏ ਹੋਏ, ਗੁਰਸਿੱਖਾਂ ਕੀ ਹਰ ਧੂੜ ਤੇ ਆਮ ਪਾਪੀ ਵੀ ਗਤ ਪਾਏ। ਗੁਰਸਿੱਖਾਂ ਵੀ ਮੰਗਿਆ ਕਰੋ, ਗੁਰਸਿੱਖਾਂ ਜੋ ਹਰ ਨਾਮ ਧਿਆਉਂਦੇ ਤਿਨ ਦਰਸ਼ਨ ਦੀਜੈ, ਹਮ ਤਿਨਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਦੀਜੈ, ਧੂੜ ਕੋਲ ਕੋਲ ਦੀਜੈ। ਗੁਰਸਿੱਖਾਂ ਕੀ ਹਰ ਧੂੜ, ਗੁਰਸਿੱਖਾਂ ਜਦੋਂ ਦੋਨੋਂ ਦੰਪਤੀ ਨੇ ਆਹ ਸੁਣਿਆ ਨਾ, ਬਾਬੇ ਨਾਨਕ ਦਾ ਢਾਡੀ ਸਾਡੇ ਬੂਹੇ ਦੇ, ਪਹਿਲੇ ਤੇ ਭਾਈ ਮਰਦਾਨੇ ਦੀ ਚਰਨ ਨਾ ਛੱਡਣ, ਆਖੋ ਸਤਨਾਮ। ਵਾਹਿਗੁਰੂ। ਇੱਕ ਗੱਲ ਕਹਾਂ, ਗੁੱਸਾ ਕਰਿਓ, ਸਾਖੀ ਸੁਣਨ ਦਾ ਅਸਲੀ ਲਾਹਾ ਹੈ ਜੇ ਸਾਖੀ ਦੀ ਸਿੱਖਿਆ ਆਪਣੇ ਘਰ ਖੜੀ ਹੈ। ਹੁਣ ਚੀਜ਼ ਛੋਟੀ ਜੀ ਹੈ, ਮੈਂ ਕਹਿਤਾ ਤੁਸੀਂ ਸੁਣ ਲਿਆ ਅੱਗੇ ਲੰਘੇ, ਕਿ ਦੰਪਤੀ ਨੂੰ ਜਦੋਂ ਆਹ ਪਤਾ ਲੱਗਿਆ ਕਿ ਜਿਹੜਾ ਸਾਡੇ ਸਾਹਮਣੇ ਖਲੋਤਾ ਹੈ ਗੁਰੂ ਨਾਨਕ ਦਾ ਕੀਰਤਨੀ ਹੈ, ਗੁਰੂ ਨਾਨਕ ਦਾ ਸੇਵਾਦਾਰ ਹੈ, ਗੁਰੂ ਨਾਨਕ ਦਾ ਢਾਡੀ ਹੈ, ਦੋਨੋਂ ਮੀਆਂ ਬੀਬੀ ਨੇ ਪਹਿਲਾ ਕੰਮ ਆ ਕੀਤਾ, ਬਾਬੇ ਮਰਦਾਨੇ ਦੇ ਚਰਨ ਨਹੀਂ ਛੱਡੇ, ਆਖੋ ਸਤਨਾਮ। ਵਾਹਿਗੁਰੂ। ਉਹਨਾਂ ਦੇ ਜੋ ਕੀ ਸਿੱਖਿਆ ਲੈਣੀ ਹੈ, ਘਰ ਦੇ ਨੇੜੇ ਜਿਹੜਾ ਗੁਰਦੁਆਰਾ ਹੈ, ਜਿਹੜੇ ਉੱਥੇ ਦੇ ਗ੍ਰੰਥੀ ਸਿੰਘ ਨੇ, ਜਿਹੜੇ ਉੱਥੇ ਦੇ ਸੇਵਾਦਾਰ ਨੇ, ਜਿਹੜੇ ਉੱਥੇ ਦੇ ਰਾਗੀ ਸਵਾਣ ਨੇ, ਅਰਦਾਸੀਏ ਨੇ, ਸਟਾਫ ਹੈ, ਉਹਨਾਂ ਨੂੰ ਓਏ ਕਰਕੇ ਨਾ ਬੁਲਾਈ। ਅੱਜ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਝੋਲੀਆਂ ਭਰ ਰਿਹਾ, ਅਤੇ ਜਿੰਨੇ ਸੇਵਾਦਾਰ ਗ੍ਰੰਥੀ ਰਾਗੀ ਸਵਾਣ ਨੇ, ਸਾਡੇ ਗੁਰੂ ਨਾਨਕ ਦੇ ਢਾਡੀ ਨੇ। ਕੱਲ੍ਹ ਵਿਸਾਖੀ ਲੰਘੀ ਹੈ ਨਾ, ਬਾਣੀ .net ਵਾਲੇ ਗੁਰਮੁਖ ਪਿਆਰੇ ਵੀ ਆਏ ਹੋਏ ਨੇ ਦਿੱਲੀ ਤੋਂ, ਇਹਨਾਂ ਨੂੰ ਸ਼ਾਇਦ ਪਤਾ ਹੋਏਗਾ, ਸਾਡੇ ਦਿੱਲੀ ਇੱਕ ਇਲਾਕਾ ਰਾਣੀ ਬਾਗ, ਵੈਸਟ ਦਿੱਲੀ 'ਚ ਪੈਂਦਾ, ਮੋਤੀ ਨਗਰ ਦੇ ਕੋਲ, ਕੀਰਤੀ ਨਗਰ ਦੇ ਕੋਲ, ਰਾਣੀ ਬਾਗ ਹੈ, ਪੀਤਮ ਬੋਰੇ ਦੇ ਕੋਲ। ਕੱਲ੍ਹ ਦਾਸ ਨੇ ਭਜਨ ਸੁਣਾਇਆ ਸੀ,
ਕਿੰਨਾ ਕੁ ਸਤਿਕਾਰ ਕਰਨਾ ਚਾਹੀਦਾ ਸਾਨੂੰ ਗ੍ਰੰਥੀ ਸਿੰਘਾਂ ਦਾ, ਰਾਗੀ ਸਿੰਘਾਂ ਦਾ, ਪੰਜ ਪਿਆਰੇ ਦਾ, ਚੋਲੇ ਵੱਲੇ ਬਾਣੇ ਵੱਲਿਆਂ ਦਾ। ਅੱਜ ਤੋਂ ਕਈ ਸਾਲ ਪਹਿਲੇ ਉਸ ਇਲਾਕੇ ਨਗਰ ਕੀਰਤਨ ਸੀ, ਜਿਹੜੇ ਸੇਵਾਦਾਰਾਂ ਦੀ ਪੰਜ ਪਿਆਰੇ ਸਾਹਿਬਾਨ 'ਚ ਖੜ੍ਹੇ ਹੋਣ ਦੀ ਡਿਊਟੀ ਸੀਗੀ ਨਾ, ਉਹਨਾਂ ਨੇ ਆਉਣਾ ਸੀ ਸੀਸਗੰਜ ਸਾਹਿਬ। ਟ੍ਰੈਫਿਕ ਕਰਕੇ ਜਾਂ ਕੁਛ ਡਿਊਟੀ ਕਰਕੇ, ਮਜਬੂਰੀ ਕਰਕੇ ਉਹ ਜਿਸ ਟਾਈਮ 'ਤੇ ਪਹੁੰਚਣਾ ਸੀ 15 ਮਿੰਟ ਲੇਟ ਹੋ ਗਏ। ਇਹ ਹਕੀਕਤ ਗੱਲ ਹੈ। ਇਲਾਕੇ ਦਾ ਦਿੱਲੀ ਕਮੇਟੀ ਦਾ ਮੈਂਬਰ ਫੋਨ ਕਰਕੇ ਸੇਵਾਦਾਰਾਂ ਨੂੰ ਮਾਂ ਭੈਣ ਦੀਆਂ ਗਾਲਾਂ ਕੱਢਣ ਲੱਗ ਗਿਆ। ਆਖੋ ਸਤਨਾਮ ਵਾਹਿਗੁਰੂ। ਹੁਣ ਜਿਨ੍ਹਾਂ ਨੇ ਉਹ ਗਾਲਾਂ ਆਪਣੇ ਸਾਹਮਣੇ ਪੈਂਦੀਆਂ ਵੇਖੀਆਂ, ਉਹਨਾਂ ਨੇ ਆਪਣੀ ਰਸਨਾ ਤੋਂ ਮੈਨੂੰ ਦੱਸਿਆ, ਕਹਿੰਦੇ ਅਸੀਂ ਆਪ ਦੇਖਿਆ ਸਾਲ ਦੇ ਅੰਦਰ ਅੰਦਰ ਉਹ ਬੰਦਾ ਕੈਂਸਰ ਦੀ ਬਿਮਾਰੀ ਨਾਲ ਤੜਫ ਤੜਫ ਕੇ ਮਰਿਆ ਹੀ। ਕਿਸੇ ਦਾ ਜੀਵਨ ਕਿਹੋ ਜਿਹਾ ਅੰਦਰੋਂ ਤੂੰ ਨਹੀਂ ਜਾਣਦਾ, ਚੰਗਾ ਮੰਦਾ ਉਹਦਾ ਫੈਸਲਾ ਗੁਰੂ ਨਾਨਕ ਨੂੰ ਕਰਨ ਦੇ, ਤੇਰਾ ਫਰਜ਼ ਇਹ ਬਣਦਾ। ਜੋ ਦਿਸੈ ਗੁਰ ਸਿੱਖੜਾ, ਜੋ ਦਿਸੈ ਗੁਰ ਸਿੱਖੜਾ, ਬੋਲੋ ਜੋ ਦਿਸੈ ਗੁਰ ਸਿੱਖੜਾ, ਆਹ ਸਿੱਖਿਆ ਹੈ। ਜੋ ਦਿਸੈ ਗੁਰ ਸਿੱਖੜਾ, ਤਿਸ ਨਿਵ ਨਿਵ ਲਾਗੋ ਪਾਏ ਜਿਓ, ਤਿਸ ਨਿਵ ਨਿਵ ਲਾਗੋ ਪਾਏ ਜਿਓ, ਤਿਸ ਨਿਵ ਨਿਵ ਲਾਗੋ ਪਾਏ ਜਿਓ, ਤਿਸ ਨਿਵ ਨਿਵ ਲਾਗੋ ਪਾਏ ਜਿਓ। ਗੁਰਦੁਆਰੇ ਕੋਈ ਨੀਵੀਂ ਤੋਂ ਨੀਵੀਂ ਸੇਵਾ ਕਰਦਾ ਹੈ, ਕੋਈ ਵੱਡੇ ਤੋਂ ਵੱਡੀ ਸੇਵਾ ਕਰਦਾ, ਕੋਸ਼ਿਸ਼ ਕਰਿਆ ਕਰੋ ਕਿਸੇ ਵਾਸਤੇ ਇਸ ਜ਼ਬਾਨ 'ਚੋਂ ਤੱਤਾ ਬੋਲਣਾ ਨਿਕਲੇ। ਅੱਜ ਜੱਥਾ ਹੈ ਨਾ ਸਾਡਾ, ਸਾਡਾ ਇੱਕ ਮੁੰਡਾ ਹੈ, ਉਮਰਾਂ ਥੋੜ੍ਹੀ ਬਾਲੜੀਆਂ ਨੇ ਅਤੇ ਕਈ ਵਾਰੀ ਹੋ ਜਾਂਦਾ ਹੈ, ਭਾਅ ਜੀ ਤਾਂ ਬੋਲਦੇ ਹੀ ਰਹਿੰਦੇ ਆ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਕਈ ਵਾਰੀ ਸਿਰ ਖਾਂਦਾ ਹੁੰਦਾ ਵਾਂ ਮੁੰਡਿਆਂ ਦਾ, ਮਨ 'ਚ ਇੱਕੋ ਹੀ ਗੱਲ ਹੁੰਦੀ ਹੈ ਕਿ ਕੱਲ੍ਹ ਨੂੰ ਇਹਨਾਂ ਨੇ ਵੱਡੇ ਹੋਣਾ, ਅਸੀਂ ਨਾ ਵੀ ਹੋਈਏ, ਕੋਈ ਚੰਗਾ ਗੁਣ ਇਹਨਾਂ ਦੇ ਅੰਦਰ ਗੁਰੂ ਨਾਨਕ ਭਰਵਾ ਦੇਵੇ, ਸਾਡੇ ਹੱਥੋਂ ਮਰਨ ਤੋਂ ਬਾਅਦ ਅਸੀਸਾਂ ਦੇਣਗੇ, ਇਹਨਾਂ ਦੀ ਅਸੀਸਾਂ ਅੱਗੇ ਸਾਨੂੰ ਜਮਾਂ ਦੇ ਡੰਡਿਆਂ ਤੋਂ ਬਚਾਏਗੀ। ਉੱਦਾਂ ਦੇ ਕਰਮ ਵੀ ਬੜੇ ਮਾੜੇ ਕੀਤੇ। ਜਦੋਂ ਮੈਂ ਉਹਨੂੰ ਕਦੀ ਬੋਲਦਾ ਵਾਂ ਨਾ ਤੱਤਾ, ਮਨ ਬਹੁਤ ਦੁਖਦਾ ਮੇਰਾ, ਕੋਸ਼ਿਸ਼ ਹੁੰਦੀ ਵੀ ਪਿਆਰ ਨਾਲ। ਮੇਰੀ ਵੀ ਅਰਦਾਸ ਕਰਿਓ ਆਪਣੀ ਵੀ, ਕਦੀ ਵੀ ਘੱਟ ਤੋਂ ਘੱਟ ਗੁਰੂ ਘਰ ਦੇ ਸੇਵਾਦਾਰਾਂ ਨਾਲ ਤੂੰ ਲਫ਼ਜ਼ ਨਾ ਵਰਤਿਓ, ਓਏ ਨਾ ਬੋਲਿਓ, ਉਹਨਾਂ ਨੂੰ ਪਿਆਰ ਨਾਲ ਜੀ ਵੀ ਕਹਿ ਦੋਗੇ ਨਾ, ਸਤਿਕਾਰ ਦੇ ਦੋਗੇ, ਗੁਰੂ ਨਾਨਕ ਬਹੁਤ ਖੁਸ਼ ਹੋਏਗਾ, ਇਹਨੂੰ ਸਿੱਖੀ ਕਮਾਉਣੀ ਆ ਗਈ ਆ। ਆਖੋ ਸਤਨਾਮ ਵਾਹਿਗੁਰੂ। ਸਮਾਪਤੀ ਕਰੀਏ ਜੀ। ਕਹਿੰਦੇ ਭਾਈ ਮਰਦਾਨਾ ਜੀ ਨੇ ਚੁੱਕਿਆ ਦੋਨਾਂ ਨੂੰ, ਸਿਰ ਚੁੱਕੇ ਉਹਨਾਂ ਦੇ, ਓਏ ਉੱਠੋ ਗੱਲ ਤੇ ਸੁਣ ਲਓ। ਉੱਠੇ, ਕਹਿੰਦੇ ਬਾਬਾ ਨਾਨਕ ਜੀ ਤੁਹਾਡੇ ਪਿੰਡ ਆਏ ਹੈ। ਬਾਬਾ ਨਾਨਕ ਖੁਦ ਖੁਦਾ ਪਰਮੇਸ਼ਰ ਸਾਡੇ ਨਗਰ 'ਚ ਆਏ, ਕਿੱਥੇ ਨੇ, ਕਿੱਥੇ ਨੇ ਮਾਲਕ? ਕਹਿੰਦੇ ਉਹ ਦਰਖਤ ਦੇ ਥੱਲੇ ਬੈਠੇ ਆ। ਉਹ ਭੱਜਣ ਲੱਗੇ, ਭਾਈ ਮਰਦਾਨਾ ਜੀ ਨੇ ਦੋਨਾਂ ਦੀਆਂ ਬਾਹਾਂ ਫੜ ਲਈਆਂ। ਆਖੋ ਸਤਨਾਮ ਵਾਹਿਗੁਰੂ। ਕਹਿੰਦੇ ਗੱਲ ਤੇ ਸੁਣ ਲਓ, ਅੱਜ ਬਾਬਾ ਨਾਨਕ ਤੁਹਾਡੇ 'ਤੇ ਖੁਸ਼ ਹੋਇਆ,
ਬਾਬੇ ਨਾਨਕ ਨੇ ਮੈਨੂੰ ਸੁਣਿਆ ਦੇ ਕੇ ਭੇਜਿਆ ਕਿ ਅੱਜ ਦੀ ਰਾਤ ਟਿਕਾਣਾ ਆਪਣੇ ਆ ਦੋ ਪਿਆਰ ਵਾਲੇ ਸਿੱਖਾਂ ਦੇ ਘਰ 'ਚ ਕਰਨਾ। ਇੱਕ ਦਿਓ ਜਕਾਰਾ ਗੁਰੂ ਨਾਨਕ ਦੇ ਪਿਆਰ। ਉਹ ਜਿਨ ਪ੍ਰੇਮ ਕੀਓ, ਜਿਨ ਪ੍ਰੇਮ ਕੀਓ, ਬਾਬਾ ਜੀ ਜਦੋਂ ਇਹ ਸਾਖੀ ਸੁਣਦੇ ਸਨ ਨਾ, ਇੱਕ ਧਾਰਨਾ ਪੜਾਉਂਦੇ ਸਨ, ਪਤਾ ਕੀ ਕਹਿੰਦੇ ਸਨ? ਸ਼ਰਧਾ ਦੇ ਨਾਲ ਕੋਈ ਬੁਲਾਵਦਾ ਨਹੀਂ ਓ, ਸ਼ਰਧਾ ਦੇ ਨਾਲ ਕੋਈ ਬੁਲਾਵਦਾ ਨਹੀਂ ਓ, ਫਿਰ ਕਹਿੰਦੇ ਬਾਬਾ ਨਾਨਕ ਆਵਦਾ ਨਹੀਂ ਓ, ਸ਼ਰਧਾ ਦੇ ਨਾਲ ਕੋਈ ਬੁਲਾਵਦਾ ਨਹੀਂ ਓ, ਬੋਲੋ ਸ਼ਰਧਾ ਦੇ ਕੋਈ ਬੁਲਾਵਦਾ ਨਹੀਂ ਓ, ਫਿਰ ਕਹਿੰਦੇ ਬਾਬਾ ਨਾਨਕ ਆਪਦਾ ਰਹਿ ਓ, ਫਿਰ ਕਹਿੰਦੇ ਬਾਬਾ ਨਾਨਕ ਆਪਦਾ ਨਹੀਂ ਓ, ਸ਼ਰਧਾ ਦੇ ਨਾਲ ਕੋਈ ਸਾਰਾ ਜੱਤਾ ਓਏ, ਸ਼ਰਧਾ ਦੇ ਨਾਲ ਕੋਈ ਬੁਲਾਵਦਾ ਨਹੀਂ ਓ, ਸ਼ਰਧਾ ਦੇ ਨਾਲ ਕੋਈ ਆਵਦਾ ਨਹੀਂ ਓ, ਜੀ ਫੇਰ ਕਹਿੰਦੇ ਬਾਬਾ ਨਾਨਕ ਆਵਦਾ ਨਹੀਂ ਓ, ਫੇਰ ਕਹਿੰਦੇ ਬਾਬਾ ਨਾਨਕ ਆਵਦਾ, ਬੋਲੋ ਭੈਣੋ, ਸ਼ਰਧਾ ਦੇ ਨਾਲ ਫਿਰ ਬੋਲੋ, ਸ਼ਰਧਾ ਦੇ ਬੇਬੇ ਨਾਨਕੀ ਸ਼ਰਧਾ ਨਾਲ ਹੀ ਬੁਲਾਉਂਦੀ ਸੀ ਨਾ। ਜਦੋਂ ਪਹਿਲੀ ਉਦਾਸੀ ਤੇ ਗਏ ਹੈ, ਦੂਜੀ ਉਦਾਸੀ ਤੋਂ ਗਏ, ਸੁਲਤਾਨਪੁਰ ਤੋਂ ਗਏ ਮਹਾਰਾਜ, ਸੁਲਤਾਨਪੁਰ ਬੇਬੇ ਨਾਨਕੀ ਜੀ ਦਾ ਸਹੁਰਾ ਪਰਿਵਾਰ ਰਹਿੰਦਾ ਸੀ, ਕੁੜਮ ਰਹਿੰਦੇ ਸੀ। ਮਾਤਾ ਜੀ ਗੱਲਾਂ ਬਾਹਰ ਜਾ ਕੇ ਯਾਦ ਕਰ ਲਓ, ਸਾਰਾ ਧਿਆਨ ਟੁੱਟਦਾ ਮਾਫੀ ਦੇ। ਤੇ ਜਦੋਂ ਜਾਣ ਲੱਗੇ ਨਾ ਮਹਾਰਾਜ ਉਦਾਸੀ ਦੇ, ਤੇ ਬੇਬੇ ਜੀ ਨੇ ਅੱਖਾਂ ਭਰ ਲਈਆਂ, ਕਹਿੰਦੇ ਬਾਬਾ ਮੈਂ ਯਾਦ ਕਰਾਂਗੀ ਤੇ ਤੂੰ ਕਿੱਥੇ ਬੈਠਾ ਹੋਏਗਾ? ਬਾਬਾ ਨਾਨਕ ਕਹਿੰਦੇ ਬੇਬੇ ਜੀ ਜਦੋਂ ਪਿਆਰ ਨਾਲ ਪੁਕਾਰੋਗੇ ਅਸੀਂ ਉਸੇ ਲਈ ਹਾਜ਼ਰ ਹੋ ਜਾਵਾਂਗੇ। ਆਖੋ ਸਤਿਨਾਮ ਵਾਹਿਗੁਰੂ। ਭਾਈ ਵੀਰ ਸਿੰਘ ਨੇ ਪਤਾ ਕੀ ਲਿਖਿਆ? ਬੇਬੇ ਨਾਨਕੀ ਨੇ ਸੋਹਣਾ ਪਰੌਂਠਾ ਪਕਾਉਣਾ, ਉੱਤੇ ਮੱਖਣ ਦਾ ਪੇੜਾ ਰੱਖਣਾ, ਇੰਜ ਹੱਥ ਵਿੱਚ ਰੱਖ ਕੇ ਅੱਖਾਂ ਬੰਦ ਕਰਕੇ ਪਤਾ ਕੀ ਕਹਿਣਾ? ਵੀਰਾ ਦਰਸ਼ਨ ਦੇਵਣਾ, ਓਏ ਵੀਰਾ ਦਰਸ਼ਨ ਦੇਵਣਾ, ਦੀਆ ਦਰਸ਼ਨ ਦੇਵਣਾ, ਦੀਆ ਦਰਸ਼ਨ ਦੇਵਣਾ, ਬੋਲੋ ਵੀਰਾ। ਮੇਰਾ ਮਨ ਲੋਚ ਰਿਹਾ ਵੀਰਾ ਦਰਸ਼ਨ ਦੇਵਣਾ, ਮੇਰਾ ਮਨ ਲੋਚ ਰਿਹਾ ਵੀਰਾ ਦਰਸ਼ਨ ਦੇਵਣਾ, ਕਹਿੰਦੇ ਬੇਬੇ
ਮੈਂ ਯਾਦ ਕਰਨਾ, ਘੜੀ ਨਹੀਂ ਲੰਘਣ ਦਿੰਦੇ ਸੀ ਗੁਰੂ ਨਾਨਕ ਸਾਹਿਬ। ਗਲੀ ਤੋਂ ਆਵਾਜ਼ ਆਉਂਦੀ ਸੀ ਪਤਾ ਕੀ, ਬੇਬੇ ਜੀ ਅਸੀਂ ਆ ਗਏ ਆ, ਬੇਬੇ ਜੀ ਅਸੀਂ ਆ ਗਏ ਆ, ਬੇਬੇ ਜੀ ਅਸੀਂ ਆ ਗਏ ਹਾਂ। ਇਹ ਭਾਈ ਵੀਰ ਸਿੰਘ ਨੇ ਲਿਖਿਆ। ਅਸੀਂ ਆ ਗਏ ਬੋਲੋ ਬੇਬੇ, ਸ਼ਰਦਾ ਦੇ ਨਾਲ ਕੋਈ ਬੁਲਾਵਦਾ ਨਹੀਂ ਓ, ਸ਼ਰਦਾ ਦੇ ਨਾਲ ਕੋਈ ਬੁਲਾਵਦਾ ਨਹੀਂ ਓ, ਉਹ ਫੇਰ ਕਹਿੰਦੇ ਬਾਬਾ ਨਾਨਕ ਆਪਦਾ ਨਹੀਂ ਆ, ਬਾਬਾ ਨਾਨਕ ਆਪਦਾ ਨਹੀਂ। ਬੋਲੋ ਸ਼ਰਦਾ ਦੇ ਅੱਜ ਕੇ ਸ਼ਰਦਾ ਦੇ ਪ੍ਰੇਮ ਨਾਲ ਬੁਲਾ ਤੇ ਸਹੀ, ਅੱਜ ਵੀ ਹਾਜ਼ਰ ਹੋ ਜਾਂਦਾ ਈ। ਇੰਨੇ ਕਰਮ ਨਹੀਂ ਕਿ ਜਿਸ ਸਰੂਪ ਵਿੱਚ ਬਲੀ ਕੰਧਾਰੀ ਨੂੰ ਤਾਰਿਆ ਸੀ ਉਸ ਰੂਪ ਵਿੱਚ ਵਾਏ, ਕਈ ਵਾਰੀ ਆਪਣੇ ਸਿੱਖ ਦੇ ਰੂਪ ਵਿੱਚ ਵੀ ਝੋਲੀਆਂ ਭਰਨ ਆ ਜਾਂਦਾ। ਹੋਰ ਤਰਸ ਦੇ ਘਰ ਵਿੱਚ ਆਏ ਆਪਣੀ ਪਿਆਰੀ ਸਾਧ ਸੰਗਤ ਦੇ ਰੂਪ ਵਿੱਚ ਆ ਜਾਂਦਾ, ਹੋਰ ਤਰਸ ਦੇ ਘਰ ਵਿੱਚ ਆਏ ਬੇਨਤੀਆਂ ਪ੍ਰਵਾਨ ਕਰ ਲਏ, ਪਿਆਰੇ ਸਿੱਖ ਨੂੰ ਸੰਗਤ ਦੇ ਵਿੱਚ ਲੈਂਦਾ ਜਿੱਥੇ ਕੀਰਤਨ ਰੂਪ ਵਿੱਚ ਬਾਣੀ ਦੇ ਪ੍ਰਤੱਖ ਝਲਕਾਰਿਆਂ ਨਾਲ ਦਰਸ਼ਨ ਦੇ ਦਿੰਦਾ। ਕਹਿੰਦੇ ਮੈਨੂੰ ਸੁਨਿਆ ਦੇ ਕੇ ਘੱਲਿਆ, ਭਾਈ ਮਰਦਾਨਾ ਜੀ ਕਹਿੰਦੇ ਮੈਨੂੰ ਬਾਬੇ ਨੇ ਸੁਨਿਆ ਦੇ ਕੇ ਘੱਲਿਆ, ਅੱਜ ਰਾਤ ਦਾ ਟਿਕਾਣਾ ਇਹਨਾਂ ਦੇ ਘਰ ਕਰਨਾ, ਬੜੇ ਚਿਰ ਤੋਂ ਬੁਲਾ ਰਹੇ ਮੈਨੂੰ, ਆਖੋ ਸਤਨਾਮ। ਵਾਹਿਗੁਰੂ, ਤਿਆਰੀ ਕਰੋ ਹੁਣੇ ਆ ਜਾਣਗੇ। ਕਹਿੰਦੇ ਜੋ ਰੁੱਖਾ ਮਿਸ ਹੈਗਾ ਸੀ ਨਾ ਉਹਨਾਂ ਕੋਲ, ਦੀਵਾਨਗੀ ਦੀ ਹੱਦ ਨਾ ਰਹੀ, ਬੋਰੇ ਹੋ ਜਾਂਦੇ ਨਾ ਬੋਰੇ, ਉਸ ਤਰ੍ਹਾਂ ਬੋਰੇ ਹੋ ਗਏ ਘਰ ਵੱਲਾ ਝਾੜੂ ਮਾਰਨ ਲੱਗ ਗਿਆ, ਵਿਛਾਈ ਕਰਨ ਲੱਗ ਗਿਆ, ਘਰ ਵਾਲੀ ਪ੍ਰਸ਼ਾਦਾ ਪਕਾਉਣ ਲੱਗ ਗਈ, ਬਾਬਾ ਜੀ ਆ ਗਏ, ਜਲ ਪਾਣੀ ਛਕਿਆ, ਪ੍ਰਸ਼ਾਦਾ ਜੋ ਰੁੱਖਾ ਮਿੱਸਾ ਛਕਿਆ ਸੀ ਉਹਨਾਂ ਨੇ ਅੱਗੇ ਰੱਖਿਆ, ਅੱਗੇ ਰੱਖ ਕੇ ਬੇਨਤੀ ਕੀਤੀ, ਲਾਓ ਭੋਗ ਹਰ ਰਾਏ, ਹੁਣ ਲਾਓ ਭੋਗ ਹਰ ਰਾ, ਲਾਓ ਭੋਗ ਹਰ ਰਾਏ, ਤੂੰ ਸਿਚੇ ਕਿਆ ਤੂੰ ਚਿਤ ਵੇ ਕਿਆ ਤੂੰ ਕਰੇ ਉਪਾਏ, ਆਂਕੋ ਕੋ ਪਰਵਾ ਕਾਹੂ ਕੀ ਜੈ ਗੋਪਾਲ ਸਾਏ, ਬਰਸੇ ਮੇਘ ਸਕੀ ਕਿਰਪਾ ਹੁਣ ਆਏ, ਮੋਏ ਦੀਨ ਕਿਰਪਾ ਨਿਤ ਠਾਕੁਰ ਨਵਨਿਤ ਨਾਮ ਸਮਾਏ, ਅਨਕ ਪ੍ਰਕਾਰ ਭੋਜਨ ਬੋ ਕੀਏ ਬੋ ਵਿੰਜਨ ਮਿਸ਼ਟਾਏ, ਕਰੀ ਪਾਤਸ਼ਾਹ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ, ਲਾਵੋ ਭੋਗ ਹਰ ਰਾਏ, ਹੁਣ ਲਾਵੋ ਭੋਗ ਹਰ ਰਾਏ, ਲਾਵੋ ਭੋਗ ਹਰ ਰਾਏ, ਲਾਵੋ ਭੋਗ ਹਰ ਰਾਏ। ਕਹਿੰਦੇ ਮਹਾਰਾਜ ਨੇ ਜੋ ਇਹਨਾਂ ਨੇ ਰੁੱਖਾ ਮਿੱਸਾ ਜੀ ਛਕਿਆ, ਦੂਜਾ ਵਚਨ ਜਿਹੜਾ ਮਹਾਰਾਜ ਨੇ ਕੀਤਾ, ਕਹਿੰਦੇ ਸਿੱਖਾ ਤੇਰੇ ਪ੍ਰੇਮ ਨੂੰ ਭਾਗ ਲੈਣ ਆਏ ਹਾਂ, ਅੱਜ ਦੀ ਰਾਤ ਤੇਰੇ ਘਰ ਸੋਣਾ ਨਹੀਂ, ਸਾਰੀ ਰਾਤ ਰਹਿਣ ਸਵਾਈ ਕੀਰਤਨ ਕਰਨਾ ਹੈ। ਤੇ ਕੀਰਤਨ ਗੁਰੂ ਨਾਨਕ ਦੇ ਘਰ ਦੀ ਪਤਾ ਕਿੱਡੀ ਵੱਡੀ ਦਾਤ ਹੈ,
ਇੱਥੋਂ ਤੱਕ ਪੰਜਵੇਂ ਪਾਤਸ਼ਾਹ ਨੇ ਕਹਿਤਾ। ਹਰ ਕੀਰਤਨ ਸੋਹਣਾ ਹਰ ਕੀਰਤਨ ਗਾਵੇ, ਹਰ ਕੀਰਤਨ ਸੋਹਣਾ ਹਰ ਕੀਰਤਨ ਗਾਵੇ, ਹਰ ਕੀਰਤਨ ਸੋਹਣਾ ਕੀਰਤਨ ਗਾਵੇ, ਹਰ ਕੀਰਤਨ ਸੋਹਣਾ ਹਰ ਕੀਰਤਨ ਗਾਵੇ। ਬਾਬਾ ਜੀ ਕੀ ਮਿਲਦਾ? ਗੁਰੂ ਅਰਜਨ ਪ੍ਰਤੱਖ ਹਰ ਆਪ ਰੱਬ। ਪਤਾ ਕੀ ਕਹਿੰਦਾ? ਸੰਗਤ ਜਾ ਕੇ ਦੋ ਕੰਮ ਕਰੀ, ਕੰਨਾਂ ਨਾਲ ਕੀਰਤਨ ਸੁਣੀ, ਜਬਾਨ ਨਾਲ ਗਾਈ, ਪ੍ਰਸ਼ਾਦ ਪਤਾ ਕੀ ਦਿਆਂਗਾ ਤੈਨੂੰ। ਤਿਸ ਜਨ ਦੁੱਖ ਨਿਕਟ ਨਹੀਂ ਆਵੇ, ਦੁੱਖ ਨਿਕਟ ਨਹੀਂ ਆਵੇ। ਵਾਹ ਵਾਹ। ਗੁਰੂ ਅਰਜਨ ਦੇਵ ਜੀ ਨੇ ਤੇ ਇੱਥੋਂ ਤੱਕ ਕਹਿਤਾ, ਕਹਿੰਦੇ ਸਿੱਖ ਗੁਰੂ ਦੇ ਦਰਬਾਰ 'ਚ ਜਾ ਕੇ ਹੱਥ ਜੋੜ ਕੇ ਕੀ ਮੰਗਦਾ? ਮਹਾਰਾਜ ਕਿਰਪਾ ਕਰਿਓ, ਦਇਆ ਕਰਿਓ, ਤਰਸ ਕਰਿਓ, ਮੇਰੇ ਦੁੱਖ ਦੂਰ ਕਰ ਦੇਣਾ। ਉਹ ਗੁਰੂ ਅਰਜਨ ਪ੍ਰਤੱਖ ਰੱਬ ਦਾ ਰੂਪ ਕਹਿੰਦੇ, ਤੂੰ ਕੀਰਤਨ ਕਰੀ ਸੰਗਤ ਜਾ ਕੇ, ਤੇਰੇ 'ਤੇ ਕਿਰਪਾ ਵੀ ਕਰ ਦਾਂਗਾ, ਤੇਰੇ ਦੁੱਖ ਚੋਰੀ ਵੀ ਕਰ ਲਵਾਂਗਾ। ਆਖੋ ਸਤਨਾਮ। ਪਤਾ ਕਿੱਥੇ ਲਿਖਦੇ ਆ ਸਲੋਕ? ਦਇਆ ਕਰਣੰਗ ਦੁੱਖ ਹਰਣੰਗ, ਦਇਆ ਕਰਣੰਗ ਦੁੱਖ ਹਰਣੰਗ। ਬੋਲੋ, ਇਹ ਆਪਣੇ ਮਨ ਨੂੰ ਸੁਣਾਓ। ਦਇਆ ਕਹਿੰਦੇ, ਦਇਆ ਵੀ ਕਰ ਦਾਂਗਾ, ਦੁੱਖ ਵੀ ਹਰ ਲਵਾਂਗਾ। ਕਦੋਂ? ਜਦੋਂ ਤੂੰ ਇਹ ਕੰਮ ਕਰੇਂਗਾ। ਕਿਹੜਾ ਜੀ? ਉਹ ਚਰਣੰਗ ਨਾਮ ਕੀਰਤਨ ਹੈ, ਨਾਮ ਕੀਰਤਨ। ਉਚਰਣੰਗ, ਫਿਰ ਬੋਲੋ, ਗੱਜ ਕੇ ਬੋਲੋ, ਉਚਰਣੰਗ। ਕਹਿੰਦੇ ਬਾਬਾ ਨਾਨਕ ਕਹਿੰਦੇ, ਤੇਰੇ ਪ੍ਰੇਮ ਨੂੰ ਭਾਗ ਲੈਣਾ ਆ, ਰਾਤ ਸੌਣਾ ਨਹੀਂ, ਸਾਰੀ ਰਾਤ ਆਹ ਕੰਮ ਕਰਨਾ। ਆਏ ਸੰਤ ਪਰੌਣੇ ਕੀਰਤਨ ਹੋਆ ਰਹਿਣ ਸਬਾਈ, ਆਏ ਸੰਤ ਪਰੌਣੇ ਕੀਰਤਨ ਹੋਆ ਰਹਿਣ ਸਬਾਈ, ਕੀਰਤਨ ਹੋਆ ਰਹਿਣ ਸਬਾਈ, ਕੀਰਤਨ ਹੋਆ ਰਹਿਣ ਸਬਾਈ, ਕੀਰਤਨ ਹੋਆ ਰਹਿਣ ਸਬਾਈ, ਕੀਰਤਨ ਹੋਆ ਰਹਿਣ ਸਬਾਈ। ਕਹਿੰਦੇ ਪਰ ਇਕੱਲੇ ਕੀਰਤਨ ਅਸੀਂ ਨਹੀਂ ਕਰਨਾ, ਤੇਰੇ ਪ੍ਰੇਮ ਦੇ ਸਦਕੇ ਅੱਜ ਤੇਰੇ ਨਗਰ ਵਾਲਿਆਂ ਨੂੰ ਵਿੱਚ ਬਿਠਾ ਕੇ ਕੀਰਤਨ ਕਰਵਾਉਣਾ, ਤੇਰੇ ਪ੍ਰੇਮ ਸਦਕੇ ਕੀਰਤਨ ਦੀ ਬਖਸ਼ੀ ਨਾਲ ਸਾਰਿਆਂ ਦੇ ਦੁੱਖ ਕੱਟ ਲੜੇ ਹੈ। ਬਹਾਨਾ ਯਾਤਰਾ ਦਾ ਬਣਿਆ, ਬਹਾਨਾ ਸ਼ੁਕਰਾਨੇ ਦਾ ਬਣਿਆ, ਕੋਈ ਪਤਾ ਨਹੀਂ। ਅੱਜ ਗੁਰੂ ਨਾਨਕ ਨੇ ਆ ਕੀਰਤਨ ਦੀ ਬਰਕਤ ਸਦਕੇ ਮੇਰੇ ਤੁਹਾਡੇ ਕਿਤੇ ਕਿਤੇ ਦੁੱਖ ਹੱਥੋਂ ਕੱਟ ਕੇ ਭੇਜ ਰਹੇ ਹੈ ਕੀਰਤਨ ਦੇ ਸਦਕਾ। ਕਰ ਕੀਰਤਨ ਹੋਏ ਉਧਾਰ, ਕਰ ਕੀਰਤਨ ਹੋਏ ਉਧਾਰ, ਕਰ ਕੀਰਤਨ ਹੋਏ ਕੀਰਤਨ ਹੋਏ ਉਦਾਰ,
ਦਿਲ ਨਹੀਂ ਕਰਦਾ ਕੀਰਤਨ ਕਰਨ ਦਾ, ਅੱਜ ਕੇ ਕਰੋ ਖੁੱਲ ਕੇ ਕਰ ਕੀਰਤਨ। ਕਹਿੰਦੇ ਨਗਰ ਵਾਲਿਆਂ ਨੂੰ ਇਕੱਠਾ ਕਰ ਲਿਆ, ਸਾਰੀ ਰਾਤ ਮਰਦਾਨੇ ਨੇ ਵਜਾਈ ਰਬਾਬ ਤੇ ਬਾਬਾ ਨਾਨਕ ਸਤ ਕਰਤਾਲ ਦੀ ਧੁਨ ਚ ਮਸਤ ਹੋਏ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ, ਆਪ ਤਰੇ ਸਰਲੇ ਕੁੱਲ ਤਾਰੇ ਹਰ ਦਰਗਹਿ ਪਤ ਸਿਉ ਜਾਏਂਦਾ, ਆ ਖੇਡ ਬਣ ਗਈ। ਕਹਿੰਦੇ ਅੰਮ੍ਰਿਤ ਵੇਲੇ ਮਹਾਰਾਜ ਨੇ ਜਦੋਂ ਭੋਗ ਪਾਇਆ, ਕਹਿੰਦੇ ਸਿੱਖਾ ਹੁਣ ਅਸੀਂ ਅਗਾਂਹ ਜਾਣਾ। ਰੋ ਪਏ, ਕਹਿੰਦੇ ਮਹਾਰਾਜ ਫੇਰ ਕਦੋਂ ਆਓਗੇ? ਕਹਿੰਦੇ ਜਦੋਂ ਕਰਤਾਰ ਨੇ ਸੌਂ ਬਣਾਇਆ ਫੇਰ ਆਵਾਂਗੇ। ਮਹਾਰਾਜ ਅੱਗੇ, ਭਾਈ ਮਰਦਾਨਾ ਜੀ ਪਿੱਛੇ, ਪਿੱਛੇ ਉਹ ਦੋਨੋਂ ਮੀਆਂ ਬੀਬੀ, ਪਿੱਛੇ ਨਗਰ ਦੀ ਸੰਗਤ ਗੁਰੂ ਨਾਨਕ ਸਾਹਿਬ ਨੂੰ ਨਗਰ ਤੋਂ ਬਾਹਰ ਛੱਡਣ ਜਾ ਰਹੀ ਹੈ। ਆਖੋ ਸਤਨਾਮ ਵਾਹਿਗੁਰੂ। ਕਹਿੰਦੇ ਗੁਰੂ ਨਾਨਕ ਸਾਹਿਬ ਦਿਸਦੇ ਜਦੋਂ ਅੱਖਾਂ ਤੋਂ ਓਝਲ ਹੋ ਗਏ ਨਾ, ਬਾਬਾ ਜੀ ਕਹਿੰਦੇ ਮਰਦਾਨਿਆ ਇਹਦਾ ਕਾਰਜ ਸਵਾਰਨਾ, ਭਾਈ ਇਹਦੇ ਘਰ ਕੀਰਤਨ ਹੋਇਆ, ਪ੍ਰਸ਼ਾਦਾ ਛਕਿਆ, ਇਹਦਾ ਕਾਰਜ ਸਵਾਰਨਾ, ਇਹ ਕੋਈ ਉੱਠੇ ਨਾ ਜੀ, ਬਸ ਦੋ ਮਿੰਟ ਮੈਂ ਸਮਾਪਤੀ ਕਰਨਾ ਗਾ। ਕੋਈ ਕਿਉਂਕਿ ਇੱਕ ਅੱਧੀ ਭੈਣ ਵੀ ਜੇ ਉੱਠਦੀ ਹੈ ਨਾ, ਮੈਨੂੰ ਇੰਝ ਲੱਗਣ ਲੱਗ ਜਾਂਦਾ ਘਾਟਾ ਪੈ ਗਿਆ ਕੰਪਨੀ। ਆਖੋ ਸਰ ਵਾਹਿਗੁਰੂ। ਦੋ ਤਿੰਨ ਮਿੰਟ ਹੀ ਸਮਾਪਤੀ ਆਪਾਂ ਕਰ ਦੇਣੀ ਬਸ। ਬਾਬਾ ਜੀ ਕੀ ਹੁਕਮ ਹੈ? ਭਾਈ ਮਰਦਾਨਾ ਜੀ ਕਹਿੰਦੇ ਬਾਬਾ ਜੀ ਕੀ ਹੁਕਮ ਹੈ? ਕਹਿੰਦੇ ਹੁਣ ਘਰ ਵਾਲੀ ਆਪਣੇ ਕੰਮ 'ਤੇ ਚਲੀ ਗਈ ਹੋਏਗੀ, ਬੰਦਾ ਆਪਣੇ ਕੰਮ 'ਤੇ ਚਲਾ ਹੋਏਗਾ, ਬੱਚੇ ਆਪਣੇ ਖੇਡਾਂ 'ਚ ਲੱਗੇ ਹੋਣਗੇ, ਤੂੰ ਜਾ ਤੇ ਜਾ ਕੇ ਉਹਨਾਂ ਦੀ ਕੁੱਲੀ ਢਾਵੇ। ਆਖੋ ਸਤਨਾਮ ਵਾਹਿਗੁਰੂ। ਕੁੱਲੀ ਢਾਵੇ ਬਾਬਾ ਜੀ ਨੂੰ ਭਾਈ ਮਰਦਾਨਾ ਕਹਿੰਦੇ ਮਹਾਰਾਜ ਉਹ ਗਰੀਬੜਾ ਵਿਚਾਰਾ ਕਿੰਨੀ ਸ਼ਰਧਾ ਲੋੜ ਨੇ, ਪ੍ਰਸ਼ਾਦਾ ਤਿਆਰ ਕਰਕੇ ਜਗਾਇਆ, ਤੁਸੀਂ ਕਹਿੰਦੇ ਉਹਦੀ ਜਾ ਕੇ ਝੌਂਪੜੀ ਢਾ ਦੇ। ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਭਲਾ ਹੀ ਇਹਦੇ 'ਚ। ਭਾਈ ਮਰਦਾਨਾ ਜੀ ਗਏ, ਜਾ ਕੇ ਨਾ ਇੱਕ ਬਾਂਸ ਖੇਡਿਆ, ਸਾਰੀ ਝੌਂਪੜੀ ਥੱਲੇ ਆ ਗਈ। ਆਖੋ ਸਤਨਾਮ ਵਾਹਿਗੁਰੂ। ਭੱਜਦੇ ਹੋਏ ਜਾ ਰਹੇ ਹੈ। ਹੁਣ ਜਦੋਂ ਦੂਰੋਂ ਗਰੀਬ ਸਿੱਖ ਨੇ ਦੇਖਿਆ ਕਿ ਮੇਰੀ ਝੌਂਪੜੀ ਢੱਤ ਗਈ, ਉਹਨੇ ਜਾ ਕੇ ਬਾਬੇ ਮਰਦਾਨਾ ਜੀ ਨੂੰ ਐਵੇਂ ਜੱਫਾ ਪਾ ਲਿਆ। ਵੇਖਿਆ ਭਾਈ ਮਰਦਾਨਾ ਜੀ ਤੁਸੀਂ, ਭਾਈ ਮਰਦਾਨਾ ਜੀ ਕਹਿੰਦੇ ਮੈਂ ਨਹੀਂ ਕੁਝ ਕੀਤਾ, ਬਾਬੇ ਨਾਨਕ ਨੇ ਭੇਜਿਆ ਸੀ ਮੈਨੂੰ। ਆਖੋ ਸਤਨਾਮ ਵਾਹਿਗੁਰੂ। ਉਹ ਸਿੱਖ ਫੇਰ ਦੀਵਾਨਾ, ਕਹਿੰਦਾ ਅੱਛਾ ਗੁਰੂ ਨਾਨਕ ਨੇ ਕਿਹਾ ਸੀ ਰਾਜੀ ਹੈ ਹਮ ਉਸਮੇ ਜਿਸਮੇ ਤੇਰੀ ਰਜ਼ਾ ਹੈ, ਕੱਜ ਕੇ ਕਹਿ ਦਿਓ ਸਤਨਾਮ ਵਾਹਿਗੁਰੂ। ਤੇਰਾ ਕੀਆ ਮਿੱਠਾ ਲਾਗੇ, ਤੇਰਾ ਕੀਆ ਮਿੱਠਾ ਲਾਗੇ, ਬੋਲੋ ਤੇਰਾ ਕੀਆ ਮਿੱਠਾ ਲਾਗੇ, ਤੇਰਾ ਕੀਆ ਮਿੱਠਾ ਲਾਗੇ। ਇਹ ਪੜਿਆ ਨਹੀਂ ਸੀ ਉਹ ਸਿੱਖ ਨੇ, ਕਮਾਇਆ ਸੀ ਕਿ ਜੇ ਬਾਬੇ ਨਾਨਕ ਨੇ ਮੇਰੀ ਝੌਂਪੜੀ ਵੀ ਢੁਆਈ ਹੈ ਤੇ ਜੀ ਮੇਰਾ ਕੋਈ ਬੜਾ ਛੁਪਿਆ ਹੋਏਗਾ। ਸੰਤ ਸੁਜਾਨ ਸਿੰਘ ਜੀ ਕਹਿੰਦੇ ਸਾਡੇ ਕੋਲ ਘੋੜੀ ਹੁੰਦੀ ਸੀ, ਮੇਰੇ ਪਿਤਾ ਜੀ ਮੈਨੂੰ ਘੋੜੀ 'ਤੇ ਚੜ੍ਹਨ ਨਹੀਂ ਸੀ ਦਿੰਦੇ। ਕਹਿੰਦੇ ਮੈਂ ਬਾਬਾ ਆਨੰਦ ਸਿੰਘ ਨੂੰ ਕਿਹਾ ਕਿ ਮੇਰੇ ਭਾਈਆ ਜੀ, ਭਾਈਆ ਗਿਆਨ ਸਿੰਘ ਮੈਨੂੰ ਘੋੜੀ 'ਤੇ ਨਹੀਂ ਚੜ੍ਹਨ ਦਿੰਦੇ, ਅਤੇ ਬਾਬਾ ਜੀ ਕਹਿੰਦੇ ਗਿਆਨ ਸਿੰਘ ਚੜ੍ਹਨ 'ਤੇ ਮੁੰਡਾ ਜਿੱਦ ਕਰਦਾ। ਅਤੇ ਕਹਿੰਦੇ ਸੰਤ ਸੁਜਾਨ ਸਿੰਘ ਜੀ ਘੋੜੀ 'ਤੇ ਬੈਠੇ, ਘੋੜੀ ਨੇ ਛਾਲ ਮਾਰੀ, ਥੱਲੇ ਡਿੱਗੇ, ਲੱਤ ਟੁੱਟ ਗਈ। ਆਖੋ ਸਤਨਾਮ ਵਾਹਿਗੁਰੂ।
ਕਹਿੰਦੇ ਸਿਆਣ ਸਿਆਂ ਤਾਈਓ ਤੇਰਾ ਬਾਪੂ ਤੈਨੂੰ ਬਹਿਣ ਨਹੀਂ ਸੀ ਦਿੰਦਾ, ਇਹਦੇ 'ਚ ਉਹਦੀ ਰਜਾ ਸੀ। ਉਹਨੂੰ ਪਤਾ ਸੀ ਘੋੜੀ ਨੇ ਭੁੰਤਰ ਜਾਣਾ, ਤੇਰੇ ਕੋਲ ਸਾਂਭੀ ਨਹੀਂ ਜਾਣੀ, ਨੁਕਸਾਨ ਤੇਰਾ ਹੋਣਾ। ਅਸੀਂ ਮੰਗਦੇ ਹਾਂ ਵੱਡੀਆਂ ਗੱਡੀਆਂ, ਦੌਲਤਾਂ, ਸ਼ੌਹਰਤਾਂ। ਉਹ ਬਰਾਣ ਵੜੂ ਪਤਾ ਜਿਸ ਦਿਨ ਦੇਤੀ ਇਹਦਾ ਦਿਮਾਗ ਭੁੰਤਰ ਜਾਣਾ, ਇਹਨੇ ਜਪਜੀ ਸਾਹਿਬ ਭੁੱਲ ਜਾਣੀ। ਇਸ ਕਰਕੇ ਓਨੀ ਕੁ ਦਿਓ ਜਿੰਨੇ ਨਾਲ ਗੁਜ਼ਾਰਾ ਚੱਲੀ ਜਾਵੇ। ਨਾ ਬਹੁਤੀ ਦੇਣੀ ਹੈ, ਨਾ ਇਹਨੇ ਪਾਗਲ ਹੋਣਾ, ਨਾ ਇਹਨੇ ਜਪਜੀ ਸਾਹਿਬ ਛੱਡਣੀ। ਇੱਕ ਜਗਾਰਾ ਦਿਓ ਪਿਆਰ ਨਾਲ। ਰਾਜੀ ਹੈ ਉਸਮੇ ਜਿਸਮੇ ਤੇਰੀ ਰਜਾ ਹੈ। ਭਾਈ ਮਰਦਾਨਾ ਜੀ ਭੱਜ ਗਏ, ਕਹਿੰਦੇ ਮਹਾਰਾਜ ਫਸ ਚੱਲਿਆ ਸੀ ਜੇ, ਚੱਲੋ ਹੁਣ ਇੱਥੋਂ। ਮਹਾਰਾਜ ਮੁਸਕਰਾਏ, ਅੱਗੇ ਚਲੇ ਗਏ। ਕਹਿੰਦੇ ਜਦੋਂ ਹੁਣ ਦੋਨੋਂ ਮੀਆਂ ਬੀਬੀ ਨੇ ਦੁਬਾਰਾ ਆਪਣੀ ਕੱਖਾਂ ਦੀ ਕੁੱਲੀ ਬਣਾਉਣੀ ਸ਼ੁਰੂ ਕੀਤੀ ਨਾ, ਤਾਂ ਘਰ ਲਈ ਕਹਿੰਦੀ ਹੈ ਕਿ ਐਸਰੀ ਬਾਂਸ ਥੋੜ੍ਹੇ ਨੀਆਂ ਡੂੰਘੀਆਂ ਕਰਕੇ ਗਾੜੋ ਕਿ ਮਜ਼ਬੂਤੀ ਰਹੇ। ਅੱਗੋ ਸਤਨਾ ਵਾਹਿਗੁਰੂ। ਜੇ ਹੁਣ ਢਹਿ ਹੀ ਗਈ ਹੈ, ਥੋੜ੍ਹੀ ਮਿਹਨਤ ਕਰ ਲਈਏ। ਕਹਿੰਦੇ ਜਦੋਂ ਖੁਦਾਈ ਸ਼ੁਰੂ ਕੀਤੀ, ਜਿਸ ਆਸਣ ਤੇ ਜਿਸ ਥਾਂ ਤੇ ਬਹਿ ਕੇ ਗੁਰੂ ਨਾਨਕ ਨੇ ਸਾਰੀ ਰਾਤ ਕੀਰਤਨ ਕੀਤਾ ਸੀ, ਜਦੋਂ ਉਸ ਜਗ੍ਹਾ ਦੀ ਪੁਟਾਈ ਕੀਤੀ, ਉੱਥੋਂ ਇੱਕ ਸੋਨੇ ਦੀ ਭਰੀ ਹੋਈ ਗਾਗਰ ਨਿਕਲ ਆਈ। ਇਤਿਹਾਸ ਹੈ। ਕਹਿੰਦੇ ਉਹ ਘਰ ਵਾਲਾ ਕਹਿੰਦਾ, ਮੈਂ ਨਾ ਤੈਨੂੰ ਕਹਿੰਦਾ ਸੀ ਕਿ ਸ਼ੁਕਰਾਨਾ ਨਾ ਭੁੱਲੀ, ਜੋ ਗੁਰੂ ਨਾਨਕ ਕਰਦਾ ਉਹਦੇ 'ਚ ਭਲਾ ਹੀ ਹੁੰਦਾ, ਤੂੰ ਸ਼ੁਕਰ ਸ਼ੁਕਰ ਕਰਦੀ ਰਵੀ। ਦੇਖ ਕੱਖਾਂ ਦੀ ਕੁੱਲੀ ਢਾ ਕੇ ਸਾਨੂੰ ਮਹਿਲਾਂ ਦੇ ਮਾਲਕ ਬਣਾ ਗਏ, ਹੁਣ ਲਾਓ ਇੱਕ ਜਕਾਰਾ ਪਿਆਰ ਨਾਲ। ਕਰ ਕੀਰਤਨ ਹੋਏ ਉਧਾਰ, ਕਰ ਕੀਰਤਨ ਹੋਏ ਉਧਾਰ, ਸਮਾਪਤੀ ਹੈ ਜੀ ਬਸ। ਕਹਿੰਦੇ ਦੋਨੋਂ ਮੀਆਂ ਬੀਬੀ ਨੇ ਸੋਹਣਾ ਮਹਿਲ ਬਣਾਇਆ, ਮਾਇਆ ਆ ਗਈ, ਖੇਤ ਲਿੱਤੇ, ਬਿਜਾਈ ਕੀਤੀ, ਪਰ ਇੱਕ ਚੰਗਾ ਕੰਮ ਕੀਤਾ ਕਿ ਗੁਰੂ ਨਾਨਕ ਨੂੰ ਯਾਦ ਕਰਨਾ ਨਹੀਂ ਭੁੱਲੇ। ਉਹ ਕੰਮ ਨਹੀਂ ਬਣਿਆ ਦਾਤ ਪਿਆਰੀ ਸਰਿਆ ਦਾਦਾ, ਉਹ ਕੰਮ ਨਹੀਂ ਬਣਿਆ। ਬਸ ਉਸੇ ਭਾਵਨਾ ਨਾਲ ਫਿਰ ਆਸਣ ਡਾ ਕੇ ਤੇ ਗੁਰੂ ਨਾਨਕ ਨੂੰ ਕਹਿੰਦੇ ਹੈ, ਗੁਰੂ ਨਾਨਕ ਦਰਸ਼ਨ ਦੇਵੀ, ਗੁਰੂ ਨਾਨਕ ਦਰਸ਼ਨ ਦੇਵਣਾ, ਗੁਰੂ ਨਾਨਕ ਦਰਸ਼ਨ ਦੇਵਣਾ, ਦਰਸ਼ਨ ਦੇ ਕਰੋ ਬੇਨਤੀਆਂ, ਗੁਰੂ ਨਾਨਕ ਦੇਵਣਾ, ਮੇਰਾ ਮਨ ਲੋਚ ਰਿਹਾ, ਮੇਰਾ ਮਨ ਲੋਚ ਰਿਹਾ, ਮੇਰਾ ਮਨ ਲੋਚ ਰਿਹਾ, ਮੇਰਾ ਮਨ ਲੋਚ ਰਿਹਾ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ ਬਿਲਵ ਕਰੇ, ਤ੍ਰਿਖਾ ਨਾ ਉਤਰੇ ਦਰਸ਼ਨ। ਸੰਤ ਪਿਆਰੇ ਜੀ ਆਖੋ ਸਤਨਾਮ ਵਾਹਿਗੁਰੂ, ਪੁਕਾਰਾਂ ਸੱਚੀਆਂ ਸੀ, ਗੁਰੂ ਨਾਨਕ ਨੂੰ ਫਿਰ ਤਰਸ ਆ ਗਿਆ, ਫਿਰ ਉਸੇ ਨਗਰ ਦੇ ਵੱਲ ਆ ਗਏ। ਜਦੋਂ ਹੋਣ ਦੀ ਵਾਰੀ ਕਈ ਮਹੀਨਿਆਂ ਵਧਾਏ, ਭਾਈ ਮਰਦਾਨਾ ਕਹਿੰਦਾ, ਮਹਾਰਾਜ ਇਹ ਤਾਂ ਉਹੀ ਪਿੰਡ ਹੈ ਜਿੱਥੇ ਤੁਸੀਂ ਮੇਰੇ ਹੱਥੋਂ ਉਸ ਗਰੀਬ ਸਿੱਖ ਦੀ ਕੁੱਲੀ ਢਵਾਤੀ ਸੀ। ਬਾਬਾ ਨਾਨਕ ਕਹਿੰਦੇ, ਜਾ ਉਹਦਾ ਘਰ ਲੱਭ,
ਉਹਨੂੰ ਕਹਿ ਰਾਤ ਫਿਰ ਕੀਰਤਨ ਕਰਨਾ। ਮੈਂ ਨਹੀਂ ਜਾਂਦਾ ਬਾਬਾ, ਪਿਛਲੀ ਵਾਰੀ ਤੇ ਬਚ ਗਿਆ ਸੀ, ਹੁਣ ਨਹੀਂ ਛੱਡਦੇ ਦੋਨੋਂ। ਕਹਿੰਦੇ ਜਾ ਮਰਦਾਨਿਆ ਵੇਖ ਰੰਗ ਕਰਤਾਰ ਦੇ। ਕਹਿੰਦੇ ਜਦੋਂ ਭਾਈ ਮਰਦਾਨਾ ਜੀ ਨਗਰ 'ਚ ਗਏ, ਉਹ ਪੁੱਲੀ ਲੱਭੇ ਹੀ ਨਾ। ਉਹ ਪਿੰਡ ਵਾਲਿਆਂ ਨੂੰ ਪੁੱਛਿਆ, ਉਹ ਸਿੱਖ ਕਿੱਥੇ ਗਿਆ ਜਿਹਦੇ ਘਰ ਰਹਿਣ ਸੁਭਾਈ ਹੋਈ ਸੀ? ਕਹਿੰਦੇ ਆਹ ਮਹਿਲ ਬਣ ਗਿਆ ਉਸ ਸਿੱਖ ਦਾ। ਭਾਈ ਮਰਦਾਨਾ ਜੀ ਨੇ ਜਾ ਕੇ ਦਲੀ ਤੇ ਆਵਾਜ਼ ਦਿੱਤੀ, ਉਹ ਭਾਗਾਂ ਵਾਲਿਓ, ਦੋਨੋਂ ਮੀਆਂ ਬੀਬੀ ਬਾਹਰ ਆਏ। ਫਿਰ ਉਸੇ ਤਰ੍ਹਾਂ ਸਤਿਕਾਰ ਕੀਤਾ। ਭਾਈ ਮਰਦਾਨਾ ਜੀ ਕਹਿੰਦੇ ਆਹ ਕਿਰਪਾ ਕਿਵੇਂ? ਕਹਿੰਦੇ ਬਾਬੇ ਨਾਨਕ ਨੇ ਕੁੱਲੀ ਨਹੀਂ ਢਾਈ ਸੀ, ਰਹਿਣ ਵਾਸਤੇ ਸੋਹਣੇ ਮਹਿਲ ਬਣਵਾਏ ਸੀਗੇ। ਗੁਰੂ ਨਾਨਕ ਦਰਸ਼ਨ ਦੇਵਣਾ, ਗੁਰ ਨਾਨਕ ਗੁਰ ਨਾਨਕ ਮੇਰੀ ਪੈ ਸਵਾਰੀ, ਗੁਰ ਨਾਨਕ ਮੇਰੀ ਪੈਜ ਸਵਾਰੀਆਂ। ਭੈਣਾਂ ਬੋਲੋ, ਆਨੰਦ ਕਰੋ ਮਿਲ ਸੁੰਦਰ ਨਾਰੀ। ਗੁਰੂ ਨਾਨਕ ਮੇਰੀ ਪੈ ਸਵਾਰੀ, ਗੁਰੂ ਨਾਨਕ ਮੇਰੀ ਪੈ ਸਵਾਰੀ। ਇਸ ਕਰਕੇ ਭਾਈ ਬਾਬਾ ਨੰਦ ਸਿੰਘ ਜੀ ਕਹਿੰਦੇ ਸਨ, ਦੁਨੀਆ ਕਹਿੰਦੀ ਹੈ ਕਰਮਾਂ ਤੋਂ ਬਾਹਰ ਅਤੇ ਸਮੇਂ ਤੋਂ ਪਹਿਲੇ ਕੁਛ ਨਹੀਂ ਮਿਲ ਸਕਦਾ। ਕਹਿੰਦੇ ਸਿੱਖ ਗੁਰੂ ਨਾਨਕ ਦਾ ਸ਼ੁਕਰਾਨਾ ਕਰਨਾ ਨਾ ਭੁੱਲੇ, ਸਮੇਂ ਤੋਂ ਪਹਿਲੇ ਵੀ ਦੇ ਸਕਦਾ ਜੇ, ਕਰਮਾਂ ਤੋਂ ਬਾਹਰ ਦਾ ਵੀ ਦੇ ਸਕਦਾ ਜੇ। ਆਓ ਜੀ ਪੜ੍ਹੀਏ ਅਖੀਰਲੀ ਵਾਰੀ ਸ਼ੁਕਰਾਨੇ 'ਚ, ਫਿਰ ਸਮਾਪਤੀ ਹੈ। ਕੀ ਕਹਿਣਾ ਹੈ? ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ। ਸਾਰੀ ਸੰਗਤ ਪੜ੍ਹੋ ਜੀ, ਇਹ ਸ਼ੁਕਰਾਨਾ ਹੈ ਅਸਲੀ। ਹੋਰ ਗੱਜ ਕੇ ਇੰਨੀ ਜ਼ਰੂਰੀ ਹੈ ਇਹ ਗਰੀਬੀ ਦੀ ਪੜ੍ਹਾਈ, ਸ਼ੁਕਰਾਨੇ ਦੀ ਪੜ੍ਹਾਈ। ਗੁਰੂ ਨਾਨਕ ਸਾਹਿਬ ਨੇ ਬਾਵਲ ਹੱਕ ਨੂੰ ਕਿਹਾ ਸੀ, ਮੁਲਤਾਨ ਦਾ ਪੀਰ ਸੀ ਨਾ, ਕਹਿੰਦਾ ਮਹਾਰਾਜ ਮੇਰੀ ਦਰਗਾਹ 'ਚ ਬੜੀ ਚੱਲਦੀ ਹੈ, ਕੋਈ ਚੀਜ਼ ਮੇਰੇ ਕੋਲੋਂ ਮੰਗ ਲਓ। ਆਖੋ ਸਤਨਾਮ ਵਾਹਿਗੁਰੂ। ਮਨ 'ਚ ਹੈ ਜੇ ਮੰਗ ਲੈਣਗੇ ਤਾਂ ਮੈਂ ਕਹਾਂਗਾ ਮੇਰੇ ਕੋਲੋਂ ਦਾਤ ਲੈ ਕੇ ਗਏ ਹੈ। ਮਹਾਰਾਜ ਕਹਿੰਦੇ ਫਿਰ ਦੁਨਿਆਵੀ ਦਾਤ ਮੰਗੀਏ ਕਿ ਦਰਗਾਹੀ? ਕਹਿੰਦਾ ਮਹਾਰਾਜ ਦਰਗਾਹ 'ਚ ਚੱਲਦੀ ਹੈ ਮੇਰੀ, ਦਰਗਾਹ ਵਾਲੀ ਮੰਗੋ। ਮਹਾਰਾਜ ਕਹਿੰਦੇ ਫਿਰ ਦਰਗਾਹ ਤੋਂ ਇੱਕ ਪਾ ਗਰੀਬੀ ਲਿਆ ਕੇ ਦੇ ਦੇ। ਦੇ ਅੱਛਾ, ਅੱਜ ਰਾਤੀ ਜਦੋਂ ਮੈਂ ਜਾਵਾਂਗਾ ਨਾ ਅੰਮ੍ਰਿਤ ਵੇਲੇ ਫਜਰ ਦੀ ਨਮਾਜ਼ ਪੜ੍ਹ ਕੇ, ਮੈਂ ਅੱਲਾ ਨੂੰ ਕਹਾਂਗਾ ਪਾ ਗਰੀਬੀ ਦੇ ਦਿਓ। ਕਹਿੰਦੇ ਜਦੋਂ ਬਾਵਲ ਹੱਕ ਗਿਆ ਅੱਲਾ ਦੀ ਬਾਰਗਾਹ 'ਚ, ਜਾ ਕੇ ਕਹਿੰਦਾ ਅੱਲਾ ਮੇਰੇ ਘਰ ਇੱਕ ਫਕੀਰ ਆਇਆ, ਇੱਕ ਪਾ ਗਰੀਬੀ ਮੰਗਦਾ, ਦਿਓ ਜਾਂ ਖਜ਼ਾਨੇ 'ਚੋਂ। ਆਖੋ ਸਤਨਾਮ ਵਾਹਿਗੁਰੂ। ਕਵੀ ਨੇ ਪਤਾ ਕੀ ਲਿਖਿਆ? ਕਿਆ ਰੱਬ ਨੇ ਬੋਲਿਆ, ਬੋਲਿਆ ਰੱਬ ਨੇ ਤੇਰੀ ਇਹ ਪੁਕਾਰ ਸੁਣ ਕੇ, ਮੇਰਾ ਹੌਸਲਾ ਰੱਤੀ ਭਰ ਢਹਿ ਗਿਆ ਹੈ। ਸੁਣਿਓ ਧਿਆਨ ਨਾਲ, ਕਿਉਂਕਿ ਇਸ ਗਰੀਬੀ ਦੇ ਬੌਲ ਵਿੱਚੋਂ ਮੇਰੇ ਕੋਲ ਕੱਖ ਵੀ ਨਾ ਰਹਿ ਗਿਆ ਏ।
ਇਸ ਗਰੀਬੀ ਦੇ ਇਸ ਨਿਮਰਤਾ ਦੇ ਮੈਂ ਚਾਰ ਹਿੱਸੇ ਸਣ ਬਣਾਏ, ਜਿਨ੍ਹਾਂ 'ਚੋਂ ਇੱਕ ਹਿੱਸਾ ਸੰਸਾਰ ਵਿੱਚ ਪੈ ਗਿਆ ਹੈ, ਬਾਕੀ ਦੇ ਤਿੰਨ ਹਿੱਸੇ ਦੀ ਮੈਂ ਕੀ ਦੱਸਾਂ। ਸਭ ਕੁਛ ਮੇਰੇ ਖਜ਼ਾਨੇ 'ਚੋਂ ਲੁੱਟ ਕੇ ਗੁਰੂ ਨਾਨਕ ਪਿਆਰਾ ਲੈ ਗਿਆ ਹੈ। ਗਰੀਬੀ ਐਡੀ ਪਿਆਰੀ ਮਹਾਰਾਜ ਨੂੰ, ਦੀਨ ਹੈ ਉਹ ਦੁਖੀਆਂ ਦਾ, ਜਾਨ ਹੈ ਉਹ ਦਰਦੀਆਂ ਦੀ, ਉਹ ਵੱਡਾ ਬੇਮੁਹਤਾਜ ਹੈ। ਇਹ ਮੰਗ ਨਿਮਰਤਾ ਦੀ, ਸ਼ੁਕਰਾਨੇ ਦੀ, ਅੱਲਾ ਕਹਿ ਰਿਹਾ ਬਾਬਲ ਹੱਕ ਨੂੰ, ਇਹ ਮੰਗ ਤੂੰ ਉਹਦੇ ਕੋਲੋਂ ਮੰਗ ਜਾ ਕੇ ਜਿਹੜਾ ਵੱਡਾ ਗਰੀਬ ਨਿਵਾਜ ਹੈ, ਵੱਡਾ ਗਰੀਬ ਨਿਵਾਜ ਹੈ। ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ, ਅੱਜ ਕੇ ਸਾਰੀ ਸੰਗਤ ਬੋਲੋ ਜੀ। ਫਿਰ ਬੋਲੋ, ਓ ਬੋਲੇ ਸੋਨਿਹਾਰਾ ਸ਼੍ਰੀ ਅਕਾਲ। ਇੱਕ ਜਕਾਰਾ ਤੁਸੀਂ ਸਾਰੇ ਸ਼ੁਕਰਾਨੇ ਦਾ ਗਜਾ ਦਿਓ ਜੀ ਰਲ ਕੇ। ਤੂੰ ਸ਼ੁਕਰਾਨੇ ਦੀ ਕਿਸ਼ਤਾਂ ਮੋੜੀ ਜਾਈ, ਉਹ ਬਰਕਤਾਂ ਦੀ ਕਿਸ਼ਤਾਂ ਭੇਜੀ ਜਾਏਗਾ। ਤੂੰ ਸ਼ੁਕਰਾਨਾ ਕਰਨਾ ਨਾ ਭੁੱਲੀ। ਬਾਬਾ ਆਨੰਦ ਸਿੰਘ ਜੀ ਕਹਿੰਦੇ ਸਨ, ਗੁਰੂ ਨਾਨਕ ਤੈਨੂੰ ਨਹੀਂ ਭੁੱਲੇਗਾ, ਉਹ ਜਿਹੜਾ ਗੁਰੂ ਨਾਨਕ ਦੀ ਯਾਦ ਵਿੱਚ ਵੱਸ ਜੇ ਉਹਨੂੰ ਕਮੀ ਕੋਈ ਰਹਿੰਦੀ ਹੋਈ ਨਹੀਂ। ਮੁੱਢ ਜੜ ਨਿਮਰਤਾ ਸ਼ੁਕਰਾਨਾ, ਬਸ ਨੇਮ ਥੋੜ੍ਹਾ ਕਰ ਲਓ, ਯਾਤਰਾ ਘੱਟ ਕਰ ਲਓ, ਜਿੰਨੀ ਗੁਰੂ ਨਾਨਕ ਦਰਸ ਕਰਕੇ ਕਰਾਵੇ ਜਿੱਦ ਵਿੱਚ ਨਾ ਕਰੋ, ਕਰਨ ਤੋਂ ਬਾਅਦ ਸ਼ੁਕਰਾਨਾ ਕਰ ਲਓ, ਸਭ ਕੁਝ ਦਰਗਾਹ 'ਚ ਜਮ੍ਹਾਂ ਹੋ ਜਾਏਗਾ, ਜਿਹੜਾ ਮਰਨ ਤੋਂ ਬਾਅਦ ਅਗਾਂਹ ਵੀ ਸਹਾਈ ਹੋਏਗਾ। ਇਹ ਸਾਰੇ ਗੁਰੂ ਪਿਆਰੇ ਭਾਈ ਰਮੇਸ਼ ਅਰੋੜਾ ਜੀ, ਲੱਖਾਂ ਵਧਾਈਆਂ ਜੀ, ਬਾਬੇ ਨਾਨਕ ਦੀ ਧਰਤੀ ਦੇ ਦਰਸ਼ਨ ਕਰਕੇ ਆਏ ਹੋ, ਜਿੱਥੇ ਬਾਬਾ ਸਾਡਾ 18 ਸਾਲ ਰਿਹਾ। 18 ਸਾਲ 3 ਵਚਨ ਕੀਤੇ ਸੀ ਮਹਾਰਾਜ ਨੇ ਅਖੀਰਲੇ ਵੇਲੇ, ਉੱਥੇ ਕਹਿੰਦੇ ਜਿਹੜਾ ਵਾਹਿਗੁਰੂ ਗੁਰਮੰਤਰ ਪ੍ਰੇਮ ਨਾਲ ਜਪੇਗਾ ਉਹਦੇ ਉੱਤੇ ਸਾਡੀ ਪ੍ਰਸੰਨਤਾ ਹੋਏਗੀ। ਦੁਨੀਆ ਮੰਗਦੀ ਹੈ ਪੁੱਤਰ ਅਤੇ ਮਾਇਆ, ਜਿਹੜਾ ਵਾਹਿਗੁਰੂ ਗੁਰਮੰਤਰ ਨਾਲ ਲਿਵ ਜੋੜੇਗਾ ਉਹਦੀ ਸਰਬ ਝੋਲੀਆਂ ਭਰਨਗੀਆਂ। ਆਖੋ ਸਤਨਾਮ ਵਾਹਿਗੁਰੂ। ਇਹ ਬਚਨ ਮਹਾਰਾਜ ਨੇ ਉਸ ਧਰਤੀ ਦੇ ਕੀਤੇ ਸੀ, ਜਿਸ ਧਰਤੀ ਦੇ ਭਾਗਾਂ ਲਿਓ ਤੁਸੀਂ ਦਰਸ਼ਨ ਕਰਕੇ ਆਏ। ਅਤੇ ਮੈਂ ਬੇਨਤੀ ਕਰਾਂ ਜੇ ਉਹ ਮੈਨੂੰ ਪਤਾ ਨਹੀਂ ਉੱਦਾਂ ਬੈਠੇ ਨੇ ਵਿੱਚ ਰਮੇਸ਼ ਅਰੋੜਾ ਜੀ, ਹੈਂਜੀ ਚਲੇ ਗਏ ਹੈਗੇ ਹੈਂ, ਆ ਚਲੋ ਬੁਲਾ ਲਿਓ। ਮੇਰਾ ਮਨ ਹੈ ਕਿ ਰੱਬ ਰੂਪ ਸੰਗਤ ਦੀ ਉਹਨਾਂ ਨੂੰ ਅਸੀਸ ਮਿਲ ਜਾਏ।
ਸੰਗਤ ਜਿਹਨਾਂ ਮਹਾਂਪੁਰਖਾਂ ਦੀ ਅਸੀਂ ਸਾਨੂੰ ਪਿਆਰ ਮਿਲਿਆ ਉਹ ਇੱਕ ਗੱਲ ਸਮਝਾਉਂਦੇ ਆ, ਕਹਿੰਦੇ ਜਿਹਦੇ 'ਤੇ ਗੁਰੂ ਨਾਨਕ ਖੁਸ਼, ਗੁਰੂ ਨਾਨਕ ਦੀ ਖੁਸ਼ੀ ਤੋਂ ਵੱਡੀ ਕੋਈ ਚੀਜ਼ ਨਹੀਂ। ਕਹਿੰਦੇ ਜਿਹਦੇ 'ਤੇ ਸੰਗਤ ਪ੍ਰਸੰਨ ਹੋ ਜਾਏ, ਗੁਰੂ ਨਾਨਕ ਦੀ ਖੁਸ਼ੀ ਬਦੋ ਬਦੀ ਝੋਲੀ 'ਚ ਬਹਿ ਜਾਂਦੀ ਹੈ। ਇਹ ਰਮੇਸ਼ ਅਰੋੜਾ ਜੀ, ਮੈਂ ਬੇਨਤੀ ਕਰਾਂਗਾ ਜੀ ਗੁਰਮੁਖੋ, ਇਹ ਇੱਕ ਵਾਰੀ ਸਾਰੀ ਸੰਗਤ ਵੱਲ ਮੁੱਖ ਹੱਥ ਜੋੜ ਕੇ ਖਲੋ ਜਾਓ। ਕੈਮਰੇ ਵਾਲੇ ਨੂੰ ਬੇਨਤੀ, ਇੱਕ ਵਾਰੀ ਇਹ ਨਾਲ ਕੈਮਰਾ ਘੁਮਾ, ਸਾਰੀ ਸੰਗਤ ਇੱਕ ਜਕਾਰਾ ਇਹਨਾਂ ਦੀ ਚੜ੍ਹਦੀ ਕਲਾਸ 'ਤੇ ਲਾ ਦਿਓ ਜੀ। ਸ੍ਰੀ ਅਕਾਲ। ਗੁਰੂ ਨਾਨਕ ਸਾਹਿਬ ਕਿਰਪਾ ਕਰਨ, ਇਸੇ ਤਰ੍ਹਾਂ ਤੁਹਾਡੇ ਕੋਲੋਂ ਸੇਵਾ ਲੈਣ, ਨਿਮਰਤਾ ਦੇ ਵਿੱਚ ਰਹਿ ਕੇ ਜੋ ਇਹ ਸਾਰਾ ਕੀਰਤਨ ਹੋਇਆ, ਨਿਮਰਤਾ ਦੇ ਸ਼ੁਕਰਾਨਾ, ਇਹ ਦਾਤ ਨਾ ਭੁੱਲਿਓ, ਮਾਣ ਚ ਨਾ ਆਇਓ, ਬਸ ਇੱਥੇ ਜੀਵਿਓ, ਤੂੰ ਕਰਾਇਆ ਹੈ। ਨਾ ਹਮ ਕੀਆ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਇਹ ਪੜ੍ਹਾਈ ਪੜਿਓ, ਆਖੋ ਸਤਨਾਮ ਵਾਹਿਗੁਰੂ। ਬਸ ਫਿਰ ਗੁਰੂ ਨਾਨਕ ਦੋਵਾਂ ਮੁੱਠਾਂ ਹੀ ਝੋਲੀਆਂ 'ਚ ਖੋਲ ਦੇਗਾ। ਦੂਜਾ ਦਾਸ ਬੇਨਤੀ ਕਰੇਗਾ, ਜਿਹੜੇ ਗੁਰਮੁਖ ਪਿਆਰੇ ਸਰਦਾਰ ਪ੍ਰੀਤਮ ਸਿੰਘ ਜੀ, ਉਹਨਾਂ ਦੇ ਪਿਤਾ ਜੀ ਵੀ ਉੱਥੇ ਬੈਠੇ ਹੈ, ਸਰਦਾਰ ਭਵਾਨੀ ਸਿੰਘ ਜੀ ਸਾਡੇ ਪਿਤਾ, ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ, ਬਾਪੂ ਜੀ ਤੁਸੀਂ ਵੀ ਖੜੇ ਹੋ ਜਾਓ, ਭਵਾਨੀ ਸਿੰਘ ਜੀ ਪ੍ਰੀਤਮ ਜੀ ਦੇ ਪਿਤਾ ਜੀ ਬੈਠੇ ਆ ਨਾ, ਆ ਉਹਨਾਂ ਨੂੰ ਵੀ ਕਹੋ ਖੜੇ ਹੋ ਜਾਣ ਜਰਾ। ਇਹਨਾਂ ਗੁਰਮੁਖਾਂ ਨੂੰ ਵੀ ਇੱਕ ਵਾਰੀ ਚੜ੍ਹਦੀ ਕਲਾ ਜਕਾਰਾ ਲਾ ਕੇ ਅਸੀਸ ਦੇ ਦਿਓ ਜੀ। ਖੜੇ ਰਹੋ ਭਵਾਨੀ ਸਿੰਘ ਜੀ, ਕੈਮਰੇ ਵਾਲਿਆਂ ਨੂੰ ਬੇਨਤੀ, ਇਹਨਾਂ ਨੂੰ ਕਿਉਂ ਅਸੀਸ ਦਵਾਈ ਹੈ? ਬਾਬੇ ਨਾਨਕ ਦਾ ਜਿਨ੍ਹਾਂ ਦੇ ਨਾਲ ਸਭ ਤੋਂ ਵੱਧ ਲਾਡ ਸੀ, ਬੇਬੇ ਨਾਨਕੀ ਜੀ, ਆਖੋ ਸਤਰਾ ਵਾਹੇ, ਜਿਨ੍ਹਾਂ ਦਾ ਕਿਹਾ ਬਾਬਾ ਨਾਨਕ ਮੋੜਦਾ ਹੀ ਨਹੀਂ, ਗੁਰੂ ਨਾਨਕ ਸਾਹਿਬ ਤਰਸ ਕਰਕੇ ਬੇਬੇ ਜੀ ਦੇ ਨਾਂ ਦੇ ਇਹਨਾਂ ਕੋਲੋਂ ਭਲਾਈ ਕੇਂਦਰ ਦੀ ਸੇਵਾ ਲੈ ਰਹੇ ਆ ਜੀ। ਦੁਨੀਆ ਆਪਣੀ ਰੋਟੀ ਵਾਸਤੇ ਫਿਕਰ ਕਰਦੀ ਹੈ, ਮੈਂ ਜੀਵਾਂ ਮੇਰਾ ਪਰਿਵਾਰ, ਬਾਕੀ ਦੁਨੀਆ ਜਾਵੇ ਖਸਮਣੋ ਖਾਂ। ਹਾਂਜੀ, ਧੰਨ ਨੇ ਇਹੋ ਜਿਹੀਆਂ ਰੂਹਾਂ ਜਿਹੜੀ ਕਿਰਤ ਕਰਕੇ ਆਪਣੇ ਦਸਵੰਦ ਵਿੱਚੋਂ ਕਈ ਲੋੜਵੰਦਾਂ ਦੇ ਰਾਸ਼ਨ ਦਾ ਸਾਧਨ ਮੁਲਤ ਇਕੱਠਾ ਕਰਦੀਆਂ ਨੇ। ਸੱਚੇ ਪਾਤਸ਼ਾਹ ਇਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਣ, ਇਹਨਾਂ ਦੇ ਪੈਰਾਂ ਸਦਕਾ ਤੁਹਾਡੀ ਰੱਬ ਰੂਪ ਸੰਗਤਾਂ ਦੇ ਦਰਸ਼ਨ ਹੋਏ ਨੇ। ਅਸੀਂ ਸਾਰੇ ਕਿਰਤੀ ਹਾਂ ਜੀ ਤੁਹਾਡੀ ਅਸੀਸ ਨਾਲ, ਅਤੇ ਜੋ ਮਾਇਆ ਝੋਲੀ 'ਚ ਪਾਉਂਦੇ ਹੋ, ਮੇਰੇ ਪਿਤਾ ਸਮਾਨ ਮਹਾਂਪੁਰਸ਼ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ, ਉਹਨਾਂ ਦੀ ਅਸੀਸਾਂ ਸਦਕਾ ਜਿੱਥੇ ਭਲਾਈ ਦੇ ਹੋਰ ਕਾਰਜ ਚੱਲ ਰਹੇ ਨੇ, ਉੱਥੇ ਇੱਕ ਵੱਡੀ ਸੇਵਾ ਮਹਾਂਪੁਰਖਾਂ ਨੇ ਪਿਛਲੇ ਸਾਲ ਝੋਲੀ 'ਚ ਪਾਈ। ਪ੍ਰੀਤਮ ਭਾਈ ਨੂੰ ਪਤਾ ਹੈ ਦਿੱਲੀ ਜਮੁਨਾ ਪਾਰ ਬਾਬਾ ਦੀਪ ਸਿੰਘ ਦੇ ਨਾਂ ਦਾ ਸਥਾਨ ਹੈ ਜੀ, ਬੜਾ ਪੁਰਾਣਾ। ਇੱਕ ਵਾਰੀ ਪਿਆਰ ਨਾਲ ਆਓ ਬਾਬਾ ਜੀ ਦਾ ਧੰਨ, ਬਾਬਾ ਦੀਪ ਸਿੰਘ ਜੀ ਸਾਰਿਆਂ ਦੀ ਝੋਲੀ ਪੜਦੇ ਆ, ਅਵਗੁਣ ਤੱਕਦੇ ਹੀ ਨਹੀਂ, ਕੋਈ ਆਏ ਸਹੀ ਸ਼ਰਧਾ ਨਾਲ, ਆਖੋ ਸਤਨਾਮ ਵਾਹਿਗੁਰੂ। ਉਹ ਫਿਰ ਕਰੀਬਨ 70 ਸਾਲ ਪੁਰਾਣੀ ਬਿਲਡਿੰਗ ਸੀ ਜੀ, ਇੱਕ ਕਮਰਾ ਬਣਿਆ, ਦੂਜਾ ਬਣਿਆ, ਐਵੇਂ ਟੁਕੜੇ ਟੁਕੜੇ ਬਣੀ ਸੀ, ਅਤੇ ਉਹਨੂੰ ਸਾਰੇ ਉਹਦੇ ਲੈਂਟਰ ਪਾਟ ਗਏ ਸੀ। ਉਹ ਫਿਰ ਪਿਛਲੇ ਸਾਲ ਤੁਹਾਡੀ ਸੰਗਤ ਦੀ ਕਿਰਪਾ ਨਾਲ ਉਸ ਸਥਾਨ ਦੀ ਕਾਰ ਸੇਵਾ ਮਹਾਂਪੁਰਸ਼ਾਂ ਨੇ ਝੋਲੀ 'ਚ ਪਾਈ, ਅਤੇ ਤੁਹਾਡੇ ਕਿਨਕੇ 'ਚ ਉਹ ਸਥਾਨ ਬਣ ਰਿਹਾ। ਉੱਥੇ ਇਕੱਲਾ ਗੁਰਦੁਆਰਾ ਨਹੀਂ ਬਣਨਾ ਜੀ, ਉੱਥੇ ਸੈਕਿੰਡ ਫਲੋਰ 'ਤੇ ਹੌਲੀ ਹੌਲੀ ਡਿਸਪੈਂਸਰੀ ਵੀ ਬਣਨੀ ਹੈ, ਸ਼ੋਰਟ ਟਰਮ ਕੋਰਸਿਸ ਇੰਟਰੋਡਿਊਸ ਕਰਾਉਣਾ, ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਵੀ ਬਣਨਾ, ਜਿੱਥੇ 2 ਮਹੀਨੇ ਦਾ ਕੋਰਸ ਬੱਚਾ ਕਰੇ ਅਤੇ ਆਪਣੀ ਰੋਟੀ ਕਮਾਉਣ ਯੋਗਾ ਬਣ ਜਾਏ। ਫੋਟੋਗ੍ਰਾਫੀ ਦੇ ਕੋਰਸ, ਲੈਂਗੁਏਜ ਦੇ ਕੋਰਸ, ਅਕਾਊਂਟੈਂਸੀ, ਇਸ ਤਰ੍ਹਾਂ ਦੀ ਚੀਜ਼ਾਂ ਉੱਥੇ ਬਣਨੀਆਂ। ਅਤੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਸਾਡੀ ਅਰਦਾਸ ਕਰਿਓ, ਸਾਡੀ ਕਿਰਤ ਵਿੱਚ ਬਾਬਾ ਨਾਨਕ ਬਰਕਤ ਪਾਵੇ, ਇਹ ਸਾਰੀ ਮਾਇਆ ਤੁਹਾਡੀ ਉਹਨਾਂ ਕਾਰਜਾਂ 'ਚ ਲੱਗੇ, ਅਤੇ ਜਿੰਨੀ ਸੰਗਤ ਬੈਠੀ ਹੈ ਥੋੜ੍ਹੇ 'ਚੋਂ ਥੋੜ੍ਹਾ, ਬਹੁਤੇ 'ਚੋਂ ਬਹੁਤਾ,
ਬਾਬਾ ਜੀ ਦੀ ਖੁਸ਼ੀ ਲੈਣ ਵਾਸਤੇ ਤੁਸੀਂ ਵੀ ਉਸ ਕਾਰ ਸੇਵਾ ਦੇ ਕਾਰਜ ਜ਼ਰੂਰ ਹਿੱਸਾ ਲੈਣਾ। ਇਹ ਕਾਲੀ ਤੁਹਾਡੇ ਸੋਨੀਪਤ ਦੇ ਹੀ ਹੈਗੇ ਨੇ, ਮੈਨੂੰ ਉਹਨਾਂ ਦਾ ਨਾਂ ਨਹੀਂ ਪਤਾ, ਪ੍ਰੀਤਮ ਜੀ ਨੂੰ ਪਤਾ। ਜਿਹੜੀ ਉੱਥੇ ਬਿਜਲੀ ਦੀ ਤਾਰ ਲੱਗਣੀ ਹੈ ਨਾ, ਹੁਣ ਪਲਸਤਰ ਹੋ ਗਏ ਨੇ, ਤੁਹਾਨੂੰ ਬਿਜਲੀ ਦਾ ਕੰਮ ਸ਼ੁਰੂ ਹੋਣਾ। ਮੈਂ ਪ੍ਰੀਤਮ ਜੀ ਨੂੰ ਸੰਪਰਕ ਕੀਤਾ, ਇਹਨਾਂ ਦਾ ਬਿਜਲੀ ਦਾ ਕੰਮ ਹੈ, ਬਈ ਰੇਟ ਘੱਟ ਮਿਲ ਜਾਏ, ਕਿਉਂਕਿ ਸਾਨੂੰ ਮਹਾਂਪੁਰਸ਼ਾਂ ਨੇ ਸਿਖਾਇਆ ਹੈ ਕਿ ਸੰਗਤ ਦਾ ਇੱਕ ਇੱਕ ਰੁਪਇਆ ਬਹੁਤ ਕੀਮਤੀ ਹੈ। ਇੱਕ ਰੁਪਏ 'ਚੋਂ ਡੇਢ ਰੁਪਏ ਦਾ ਕੰਮ ਲਿਆ ਕਰੋ, ਫਿਰ ਕੋਸ਼ਿਸ਼ ਹੁੰਦੀ ਜਿੱਥੋਂ ਜੋ ਚੀਜ਼ ਬਚ ਜਾਏ। ਅਤੇ ਉਹ ਕੱਲ੍ਹ ਜਦੋਂ ਤਾਰ ਦਾ ਐਸਟੀਮੇਟ ਲਿਆ ਨਾ, ਜਿਹੜੀ ਤਾਰ ਪੈਣੀ ਹੈ, ਲਾਈਟਾਂ ਵੱਖਰੀਆਂ, ਸਵਿੱਚ ਵੱਖਰੇ, ਜਿਹੜੀ ਤਾਰ ਹੀ ਲੱਗਣੀ ਹੈ ਨਾ, ਉਹ 2.5 ਲੱਖ ਰੁਪਏ ਦੀ ਤਾਰ ਹੀ ਤਾਰ ਆਉਣੀ ਆ। ਆਖੋ ਸਤਨਾਮ ਵਾਹਿਗੁਰੂ। ਅਤੇ ਉਹ ਫਿਰ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਸੰਗਤ ਮਾਂ ਬਾਪ ਏ, ਸੰਗਤ ਕਾਮ ਧੇਨ ਹੈ, ਤੁਹਾਡੀ ਬਰਕਤ ਨਾਲ ਹੀ ਉਹ ਸਥਾਨ ਬਣ ਰਿਹਾ ਬਾਬਾ ਜੀ ਦਾ। ਅਤੇ ਸਾਰੇ ਜ਼ਰੂਰ ਹਾਜ਼ਰੀ ਲਾਇਓ, ਆਓ ਜੀ ਹੁਣ ਅਨੰਦ ਸਾਹਿਬ ਦਾ ਪਾਠ, ਫਿਰ ਸਮਾਪਤੀ। ਅਨੰਦ ਸਾਹਿਬ ਤੋਂ ਬਾਅਦ ਸਾਨੂੰ ਆਗਿਆ ਦੇ ਦੇਣੀ, ਅਤੇ ਤੁਸੀਂ ਜਿਹੜੀ ਯਾਤਰਾ ਵਾਲੀ ਸੰਗਤ ਤੋਂ ਸ਼ੁਕਰਾਨਾ ਸਮਾਗਮ ਤਾਂ ਪੂਰੀ ਹਾਜ਼ਰੀ ਲੱਗੇਗੀ ਜੇ ਅਰਦਾਸ ਹੁਕਮਨਾਮਾ ਸੁਣ ਕੇ ਜਾਓਗੇ। ਅਤੇ ਕਿਸੇ ਨੇ ਵੀ ਅਰਦਾਸ ਹੁਕਮਨਾਮੇ ਤੋਂ ਪਹਿਲੇ ਨਹੀਂ ਜਾਣਾ। ਅਸੀਂ ਸਵੇਰੇ ਫਿਰ ਕੰਮ 'ਤੇ ਜਾਣਾ ਦਿੱਲੀ, ਤਾਂ ਕਰਕੇ ਆਗਿਆ ਲੈ ਰਹੇ ਹਾਂ, ਨਹੀਂ ਤਾਂ ਦਿਲ ਸਾਡਾ ਵੀ ਉਹੀ ਹੁੰਦਾ ਕਿ ਅਰਦਾਸ ਤੋਂ ਬਾਅਦ ਜਾਈਏ। ਪਰ ਤੁਹਾਨੂੰ ਬੇਨਤੀ ਹੈ, ਇਹ ਹੁਕਮ ਨਹੀਂ, ਨਿਮਰਤਾ ਨਾਲ ਬੇਨਤੀ ਹੈ ਕਿ ਕੋਈ ਵੀ ਅਰਦਾਸ ਤੋਂ ਪਹਿਲੇ ਨਾ ਜਾਵੇ। ਆਓ ਜੀ ਹੁਣ ਅਨੰਦ ਸਾਹਿਬ ਦਾ ਪਾਠ ਸ਼ੁਰੂ ਅਸੀਂ ਕਰਾਂਗੇ, ਗਾਣਾ ਤੁਸੀਂ ਹੈ ਜੀ ਬਿਨਾਂ ਸਾਜਾ ਦੇ। ਆਖੋ ਸਤਨਾਮ। ਤੁਹਾਡੇ ਸਦਕੇ ਕਰ ਕੀਰਤਨ ਹੋਏ ਉਦਾਰ, ਸਾਡਾ ਭਲਾ ਕਰਿਓ। ਸਾਰੀ ਸੰਗਤ ਗੂੰਜਵੀ ਆਵਾਜ਼, ਰਾਮ ਕਲੀ ਮਹੱਲਾ ਤੀਜਾ, ਨਾਂਦੇ ਕੌਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਂ ਏ। ਗੱਜ ਕੇ ਸਭ ਤੋਂ ਤਗਾ ਸਾਰੀ ਸੰਗਤ, ਵਾਹ ਵਾਹ, ਜੋਰ ਲਾਓ। ਹਰਨਾਲ ਰੋ ਤੂੰ ਮਨ ਮੇਰੇ, ਸਭਨਾ ਗੱਲਾਂ ਸਦਾਰੋ ਹਰਨਾਲੇ ਸਾਚੇ। ਇਹਦੇ ਤੇ ਖੁਸ਼ੀ ਹੈ ਗੁਰੂ ਨਾਨਕ ਦੀ, ਵਾਹ ਵਾਹ। ਸੱਚ ਨਾਮ ਆਧਾਰ ਮੇਰਾ ਦਿਲ ਭੁੱਖਾ ਸਭ ਗਵਾਇਆ, ਸੁਖ ਮਨ ਆਏ ਰੱਖਿਆ ਦਿਲ ਇੱਛਾ ਸਭ ਪੁਜਾਇਆ, ਕੁਰਬਾਨ ਇਹੀਓ ਸੱਚਖੰਡ ਹੈ। ਸ਼ਬਦ ਧਰੋ ਪਿਆਰਾ ਪੰਜ ਸ਼ਬਦ ਤੇ ਘਰ ਸਵਾਗੇ, ਸ਼ਬਦ ਵਾਜੇ ਕੱਲਾ ਜਿਤ ਕਰ ਤੇ ਪੁਣੀਨ ਕੇ
ਸਿੱਖੇ ਤੇ ਪਵਿੱਤ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾ ਗੱਜ ਕੇ ਕਹਿ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਇੱਕ ਮੈਂ ਭੁੱਲ ਗਿਆ, ਇਹ ਜਵਾਨ ਤੁਹਾਡੇ ਸੋਨੀਪਤ ਦਾ ਭਾਈ ਮਨਪ੍ਰੀਤ ਸਿੰਘ, ਇਹਦਾ ਵੀ ਸ਼ੁਕਰਾਨਾ। ਜਿੱਥੇ ਸੇਵਾ ਵਾਸਤੇ ਯਾਦ ਕਰੀਏ, ਦਿੱਲੀ ਫਰੀਦਾਬਾਦ, ਬਾਬਾ ਜੀ ਨੇ ਮੇਰੇ ਨਾਲ ਨਿਸ਼ਕਾਮਤਾ ਨਾਲ ਸੇਵਾ 'ਚ ਪਹੁੰਚਦਾ, ਇਹਦੀ ਵੀ ਅਰਦਾਸ ਕਰਿਓ ਸਤਿਗੁਰੂ ਚੜ੍ਹਦੀ ਕਲਾ ਬਖਸ਼ਣ। ਇੱਕ ਵਾਰੀ ਫਿਰ ਮਾਂ ਬਾਪ ਬਣ ਕੇ ਅਸੀਸ ਦੇ ਦਿਓ ਵਾਹਿਗੁਰੂ ਜੀ ਕਾ ਵਾਹਿਗੁਰੂ ਠਾਕੁਰ ਤੁਮ ਤੁਮਰੀ ਗਤ ਮਿਤ ਨਾਨਕ ਦਾਸ ਸਦਾ ਕੁਰਬਾਣੀ ਤੁਧ ਆਗੇ ਅਰਦਾਸ ਪਿੰਡ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ਦੁਇ ਕਰ ਜੋੜ ਕਰੂੰ ਅਰਦਾਸ ਤੁਧ ਭਾਵੈ ਤਾਣ ਹਿਰਾਸ ਅਰਦਾਸ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰੂ ਤੇ ਅਮਰਦਾਸ ਰਾਮਦਾਸ ਸਹਾਏ ਹਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ
ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀਐ ਕਰਨੋ ਨਦਾਵੈ ਤਾਏ, ਸਭ ਥਾਈਂ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਹਾਏ, ਦਸਾ ਪਾਤਸ਼ਾਹੀਆਂ ਕੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਦਰਕੇ ਬੱਲਾ ਜੀ। ਪੰਜਾਬ ਪਿਆਰਿਆਂ ਚੋਂ ਸਭ ਜਦੇ ਚਾਲੀ ਮੁਕਤਿਆਂ ਹੱਠਿਆਂ ਜਪਿਆਂ ਤਪਿਆਂ, ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਹਾਈ, ਦੇਖ ਕੇ ਅੰਡਟ ਕੀਤਾ ਤਨਾ ਪਿਆਰੀਆਂ ਸਚਿਆਰੀਆਂ ਦੀ ਕਮਾਈ ਦਾ ਧਿਆਨ ਦਰਕੇ ਬੱਲਾ ਜੀ। ਜਨਾ ਸਿੰਘਾ ਸਿੰਘਣ ਤਰੰਭੀ ਸ਼ੀਸ਼ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ, ਤਨਾਰੀਆਂ ਨਾਲ ਚਿਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕਿੱਸਾ ਸੁਵਾਸਾ ਨਾਲ ਨਿਭਾਈ, ਤਨਾ ਦੀ ਕਮਾਈ ਦਾ ਧਿਆਨ ਦਰਕੇ ਬੱਲਾ ਜੀ। ਪੰਜਾਬ ਤਖਤਾਂ ਸਰਬਤ ਗੁਰਦੁਆਰਿਓ ਕਾ ਧਿਆਨ ਦਰਕੇ ਬੱਲਾ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬਤ ਖਾਲਸਾ ਜਿਨੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਨਾਮ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਹਿਤ, ਦੇਗ ਤੇਗ ਫਤਿਹ ਬ੍ਰਿਤ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੁੱਲ ਬਾਲੇ ਬੱਲਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਚੰਡੇ ਪੁੰਗੇ, ਜੁਗੋ ਜੁਗ ਟਲ ਧਰਮਕਾ ਜੇਕਾਰ ਬੱਲਾ ਜੀ। ਸਿੱਖਾਂ ਦਾ ਮਨ ਨੀ ਵਾਹ, ਮਤ ਉੱਚੀ ਮਤ ਪਤ ਦਾ ਰਾਖਾ, ਆਪ ਵਾਹਿਗੁਰੂ ਹੇ ਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਨਾਹ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਗੁਰੂ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਜੁਗੋ ਜੁਗ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਣਾ ਕਮਲਾ ਵਿਖੇ ਅਰਦਾਸ ਬੇਨਤੀ ਹੈ। ਗਰੀਬ ਨਿਵਾਜ ਸਤਿਗੁਰ ਜੀ, ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਆਪ ਜੀ ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ, ਹਜ਼ੂਰ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਜੀ ਦਾ ਸ਼ੁਕਰਾਨਾ ਕਰਦੀਆਂ, ਸਤਿਗੁਰ ਜੀ ਆਪ ਜੀ ਨੇ ਅਪਾਰ ਕਿਰਪਾ ਕੀਤੀ ਹੈ, ਸੋਨੇ ਪੱਦੀਆਂ ਸੰਗਤਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖੇ ਹਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਓ,
ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਚਰਨ ਛੋਹ ਪ੍ਰਾਪਤ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਯਾਤਰਾ ਆਪ ਜੀ ਦੀ ਅਪਾਰ ਰਹਿਮਤ ਸਦਕਾ ਸੰਪੂਰਨ ਹੋਈ। ਸਤਿਗੁਰੂ ਜੀ ਸੋਨੇ ਬੰਦੀਆਂ ਸੰਗਤਾਂ ਪ੍ਰਬੰਧਕ ਸੱਜਣ ਸਤਿਗੁਰੂ ਜੀਓ ਗੁਰਦੁਆਰਾ ਸਾਹਿਬ ਹੇਮਨਗਰ ਵਿਖੇ ਸਤਿਗੁਰ ਪਿਤਾ ਜੀਓ ਆਪ ਜੀ ਦੀ ਅਪਾਰ ਰਹਿਮਤ ਸਦਕਾ ਸ਼ੁਕਰਾਨਾ ਦੀਵਾਨ ਸਤਿਗੁਰ ਜੀ ਸਜਾਏ ਗਏ ਨੇ। ਆਪ ਜੀ ਦਾ ਸ਼ੁਕਰਾਨਾ ਕਰਦੀਆਂ ਸਭ ਦੇ ਚੌਂਕੀ ਦੀਵਾਨ ਹੋਏ ਸਤਿਗੁਰ ਜੀ ਆਰਤਾ ਸਾਹਿਬ ਹੋਇਆ ਗੁਰਮਤ ਵਿਚਾਰਾਂ ਹੋਈਆਂ ਨਾਮ ਸਿਮਰਨ ਛੀ ਪੌੜੀਆਂ ਆਨੰਦ ਸਾਹਿਬ ਦੇ ਜਾਪ ਹੋਏ ਨੇ ਦਾਤਾਰ ਜੀ ਗੁਰਬਾਣੀ ਦੇ ਜਾਪ ਕਰਦੀਆਂ ਹੋਈਆਂ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਦੀਆਂ ਸਤਿਗੁਰ ਜੀਓ ਅਤੇ ਜਿਨ੍ਹਾਂ ਸੰਗਤਾਂ ਨੇ ਸਤਿਗੁਰ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਦੇ ਸਤਿਗੁਰ ਜੀਓ ਦਰਸ਼ਨ ਕੀਤੇ ਹਨ ਦਰਸ਼ਨ ਕਰਦੀਆਂ ਹੋਈਆਂ ਸਤਿਗੁਰ ਜੀਓ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਗਈਆਂ ਹੋਣੀਆਂ ਸਤਿਗੁਰ ਜੀਓ ਭੁੱਲਾਂ ਚੁੱਕਾਂ ਗਲਤੀਆਂ ਨਾ ਚਿਤਾਰਨਾ ਸਤਿਗੁਰ ਜੀਓ ਭੁੱਲਾਂ ਚੁੱਕਾਂ ਦੀ ਖਿਮਾ ਕਰਨਾ ਜੀ ਅਗਾਂਹ ਵਾਸਤੇ ਸਤਿਗੁਰ ਜੀਓ ਆਪ ਜੀ ਅੰਗ ਸੰਗ ਸਾਈ ਹੋ ਕੇ ਸੁਮਤ ਸੋਜੀ ਬਖਸ਼ਿਸ਼ ਕਰਨਾ ਜੀ ਸੁਧ ਗੁਰਬਾਣੀ ਦੇ ਜਾਪ ਕਰਨ ਦੀ ਸੁਮਤ ਕੀਰਤਨ ਦੀ ਜਾਚ ਬਖਸ਼ਣਾ ਇਸੇ ਤਰ੍ਹਾਂ ਆਪਣੀਆਂ ਸੰਗਤਾਂ ਨੂੰ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਜੀ ਦਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਅਰਦਾਸਾਂ ਦਰ ਪ੍ਰਵਾਨ ਕਰਨਾ ਜੀ ਚੱਲਿਆ ਹੋਇਆ ਕਦਮ ਕਦਮ ਲੇਖੇ ਲਾਉਣਾ ਸਤਸੰਗ ਦੀਆਂ ਘੜੀਆਂ ਲੇਖੇ ਲਾਉਣੀਆਂ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਦੀ ਯਾਤਰਾ ਸੰਗਤਾਂ ਨੇ ਕੀਤੀ ਹੈ ਸਤਿਗੁਰ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਤਿਗੁਰ ਯਾਤਰਾ ਦੇ ਵਿੱਚ ਹਾਜ਼ਰੀ ਭਰੀ ਹੈ ਸਭਨਾ ਦੇ ਨਾਮ ਆਪ ਜੀ ਜਾਣਦੇ ਹੋ ਸਭਨਾ ਦੀਆਂ ਘਲ ਸੇਵਾ ਥਾਈ ਪਾਉਣੀ ਦਾਤਾਰ ਜੀ ਆਪ ਸਾਈ ਹੋਣਾ ਸੰਗਤਾਂ ਦੇ ਸਿਰ 'ਤੇ ਮਿਹਰ ਬਰੇ ਹੱਥ ਰੱਖਣੇ ਸਭਨਾ ਦੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਅਰਦਾਸ ਹੈ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਧ ਅੱਗੇ ਅਰਦਾਸ ਮੈਂ ਹੋਰ ਥਾਂ ਨਹੀਂ ਜਿਸ ਪੈ ਕਰੋਂ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਸਤਿਗੁਰੂ ਜੀ ਇਸੇ ਤਰ੍ਹਾਂ ਸੰਗਤਾਂ ਨੂੰ ਦਾਤਾਰ ਜੀ ਅਗਾਂਹ ਵਾਸਤੇ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨ ਦੀ ਸੁਮਤ ਸੋਜੀ ਬਖਸ਼ਿਸ਼ ਕਰਨਾ ਸਮੂਹ ਪ੍ਰਬੰਧਕ ਸੱਜਣਾਂ ਦੇ ਸਿਰ 'ਤੇ ਮਿਹਰ ਬਰੇ ਹੱਥ ਰੱਖਣੇ ਸਮੂਹ ਪ੍ਰਬੰਧਕਾਂ ਦੇ ਸੰਗਤਾਂ ਦੇ ਨਾਮ ਆਪ ਜੀ ਜਾਣਦੇ ਹੋ ਸਤਿਗੁਰ ਜੀ ਸਭਨਾਂ ਦੀ ਘਾਲ ਸੇਵਾ ਥਾਈਂ ਪਾਉਣੀ ਸਰੀਰਕ ਦੁਖੜੇ ਦੂਰ ਕਰਨੇ ਜੀ ਰਹਿਮਤਾਂ ਬਣਾਏ ਰੱਖਣਾ ਦਾਤਾਰ ਕਿਰਪਾ ਕਰਨਾ ਤੱਤੀ ਵਾਉ ਨਾ ਲੱਗੀ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੇ ਰਾਮ ਕਾਰ ਦੁੱਖ ਲਗੈ ਨਾ ਭਾਈ ਸਰੀਰਕ ਦੁਖੜੇ ਦੂਰ ਕਰ ਆਪਣੇ ਨਾਮ ਦੀ ਦਾਤ ਚਰਨਾਂ ਦਾ ਭਰੋਸਾ ਬਾਣੀ 'ਤੇ ਵਿਸ਼ਵਾਸ ਬਖਸ਼ਿਸ਼ ਕਰਨਾ ਦਾਤਾਰ ਜੀਓ ਆਪਣੀ ਕਿਰਪਾ ਬਖਸ਼ਿਸ਼ਾਂ ਬਣਾਏ ਰੱਖਣਾ ਜੀ ਦਾਤਾਰ ਜੀ ਆਜ ਦੇ ਸਮਾਗਮ ਦੇ ਵਿੱਚ ਸਤਿਗੁਰੂ ਜੀ ਲੰਗਰ ਪ੍ਰਸ਼ਾਦ ਦੀ ਸੇਵਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਸਤਿਗੁਰੂ ਜੀ ਰਸਦਾਂ ਹਾਜ਼ਰ ਹੋਈਆਂ ਤਿਨ੍ਹਾਂ ਸਾਰੀਆਂ ਸੰਗਤਾਂ ਦੇ ਨਾਮ ਆਪ ਜੀ ਜਾਣਦੇ ਹੋ ਬੇਅੰਤ ਸੰਗਤਾਂ ਅੰਮ੍ਰਿਤ ਵੇਲੇ ਤੋਂ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਨੇ ਸਤਿਗੁਰੂ ਜੀ ਸਭਨਾਂ ਦੀਆਂ ਘਲ ਸੇਵਾ ਥਾਈਂ ਪਾਉਣੀ ਸਗਲੇ ਦੁੱਖਾਂ ਪਾਪਾਂ ਕਲੇਸ਼ਾਂ ਵਿਘਨਾਂ ਦੇ ਨਾਸ ਕਰਨੇ ਜੀ ਦਾਤਾਰ ਜੀਓ ਵਿਕਾਰਾਂ ਤੋਂ ਬਚਾ ਕੇ ਚਰਨਾਂ ਦੇ ਨਾਲ ਜੋੜਨਾ ਆਪ ਜੀ ਦੇ ਚਰਨਾਂ ਵਿੱਚ ਸਤਿਗੁਰ ਕੜਾਹ ਪ੍ਰਸ਼ਾਦ ਦੀ ਦੇਗ ਸੰਗਤਾਂ ਵੱਲੋਂ ਸਜਾ ਹਾਜ਼ਰ ਹੈ
ਪ੍ਰਵਾਨ ਕਰੋ ਜੀ, ਪ੍ਰਵਾਨ ਹੋਏ ਪ੍ਰਸਾਦ ਜੋ ਜੀ ਸਕੇ। ਸੁਭਾਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਨਾਮ ਜਪੇ ਸਤਿਗੁਰੂ ਜੀਓ। ਆਪ ਜੀ ਦੀਆਂ ਸਮੂਹ ਸੰਗਤਾਂ ਵੱਲੋਂ, ਪ੍ਰਬੰਧਕ ਸੱਜਣਾਂ ਵੱਲੋਂ ਕੋਟ ਕੋਟ ਸ਼ੁਕਰਾਨਾ ਹੈ ਦਤਾਰ ਜੀ। ਆਪ ਜੀ ਨੇ ਸਮੁੱਚੀ ਸੇਵਾ ਅੰਗ ਸੰਗ ਸਹੀ ਹੋ ਕੇ ਲਈ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਆਪਣੀ ਸੇਵਾ ਆਪ ਅੰਗ ਸੰਗ ਸਹੀ ਹੋ ਕੇ ਸੰਗਤਾਂ ਤੋਂ, ਪ੍ਰਬੰਧਕ ਸੱਜਣਾਂ ਤੋਂ ਲੈਣਾ ਦਤਾਰ ਜੀ। ਕਿਰਪਾ ਕਰੋ, ਇਸ ਵੇਲੇ ਪਾਵਨ ਹੁਕਮ ਦੀ ਦਾਤ ਬਖਸ਼ੋ ਜੀ, ਸਰਬੱਤ ਨੂੰ ਨਿਹਾਲ ਕਰੋ ਅਤੇ ਆਪਣੇ ਸੁਖਾਸਨ ਦੀ ਆਗਿਆ ਬਖਸ਼ੋ ਜੀ। ਸਹੀ ਪਿਆਰੇ ਮਿਲੋ, ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਹੀ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਭੈ, ਸਭ ਸਿਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਲਹਿੰਗੇ, ਖੁਆਰ ਹੋਏ ਸਭ ਮਲਹਿੰਗੇ। ਬੋਲੇ ਸੋਨਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਦਇਆ ਮਿਆ ਕਰੇ ਪ੍ਰਾਣ ਪਤ ਮੋਰੇ, ਮੋਹਿਨਾਥ ਸਰਣ ਪ੍ਰਭ ਤੋਰੀ। ਅੰਧਕੂਪ ਮੈਂ ਹੱਥ ਦੇ ਰੱਖੋ, ਕਛੂ ਸਿਆਣਪ ਉਕਤ ਨਾ ਮੋਰੀ। ਕਰਮ ਮਿਲੇ ਆਖਣ ਤੇਰਾ ਨਾਉ, ਜਿਤ ਲਗ ਤਰਨਾ ਹੋਰ ਨਹੀਂ ਥਾਉ। ਜੇ ਕੋ ਡੁੱਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾਤਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾ ਸ੍ਰੀ ਮਹਲਾ ਚੌਥਾ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸਾਹਾ।
ਅਵਰ ਕਿਆ ਜਾਣੇ ਕੋਈ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੇ ਕੋਈ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਏ ਸਾਹਾ ਦੂਜਾ ਨਹੀਂ ਕੋਈ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੈ ਤੇ ਆਵੇਂ ਦਿਨ ਰਾਤ ਸਭ ਤੁਝ ਹੀ ਥਾਂ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰੈ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾਹੀਂ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵੇ ਮੇਰੇ ਸਾਹਾ ਜਿਉਂ ਭਾਵੇ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵੇ ਮੇਰੇ ਸਾਹਾ ਜਿਉਂ ਭਾਵੇ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸਿੰਘ ਜੀਓ ਫਤਿਹ ਵਿੱਚ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸਿੰਘ ਜੀ ਆਪ ਸਭ ਸੰਗਤਾਂ ਸ਼ੁਕਰਾਣਾ ਸਮਾਗਮ ਵਿੱਚ ਹਾਜ਼ਰ ਬਣਨ ਵਾਸਤੇ ਪੁੱਜੇ ਹੋ ਗੋਧੀਆਂ ਸੰਗਤਾਂ ਹਰ ਕੋਨੇ ਕੋਨੇ ਤੋਂ ਸੋਨੀਪਤ ਸ਼ਹਿਰ ਤੋਂ ਬਾਹਰੋਂ ਇੱਥੇ ਪੁੱਜੀਆਂ ਹਨ ਜਿਨ੍ਹਾਂ ਰਾਵਾਂ ਤੋਂ ਗੋਧੀਆਂ ਸੰਗਤਾਂ ਚੱਲ ਕੇ ਆਈਆਂ ਹਨ ਆਪ ਜੀ ਦਾ ਰੱਖਿਆ ਹੋਇਆ ਕਿ ਕਦਮ ਸਾਡੇ ਸਿਰ ਮੱਥੇ 'ਤੇ ਸਭ ਨੂੰ ਸਾਧ ਸਿੰਘ ਜੀ ਅਸੀਂ ਜੀਆਂ ਨੂੰ ਕਹਿੰਦੇ ਹਾਂ ਸਾਧ ਸਿੰਘ ਜੀ ਇਹ ਇੱਕ ਦੋ ਜੋ ਸੁਭਾਅ ਦੇਣੇ ਹਨ ਸਨਮਾਨ ਕਰਨਾ ਹੈ ਸਭ ਤੋਂ ਪਹਿਲੇ ਦਾਸ ਬੇਨਤੀ ਕਰੇ ਸਰਦਾਰ ਚਰਨਜੀਤ ਸਿੰਘ ਜੀ ਚੇਅਰਮੈਨ ਹਨ ਗੁਰੂ ਤੇਗ ਬਹਾਦਰ ਸੇਵਾ ਦਲ ਦੀ ਉਹ ਆ ਜਾਣ ਅਤੇ ਗੁਰੂ ਘਰ ਦਾ ਸੁਭਾਅ ਲੈਣ ਦੀ ਕਿਰਪਾਲਤਾ ਕਰਨ ਸਾਡੇ ਪ੍ਰਧਾਨ ਸਾਹਿਬ ਸ਼੍ਰੀ ਰਾਮ ਜੀ ਲਾਲ ਸਪੜਾ ਉਹਨਾਂ ਨੂੰ ਬੇਨਤੀ ਹੈ ਸੁਭਾਅ ਦੇਣ ਦੀ ਕਿਰਪਾਲਤਾ ਕਰਨ ਸਰਦਾਰ ਚਰਨਜੀਤ ਸਿੰਘ ਜੀ ਚੇਅਰਮੈਨ ਗੁਰੂ ਤੇਗ ਬਹਾਦਰ ਸੇਵਾ ਦਲ ਬੋਲੇ ਸੋ ਨਿਹਾਲ ਸਾਧ ਸਿੰਘ ਜੀ ਜੋ ਯਾਤਰਾ ਵਿੱਚ 136 ਸੰਗਤਾਂ ਗਈਆਂ ਸਨ ਏਕਾਕਾ ਨੂਰ ਜੋ ਸਭ ਤੋਂ ਛੋਟੀ ਉਮਰ ਦਾ ਬੱਚਾ ਉਹਦੇ ਵਾਸਤੇ ਉਹਨੂੰ ਬੇਨਤੀ ਉਹ ਆ ਜਾਏ ਅਤੇ ਸਾਡੇ ਪ੍ਰਧਾਨ ਸਾਹਿਬ ਸ਼੍ਰੀ ਰਾਮ ਜੀ ਲਾਲ ਸਪੜਾ ਉਸ ਬੱਚੇ ਨੂੰ ਗੁਰੂ ਘਰ ਦਾ ਸੁਭਾਅ ਦੇਣਗੇ ਜੋ ਕਰਤਾਰਪੁਰ ਸਾਹਿਬ ਦੀ ਯਾਤਰਾ 'ਤੇ ਗਿਆ ਬੱਚਾ ਸਾਈ ਸੰਗਤ ਦੀ ਸਭ ਤੋਂ ਛੋਟੀ ਉਮਰ ਦਾ
ਬੋਲੇ ਸੋ ਨਿਹਾਲ। ਸਤਸੰਗ ਜੀ, ਹੁਣ ਦਾਸ ਬੇਨਤੀ ਕਰੇਗਾ ਸਾਡੇ ਵੀਰ ਰਮੇਸ਼ ਜੀ ਅਰੋੜਾ, ਜਿਨ੍ਹਾਂ ਨੇ ਸਾਰਾ ਉਪਰਾਲਾ ਕੀਤਾ, ਉਹ ਆ ਜਾਣ ਅਤੇ ਗੁਰੂ ਘਰ ਦਾ ਸਪਾਓ ਲੈ ਲੈਣ। ਸਾਡੇ ਸਤਿਕਾਰਯੋਗ ਸ਼੍ਰੀ ਪ੍ਰੇਮ ਜੀ ਨਾਲ ਆ ਕੇ ਸਵੀਟਸ ਵਾਲੇ ਉਹ ਆ ਜਾਣ ਅਤੇ ਰਮੇਸ਼ ਅਰੋੜਾ ਜੀ ਨੂੰ ਗੁਰੂ ਘਰ ਵੱਲੋਂ ਸਪਾਓ ਦੇਣ। ਸਾਡੇ ਵੀਰ ਰਮੇਸ਼ ਜੀ ਅਰੋੜਾ ਆ ਜਾਣ ਅਤੇ ਸ਼੍ਰੀ ਪ੍ਰੇਮ ਜੀ ਨਾਲ ਆ ਕੇ ਸਵੀਟਸ ਵਾਲੇ ਉਹਨਾਂ ਨੂੰ ਗੁਰੂ ਘਰ ਦਾ ਸਪਾਓ ਦੇਣਗੇ। ਵੀਰ ਰਮੇਸ਼ ਜੀ ਅਰੋੜਾ ਦਾਸ ਕੋਲ ਪੁੱਜਣ ਦੀ ਕਿਰਪਾਲ ਤੱਕ। ਵੀਰ ਹਰਨਾਮ ਜੀ ਅਰੋੜਾ ਵੀ ਸਟੇਜ ਕੋਲ ਪੁੱਜਣ ਦੇ ਕਿਰਪਾਲਤਾ ਕਰਨ। ਵੀਰ ਹਰਨਾਮ ਜੀ ਅਰੋੜਾ, ਜਿਨ੍ਹਾਂ ਨੇ ਯਾਤਰਾ ਦੇ ਦੌਰਾਨ ਬੇਅੰਤ ਸੇਵਾਵਾਂ ਕੀਤੀਆਂ ਹਨ, ਉਹ ਵੀ ਆ ਜਾਣ। ਵੀਰ ਹਰਨਾਮ ਜੀ ਅਰੋੜਾ ਬੋਲੇ ਸੋ ਨਿਹਾਲ। ਸ਼੍ਰੀ ਜਵਾਹਰ ਲਾਲ ਜੀ ਤਨੇਜਾ, ਜਵਾਹਰ ਹੋਜੋਈ ਵਾਲੇ, ਉਹਨਾਂ ਨੂੰ ਬੇਨਤੀ ਹੈ ਉਹ ਆ ਜਾਣ ਅਤੇ ਸ਼੍ਰੀ ਹਰਨਾਮ ਜੀ ਅਰੋੜਾ ਨੂੰ ਇਹ ਗੁਰੂ ਘਰ ਦਾ ਸੁਭਾਅ ਦੇਣ ਦੇ ਕਿਰਪਾਲਤਾ ਕਰਨ। ਸ਼੍ਰੀ ਜਵਾਹਰ ਲਾਲ ਜੀ ਤਨੇਜਾ, ਜਵਾਹਰ ਹੋਜੋਈ ਵਾਲੇ, ਉਹ ਸਾਡੇ ਵੀ ਹਰਨਾਮ ਜੀ ਅਰੋੜਾ ਨੂੰ ਗੁਰੂ ਘਰ ਦਾ ਸੁਭਾਅ ਦੇਣਗੇ। ਬੋਲੇ ਸੋ ਨਿਹਾਲ। ਬੀਬੀ ਪੁਸ਼ਪਾ ਨਾਲੰਗ ਜੀ, ਮਿਸਿਜ ਸ਼੍ਰੀ ਪ੍ਰੇਮ ਜੀ ਨਾਲੰਗ ਆ ਕੇ ਸਵੀਟਸ ਵਾਲੇ, ਬੀਬੀ ਪੁਸ਼ਪਾ ਜੀ ਨਾਲੰਗ, ਮਿਸਿਜ ਸ਼੍ਰੀ ਪ੍ਰੇਮ ਜੀ ਨਾਲੰਗ ਆ ਕੇ ਸਵੀਟਸ ਵਾਲੇ ਉਹ ਸਟੇਜ ਕੋਲ ਪੁੱਜਣ ਦੇ ਕੇ ਪਾਲਤਾ ਕਰਨ ਅਤੇ ਬੀਬੀ ਚੰਚਲ ਨਾਲੰਗ ਜੀ ਨੂੰ ਗੁਰੂ ਘਰ ਵੱਲੋਂ ਸੁਭਾਅ ਦੇਣ ਦੇ ਕੇ ਪਾਲਤਾ ਕਰਨ। ਬੀਬੀ ਚੰਚਲ ਜੀ ਨਾਲੰਗ ਆ ਜਾਣ ਅਤੇ ਬੀਬੀ ਪੁਸ਼ਪਾ ਜੀ ਨਾਲੰਗ ਆ ਕੇ ਸਵੀਟਸ ਵਾਲੇ ਉਹਨਾਂ ਨੂੰ ਸੁਭਾਅ ਦੇਣਗੇ। ਬੋਲੇ ਸੋ ਨਿਹਾਲ। ਸਤਸੰਗ ਜੀ, ਇੱਕ ਸਿਰਫ ਦੋ ਮਿੰਟ ਵਾਸਤੇ ਸਾਡੇ ਵੀਰ ਭਵਾਨੀ ਸਿੰਘ ਜੀ ਨਾਲ ਉਹ ਸੰਗਤਾਂ ਦਾ ਧੰਨਵਾਦ ਕਰਨਗੇ। ਵੀਰ ਭਵਾਨੀ ਸਿੰਘ ਜੀ ਨਾਲ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਕੋਟਾਨ ਕੋਟਾਨ ਸ਼ੁਕਰਾਨਾ ਧੰਨਵਾਦ ਜੋ ਬਾਬਾ ਜੀ ਨੇ ਅੱਜ ਸੋਨੀਪਤ ਦੀ ਸੰਗਤ, ਕਿਉਂਕਿ ਸੰਗਤਾਂ ਦੋ ਵਾਰੀ ਗਈਆਂ ਨੇ, ਪਹਿਲੀ ਵਾਰੀ ਰਮੇਸ਼ ਜੀ ਸਾਡੇ ਨਹੀਂ ਜਾ ਸਕੇ ਕਿਉਂਕਿ ਜੋ ਘੜੀ ਬਣੀ ਸੀ ਉਹਨੂੰ ਹੀ ਅਸੀਂ ਨਮਸਕਾਰਾਂ ਕੀਤੀਆਂ, ਪਰ ਸਵਸਥ ਹੋ ਗਏ, ਫਿਰ ਉਹਨਾਂ ਨੇ ਤਿਆਰੀਆਂ ਕੀਤੀਆਂ ਅਤੇ ਸਾਰਾ ਸਹਿਯੋਗ ਗੁਰਦੁਆਰਾ ਪ੍ਰਬੰਧਕ ਕਮੇਟੀ ਹੇਮਨਗਰ ਸਾਹਿਬ ਦਾ, ਸਾਡੇ ਵੀਰ ਹੰਸ ਰਾਜ ਜੀ ਨਾਰੰਗ, ਸਾਡੇ ਗੁਰੂ ਘਰ ਦੇ ਵਜ਼ੀਰ ਸੇਵਾਦਾਰ ਅਤੇ ਇਹਨਾਂ ਦੇ ਨਾਲ ਸਾਰਾ ਸਟਾਫ ਹੰਸ ਰਾਜ ਜੀ ਦੇ ਨਾਲ, ਜਿਨ੍ਹਾਂ ਨੇ ਪੂਰਾ ਸਹਿਯੋਗ ਮੇਰੇ ਵੀਰ ਰਮੇਸ਼ ਜੀ ਨੂੰ ਦਿੱਤਾ ਔਰ ਰਮੇਸ਼ ਜੀ ਨੇ ਵੱਧ ਵੱਧ ਕੇ ਕੀਤਾ। ਮੈਂ ਉਹਨਾਂ ਰਮੇਸ਼ ਜੀ ਵੱਲੋਂ ਇੱਥੇ ਆਪ ਜੀ ਦੇ ਚਰਨਾਂ 'ਚ ਹਾਜ਼ਰ ਹੋਇਆ
ਕਿ ਅਸੀਂ ਹੰਸ ਰਾਜ ਜੀ ਨਾਰੰਗ ਦਾ ਇਹਨਾਂ ਦੇ ਨਾਲ ਜਿੰਨਾ ਸਟਾਫ ਹੈ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਇਹ ਵੀ ਹੈ ਕਿ ਇੱਥੇ ਚਾਹੇ ਬੀਬੀ ਨਾਨਕੀ ਜੀ ਅਸੀਂ ਭਲਾਈ ਕੇਂਦਰ ਦਾ ਵੀ ਪ੍ਰੋਗਰਾਮ ਹੋਏ ਪਰ ਇਹ ਸਹਿਯੋਗ ਸਾਨੂੰ ਦਿੰਦੇ ਰਹੇ ਕਿਉਂਕਿ ਜਦ ਤੱਕ ਕਮੇਟੀ ਦਾ ਸਹਿਯੋਗ ਨਹੀਂ ਬਣਿਆ ਤਦ ਤੱਕ ਇਹ ਨਹੀਂ ਹੋ ਸਕਦਾ। ਅਤੇ ਅੱਜ ਵੀ ਜਿੰਨੇ ਵੀ ਕੀਰਤਨੀ ਆਏ ਨੇ ਅਤੇ ਉਹਨਾਂ ਨੇ ਰੱਜ ਕੇ ਹੀ ਸੰਗਤਾਂ ਦਾ ਧੰਨਵਾਦ ਕੀਤਾ। ਇਸੇ ਤਰ੍ਹਾਂ ਇਸ ਘਰ 'ਚ ਜਦੋਂ ਦਾ ਇਹ ਬਣਿਆ ਤਦ ਦਾ ਇੱਥੇ ਝੂਲ 'ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਜਤੇ ਦੀਵਾਨ ਰਹੇ ਪੰਥ ਮਹਾਰਾਜ ਕੇ। ਇੱਥੇ ਚਾਹੇ ਗੁਰੂ ਤੇਗ ਬਹਾਦਰ ਸੇਵਕ ਦਲ ਹੈ, ਚਾਹੇ ਇੱਥੇ ਬੇਬੇ ਨਾਨਕੀ ਜੀ ਅਸੀਂ ਭਲਾਈ ਕੇਂਦਰ ਹੈ, ਹਿਮਨਗਰ ਸਾਹਿਬ ਹੈ ਜਿਨ੍ਹਾਂ ਦਾ ਸਕੂਲ ਵੀ ਚੱਲ ਰਿਹਾ। ਅਤੇ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂਗਾ, ਹੁਣ ਇਹ ਡਿਸਪੈਂਸਰੀ ਵੀ ਕਹਿ ਗਏ ਨੇ ਨਾਰੰਗ ਸਾਹਿਬ ਨਵੀਂ ਕਮੇਟੀ ਬਣੇ ਨਾ, ਅਤੇ ਇੱਕ ਕੋਸ਼ਿਸ਼ ਕਰਿਓ। ਦੇਖੋ ਬਾਕੀ ਸਫਲਾ ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਰਨਾ, ਡਿਸਪੈਂਸਰੀ ਇੱਥੇ ਵੀ ਬਣਾ ਜਾਓ, ਇੱਕ ਡਿਸਪੈਂਸਰੀ ਬਣਾ ਜਾਓ ਉਹਨਾਂ ਗਰੀਬਾਂ ਵਾਸਤੇ ਜਿਹਨਾਂ ਕੋਲ ਨਹੀਂ ਹੁੰਦੀ। ਉਹ ਸਾਰੀ ਜਿਸ ਤਰ੍ਹਾਂ ਗੁਰੂ ਕੋਈ ਗੋਲਕ ਹੈ ਅਤੇ ਬਾਬੇ ਨਾਨਕ ਨੇ ਹੈ ਗੋਲਕ, ਉਹਨਾਂ ਸਿੱਖਾਂ ਵਾਸਤੇ ਹੈ, ਲੋੜਵੰਦਾਂ ਵਾਸਤੇ। ਉਹ ਵੀ ਕੋਸ਼ਿਸ਼ ਕਰਿਓ, ਅਰਦਾਸ ਕਰਿਓ ਕਿ ਤੁਹਾਡੇ ਕੋਲੋਂ ਇਹ ਕਾਰਜ ਹੋ ਜਾਏ, ਅੱਗੇ ਬਾਬਾ ਨਾਨਕ ਮਾਲਕ ਹੈ। ਇਹਨਾਂ ਸ਼ਬਦਾਂ ਦੇ ਨਾਲ ਫਿਰ ਮੈਂ ਨਾਰੰਗ ਸਾਹਿਬ ਜੀ ਦਾ ਔਰ ਆਪਣੇ ਆਪਣੇ ਬੱਚੇ ਜਿੰਨੇ ਵੀ ਸਾਡੇ ਇੱਥੇ ਮੈਂਬਰਾਂਸ ਨੇ ਆਪਣੇ ਬੱਚਿਆਂ ਨੂੰ ਅੱਗੇ ਲਿਆਓ, ਅੱਗੇ ਲਿਆਓ, ਕਿਉਂਕਿ ਅਸੀਂ ਹੁਣ ਬ੍ਰਿਧ ਹੁੰਦੇ ਜਾਂਦੇ ਹਾਂ। ਚਾਹੇ ਨਾਨਕ ਸਾਹਿਬ ਨੇ ਦੱਸ ਨੇ ਪਰ ਉਹ ਵੀ ਆ ਕੇ ਫਿਰ ਸਾਰੀ ਇੱਥੇ ਸੇਵਾ ਕਰਕੇ ਅਤੇ ਆਪਣਾ ਜਨਮ ਸਫਲਾ ਕਰਨ ਅਤੇ ਉਹਨਾਂ ਨੂੰ ਦੇਖਾ ਦੇਖੀ ਹੋਰ ਵੀ ਨੌਜਵਾਨ ਅੱਗੇ ਹਨ। ਇਹਨਾਂ ਨਾਲ ਫਿਰ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਔਰ ਆਪ ਸਭ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।